ਇਹ ਤਾਂ ਬਹੁਤ ਸੌਖਾ ਹੈ ਕੁਦਰਤੀ ਖੇਤੀ ਵਾਲਾ ਕੁਦਰਤੀ ਖੇਤੀ ਯਾਰ ਮੈਂ ਕੋਈ ਰੇ ਦਾ ਘਟਾ ਚੱਕੀ ਨਾ ਤੁਰਨਾ ਠੀਕ ਹੈ ਮੈਂ ਕੋ ਢੋਲੀ ਨਹੀਂ ਮੋਢੇ ਤੇ ਪਾਉਣੀ ਹੂੰ ਮੈਂ ਕਿਸੇ ਸਾਹੂਕਾਰ ਤੋਂ ਪੈਸੇ ਲੈਣ ਨਹੀਂ ਜਾਣੇ ਮੈਂ ਕੋਈ ਲਿੰਟ ਨਹੀਂ ਕਰਾਉਣੀ ਮੈਂ ਸੋਸਾਇਟੀ ਤੋਂ ਪੈਸੇ ਨਹੀਂ ਚੱਕਣਾ ਮੈਂ ਸੌਖਾ ਯਾਰ ਤੇਰੀ ਮਦਰ ਨੂੰ ਕੈਂਸਰ ਸੀਗਾ ਉਹਨਾਂ ਨੂੰ 2009 ਚ ਕੈਂਸਰ ਡਾਇਰੈਕਟ ਹੋਇਆ ਸੀ ਹੂੰ ਤੇ ਉਹ 2009 ਜੀ ਸਾਰਾ ਕੁਝ ਦਿਮਾਗ ਮੇਰਾ ਮੈਂ ਹਸਪਤਾਲਾ ਚ ਕਿਉਂਕਿ ਉਸ ਵਾਰ ਚ ਵੀ ਸੀਐਮਸੀ ਜਿ세 ਜਿ세 ਇਲਾਜ ਚੱਲਿਆ ਮੈਨੂੰ ਨਾਲ ਰਹਿਣਾ ਪੰਦਾ ਸੀ 10 ਦਿਨ 15 ਦਿਨ ਰਹਿ ਹਾਉ ਤੇ ਹੂੰ ਉੱਥੇ ਜਿਹੜੇ ਮਹਿਲਾਤ ਦੇਖੇ ਨਾ ਉਹ ਉਹਨਾਂ ਹਾਲਾਤਾਂ ਦੇ ਅੰਦਰੋਂ ਭੰਨਤਾ ਤੇ ਸਾਡਾ ਸਾਰਾ ਸਿਸਟਮ ਇੱਕ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਨਪੜ੍ਹ ਤੋਂ ਲੈ ਕੇ ਪੀਐਚਡੀ ਤੱਕ ਇੱਕੋ ਗੱਲ ਤੇ ਖੜਾ ਜੀ ਖੇਤੀ ਚ ਕੁਛ ਨਹੀਂ ਖੇਤੀ ਚ ਕੁਛ ਨਹੀਂ ਇੱਕੋ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਖੇਤੀ ਮੈਂ ਕਹਿੰਦਾ ਜੇ ਖੇਤੀ ਹੀ ਹੈਗੀ ਫਿਰ ਤੁਸੀਂ ਕੀ ਹੋ ਇਸ ਖੇਤੀ ਜਾ ਕੇ ਮੈਨੂੰ ਇੱਕ ਕਹਾਣੀ ਸਮਝ ਆ ਗਈ ਵੀ ਯਾਰ ਵੀ ਜੇ ਮੇਰੇ ਤੇ ਇਹ ਤਲਵਾਰ ਲਮਕਦੀ ਰਹੀ ਮੈਂ 6 ਮਹੀਨੇ ਬਾਅਦ ਕਿਸ਼ਤ ਭਰਨੀ ਆ ਕਿਉਂਕਿ ਜਦੋਂ ਮੈਂ ਸ਼ੁਰੂਆਤ ਜੀ ਇਹੋ ਜੀ ਖੇਤੀ ਨਹੀਂ ਸੀ ਸ਼ੁਰੂਆਤ ਤਾਂ ਇਹੀ ਸੀ ਨਾ ਵੀ ਮੈਂ ਕਣਕ ਝੋਨਾ ਕਰਦਾ ਸੀਗਾ ਕੁਝ ਕੈਮੀਕਲ ਬੰਦ ਕਰਤੇ ਜੀਰੀ ਆਰਗੈਨਿਕ ਕਣਕ ਆਰਗੈਨਿਕ ਹਮ ਹੌਲੀ ਹੌਲੀ ਸਿੱਖਿਆ ਮੈਂ ਵੀ ਲੋਕਾਂ ਨੂੰ ਦੇਖ ਕੇ ਕਿਤਾਬਾਂ ਪੜ੍ਹ ਕੇ ਵੀ ਕੀ ਹੋ ਸਕਦਾ ਕਿਵੇਂ ਆ ਆਪ ਦੇ ਚਾਰਿਆਂ ਤੋਂ ਸਿੱਖ ਸਿੱਖ ਕੇ ਜੰਗਲ ਤੱਕ ਪਹੁੰਚਿਆ ਜੇ ਜੇ ਅਸੀਂ ਬੈਂਕਾਂ ਦੇ ਨਾਲ ਜੁੜੇ ਰਹੇ ਤਾਂ ਸਾਡੀ ਖੇਤੀ ਕਦੇ ਵੀ ਆਜ਼ਾਦੀ ਨਾਲ ਨਹੀਂ ਹੋ ਸਕਦੀ ਇਹਨੂੰ ਮਸਲਾ ਬਿਆਹ ਆ ਜਿਹੜਾ ਅੱਜ ਦੇ ਟਾਈਮ ਜਿਹੜਾ ਫੰਕਸ਼ਨ ਆ ਵਿਆਹ ਨੂੰ ਵੀ ਛੱਡ ਦਿਓ ਫੰਕਸ਼ਨ ਆ ਜਿਹੜਾ ਅਸੀਂ ਕਰਦੇ ਆ ਉਹ ਅਸੀਂ ਆਪਦੀ ਖੁਸ਼ੀ ਲਈ ਘਟ ਕਰ ਰਹੇ ਆ ਅਸੀਂ ਆਪਦੀ ਗੋ ਨੂੰ ਸੈਟੀਸਫਾਈ ਕਰਨ ਲਈ ਬਹੁਤ ਜ਼ਿਆਦਾ ਕਰਦੇ ਹਾਂ ਹੂੰ ਫੌਜ ਲਈ ਜਰੂ ਟੈਸਟ ਦਿੱਤੇ ਸੀ ਮੈਂ ਆਪਣਾ ਸੀਡੀਐਸ ਕਲੀਅਰ ਕਰਕੇ ਤੇ ਉਹ ਮੈਂ ਇੰਟਰਵਿਊ ਜੋ ਰਹਿ ਗਿਆ ਮੁੜ ਕੇ ਫਿਰ ਮੈ ਵਧੀਆ ਹੋ ਗਿਆ ਹਾਂ ਉਹ ਉਹ ਮੈਨੂੰ ਬਹੁਤ ਮਾੜਾ ਲੱਗਿਆ ਪਰ ਹੁਣ ਮੈਨੂੰ ਲੱਗਦਾ ਵੀ ਵਧੀਆ ਕੀਤਾ ਮੈਨੂੰ ਜਿਹਨੇ ਕੱਢਤਾ ਚੰਗੇ ਕੀਤਾ ਹਾਂ ਦੂਸਰੋਂ ਲੈਕਚਰ ਸੁਨਾ ਸੁਨਾ ਤੇ ਅਸੀਂ ਸ਼ਾਮ ਨੂੰ ਵਾਪਸ ਮੁੜੇ 5 ਵਜੇ ਗੱਡੀ 'ਚ ਬੈਠੇ ਮੈਂ ਨਰਮਲ ਜੀ ਕਹਾ ਮਾਂਕਲ ਜੀ ਕਰਨੀ ਨਹੀਂ ਜੀ ਇਹਦਾ ਕੰਮ ਚੱਲ ਅੱਜ ਤੋਂ ਆਪਾਂ ਦਾ ਸਾਰੀ ਉਹ ਕਰਨੀ ਆ ਉਹਨਾਂ ਨੂੰ ਲੱਗਿਆ ਵੀ ਨਵਾਂ ਮੁੰਡਾ ਹੈ ਜੋਸ਼ ਚ ਆ ਗਿਆ ਤੇ ਇਹ ਘਾਟਾ ਖਾਊ ਕਿਉਂਕਿ ਇਸ ਖੇਤੀ 'ਚ ਬੰਦਾ ਆਉਂਦਾ ਨਹੀਂ ਬਣੂ ਇਹ ਐਡਾ ਸਾਰਾ ਇਹ ਟੂਟ ਗਲਗਲ ਟਾਈਪ ਆ ਆਚਾਰ ਬੰਦਾ ਆਚਾਰ ਬੜਾ ਵਧੀਆ ਬਣਦਾ ਪਰ 2 ਸਾਲਾਂ 'ਚ ਬਣਦਾ ਹੈ ਪਾਗੇ ਭੁੱਲਣਾ ਪੈਂਦਾ ਫਿਰ 2 ਸਾਲ ਬਾਅਦ ਆਚਾਰ ਬਣੇ 2 ਸਾਲ ਪਾਤਾ ਅੱਜ 2 ਸਾਲ 2 ਸਾਲਾਂ ਬਾਅਦ ਆਚਾਰ ਬਣੂਗਾ ਬਹੁਤ ਚੀੜਾ ਹੁੰਦਾ ਫਰੂਟ ਇਹ ਜੇ ਤੋ ਕਿਲਾ ਜੰਗਲ ਹੈ ਬਸ ਸੰਭਦਾ ਸੀ ਉਹ ਕਿਸੇ ਨੇ ਸਹਾ ਨੀਤੀ ਵੀ ਕਿਉਂ ਬੰਗਾ ਲੈਣਾ ਸਲਾਹ ਤਾਂ ਨਹੀਂ ਪਰ ਉਹ ਟਿਚਰਾਂ ਟੁਚਰਾਂ ਤਾਂ ਹੁੰਦੀਆਂ ਸੀਗੀਆਂ ਇੱਕ ਖੇਤੀ ਹੈ ਜਿਹੜੀ ਇਹ ਖੇਤੀ ਜਿਨੂੰ ਆਪ ਕਹਾਂਗੇ ਆਨੰਦ ਦੀ ਖੇਤੀ ਆ ਇਹ ਜੋ ਇਹਦੇ ਚ ਇਹ ਖੇਤੀ ਜਾ ਕੇ ਵੀ ਤੰਗ ਹੀ ਹੋਣਾ ਹੈ ਫੇਰ ਇਹਦੇ ਚਾਹੁੰਦਾ ਮੈਨੂੰ ਬਹੁਤ ਲੋਕ ਨੇ ਸਾਡੇ ਜਿਹੜੇ ਬਹੁਤ ਮਾਰਕੀਟਿੰਗ ਚ ਬਹੁਤ ਕੁਸ਼ ਕਰਦੇ ਨੇ ਕੱਲੀ ਕੱਲੀ ਚੀਜ਼ ਹਰੇ ਪੱਤੇ ਕਾ ਮਿੱਟੀ ਵੀ ਵੇਚ ਦਿੰਦੇ ਨੇ ਮੈਹੇਜ ਮੰਦਰ ਨੂੰ ਵੀ ਜਾਣਦਾ ਪਰ ਮੈਂ ਦੇਖਿਆ ਉਹਨਾਂ ਕੋਲ ਸਾਲ ਲੈਣ ਨੂੰ ਵੀ ਟਾਈਮ ਨਹੀਂ ਇਧਰੋਂ ਭਜੜਾ ਉਧਰੋਂ ਭਜੜਾ ਸੌੜਾ ਖੇਤ ਕਿਹੜੇ ਚ ਖੜਾ ਕੋਈ ਫਲ ਜਾਂ ਕੋਈ ਸਬਜ਼ੀ ਜਾਂ ਕੋਈ ਫਸਲ ਆਰਗੈਨਿਕ ਨਹੀਂ ਹੁੰਦੀ ਖੇਤ ਆਰਗੈਨਿਕ ਹੁੰਦਾ ਹੂੰ ਠੀਕ ਹੈ ਜੀ ਹੁਣ ਮੰਨ ਲਓ ਜਾਮਣ ਜਾਮਣ ਤੇ ਚਲੋ ਖੈਰ ਸਪਰੇਅ ਹੁੰਦੀ ਹੈ ਬਹੁਤ ਔਲੇ ਤੇ ਕੋਈ ਸਪਰੇਅ ਨਹੀਂ ਹੁੰਦੀ ਔਲੇ ਨੂੰ ਕੋਈ ਕੀੜਾ ਜਾਂ ਕੁਛ ਨਹੀਂ ਪੈਂਦਾ ਹਾਂ ਪਰ ਜਦੋਂ ਔਲਾ ਖੜਾ ਮੇਰਾ ਉਸ ਖੇਤ ਜਿਹਦੇ ਚ ਰੇ ਪੈ ਰਿਹਾ ਜਿਹਦੇ ਵਿੱਚ ਸਪਰੇਅ ਹੋ ਰਹੀ ਆ ਹਾਂ ਠੀਕ ਹੈ ਜੂਰੀ ਆ ਡਾਇਆ ਉਹ ਔਲੇ ਦੇ ਬੂਟੇ ਨਹੀਂ ਤਾਂ ਖਿੱਚਣਾਗਾ ਜ਼ਿੰਦਗੀ ਅੰਕੜੇ ਨਾਲ ਥੋੜੀ ਜਲਦੀ ਹੈ ਹੂੰ ਠੀਕ ਹੈ ਔਰ ਜਿੰਨਾ ਦੀ ਅੰਕੜਿਆਂ ਨਾਲ ਚੱਲਦੀ ਹੈ ਤੁਸੀਂ ਉਹਨਾਂ ਦੇ ਅੰਦਰ ਵੜ ਕੇ ਦੇਖੋ ਉਹਨਾਂ ਦੇ ਘਰਾਂ 'ਚ ਠੀਕ ਹੈ ਜੀ ਅੰਕੜੇ ਤਾਂ ਉਹਨਾਂ ਦੇ ਬਹੁਤ ਵਧੀਆ ਨਹੀਂ ਮਤਲਬ ਜਿਵੇਂ ਕਹਿੰਦੇ ਵੀ ਅੰਕੜੇ ਤਾਂ ਬਹੁਤ ਉੱਚੇ ਲੈਵਲ ਦੇ ਨਹੀਂ ਪਰ ਉਹਨਾਂ ਦੀ ਜ਼ਿੰਦਗੀ ਨਰਕ ਵਰਗੀ ਹੈ 6 ਕਿੱਲਾਂ ਦੇ ਆਲੇ ਦੁਆਲੇ 135 ਜਮਣੇ ਲਾਤੀਆਂ 7 ਲੱਖੋਂ ਠੇਕੀ ਚੜ ਗਈਆਂ ਜਮਣਾਂ ਹਾਂਜੀ ਬਾਕੀ ਫਸਲਾਂ ਦਾ ਵੱਖਰੀ ਹੈ ਮੈਂ ਹੁਣ ਕੋਸ਼ਿਸ਼ ਕਰ ਰਹਾ ਬੀਆਂ ਤੋਂ ਇਹ ਤੋਂ ਬੀ ਤਿਆਰ ਕਰ ਰਿਹਾ ਉਹ ਤੋਂ ਬੂਟੇ ਪਤਾ ਹੈਗਾ ਬੀ ਤੋਂ ਬੂਟਾ ਤਿਆਰ ਕਰ ਉਹਦੇ ਵਿੱਚ ਕਈ ਪੁਰਾਣੀਆਂ ਮਿੱਥਾਂ ਸੀਗੀਆਂ ਜਿਹੜੀਆਂ ਟੁੱਟ ਗਈਆਂ ਸਾਡੇ ਦੇ ਬਣੀ ਹੋਈ ਵੀ ਜਿਵੇਂ ਅੰਬ ਹੈ ਅੰਬ ਦੀ ਜਿਹੜੀ ਗੁੱਠਲੀ ਦਬੋਂਗੇ ਪਤਾ ਨਹੀਂ ਕਿਹੜਾ ਹੋਊਗਾ ਹਾਂ ਬਣੂ ਪਤਾ ਨਹੀਂ ਕਿਹੜਾ ਫਲ ਪਰ ਨਹੀਂ ਜਿਹੜਾ ਤੁਸੀਂ ਗੁੱਠਲੀ ਦਬੋਂਗੇ ਉਹੀ ਅੰਬ ਬਣੂਗਾ ਇਹਦਾ ਮਤਲਬ ਇਹ ਵੀ ਹੋਇਆ ਵੀ ਜੇ ਕੁਦਰਤੀ ਖੇਤੀ ਕਰ ਬਾਦੇ ਆ ਲੋਕ ਤਾਂ ਪਰਾਲੀ ਵਾਲਾ ਕੰਸੈਪਟ ਵੀ ਖਤਮ ਹੈ ਅੱਗ ਲਾਉਣ ਵਾਲਾ ਮੈਂ ਪਰਾਲੀ ਮੁੱਲ ਲੈ ਕੇ ਆਈ ਪੰਜ ਕਿੱਲਿਆਂ ਦੀ ਸਾਡੇ ਗਵਾਂਢ 'ਚੋਂ ਮੁੱਲ ਚੱਕੀ 16000 ਰੁਪਏ ਦੀ ਲੈ ਅੱਛਾ ਲੋਕ ਇੱਕ ਆਏ ਕਰ ਸਕਦੇ ਆ ਵੀ ਰਵੀ ਸਾਨੂੰ ਹੋਮ ਡਿਲੀਵਰੀ ਦੇ ਦੇਈ ਪੈਸੇ ਵਾਧੇ ਦੇ ਦਿਆਂਗੇ ਐਂ ਕਰ ਲੈਣਗੇ ਪਰ ਜਿਹਨਾਂ ਨੂੰ ਕਿ ਯਾਰ ਖੇਤੋਂ ਅੱਗੇ ਲੈ ਜਾਓ ਉਹਨਾਂ ਲਈ ਥੋੜੀ ਸਮੱਸਿਆ ਰਿਜਕ ਦੀ ਖਾਤਰ ਦੁਨੀਆ ਚੱਲੇ ਪਰ ਉਲਟਾ ਦਸਤੂਰ ਹੋਇਆ ਬੰਦਾ ਤਰੱਕੀ ਕਰਨ ਦੀ ਖਾਤਰ ਕੁਦਰਤ ਕੋਲੋਂ ਦੂਰ ਹੋਇਆ 100 100 ਸਾਲ ਦੀਆਂ ਉਮਰਾਂ ਵਾਲੇ ਬੇਬੇ ਬਾਪੂ ਥਿਆਉਂਦੇ ਨਹੀਂ ਚੀਜ਼ਾਂ ਦੇ ਨਾਲ ਰਿਸ਼ਤੇ ਗੰਢਲੇ ਇੱਕ ਦੂਜੇ ਨੂੰ ਚਾਉਂਦੇ ਨਹੀਂ ਕੁਦਰਤ ਬਲ ਨਾਲ ਜੇ ਅਸੀਂ ਪਰਦੇ ਭੁਗਤਨੇ ਪੈਣੇ ਖਮਿਆਜੇ ਨੇ ਖੇਤਾਂ ਦੇ ਪੁੱਤ ਹੋਂਦ ਪਛਾਨਣ ਏ ਦੁਨੀਆ ਦੇ ਰਾਜੇ ਨੇ ਸਾਸਿ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰ ਲੇਖ ਦੇ ਨਾਲ ਅੱਜ ਫੇਰ ਇੱਕ ਖੇਤਾਂ ਦੇ ਪੁੱਤ ਰਵਦੀਪ ਸਿੰਘ ਰਵੀ ਦੇ ਕੋਲ ਪਹੁੰਚੇ ਆ ਰਵੀ ਯੂਨੀਵਰਸਿਟੀ ਦੀ ਉਚੇਰੀ ਪੜਾਈ ਕਰਦਾ ਪਰ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਆ ਕੇ ਉਸ ਤਰੀਕੇ ਨਾਲ ਕਰਦਾ ਕਿ ਅੱਜ ਮੀਡੀਆ ਇਕੱਲਾ ਨਹੀਂ ਬਹੁਤ ਸਾਰੇ ਲੋਕ ਇਨ੍ਹਾਂ ਖੇਤਾਂ ਨੂੰ ਇਨ੍ਹਾਂ ਜੰਗਲਾਂ ਨੂੰ ਦੇਖਣ ਵਾਸਤੇ ਆਉਂਦੇ ਨੇ ਰਵੀ ਨੇ 8-9 ਸਾਲ ਪਹਿਲਾਂ ਇਹ ਜੰਗਲ ਲਾਇਆ ਸੀ ਬਹੁਤ ਸਾਰੀਆਂ ਗੱਲਾਂ ਨੇ ਆਰਗੈਨਿਕ ਖੇਤੀ ਕਰ ਰਿਹਾ ਹੈ ਇਕੱਲਾ ਰਵੀ ਨਹੀਂ ਪੂਰਾ ਪਰਿਵਾਰ ਬੇਸ਼ੱਕ ਸਿਖਰ ਦੁਪਹਿਰ ਹੈ ਪਰ ਇਸ ਮੁੜਕੇ ਦਾ ਇੱਥੇ ਗੱਲਬਾਤ ਕਰਕੇ ਆਨੰਦ ਆ ਰਿਹਾ ਹੈ ਮਹਿਸੂਸ ਹੋ ਰਿਹਾ ਹੈ ਅਸਲ ਦੇ ਵਿੱਚ ਅਸੀਂ ਇਸ ਮਿੱਟੀ ਨਾਲੋਂ ਇਨ੍ਹਾਂ ਖੇਤਾਂ ਨਾਲੋਂ ਇਨ੍ਹਾਂ ਰੁੱਖਾਂ ਨਾਲੋਂ ਇਨ੍ਹਾਂ ਬੂਟਿਆਂ ਨਾਲੋਂ ਦੂਰ ਹੋ ਗਏ ਆ। ਰਵਦੀਪ ਮੇਰੇ ਨਾਲ ਹੈ ਕਰਦਿਆਂ ਗੱਲਬਾਤ। ਬਜੀ ਹਸਤੀ ਕਾਲ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ। ਰਵੀ ਫਲ ਤਾਂ ਇਹ ਮੈਂ ਜਿਹੜੀ ਸ਼ੁਰੂ ਚ ਗੱਲ ਕੀਤੀ ਹੈ ਕਿ ਤੁਸੀਂ ਯੂਨੀਵਰਸਿਟੀ ਪੜ੍ਹਨ ਜਾਂਦੇ ਹੋ। ਹਾਂਜੀ। ਡਿਫੈਂਸ ਦੀ ਐਮਏ ਕਰਦੇ ਹੋ ਹਨਾ। ਹਾਂਜੀ। ਜੋਬ ਕਰਨਾ ਕਿਉਂ ਨਹੀਂ ਸੋਚਿਆ? ਖੇਤੀਬਾੜੀ ਕਿਉਂ ਸੋਚਿਆ? ਤੇ ਖੇਤੀਬਾੜੀ ਵੀ ਉਹ ਸੋਚਿਆ ਜਿਹੜੇ ਲੋਕ ਨਾਲ ਦੋੜਾ ਮਜ਼ਾਕ ਹੀ ਕਰਦਾ ਲੈ। ਇਹ ਖਵਾਉ ਹੁਣ ਵਧੀਆ ਫਰੂਟ। ਪਤਾ ਹੁਣ ਮੈਨੂੰ ਪਤਾ ਨਹੀਂ ਮੇਰੇ ਅੰਦਰੋਂ ਕੀ ਸੀ ਵੈਸੇ ਖੇਤਾਂ ਨਾਲ ਜਾਂ ਬੂਟਿਆਂ ਨਾਲ ਸਾਡਾ ਮੇਰਾ ਸ਼ੁਰੂ ਤੋਂ ਹੀ ਲਗਾ ਸੀ ਜੀ ਅਸਾ ਮੇਰੇ ਬਾਪੂ ਬੇਬੇ ਨੂੰ ਵੀ ਸੀਗਾ ਅਦਲਖਤਾਂ ਦਾ ਹਾਂ ਈਵਨ ਕਿ ਜੋ ਸਾਡੇ ਪੁਰਾਣੇ ਇਥੇ ਦੱਸਦੇ ਆ ਮੇਰੇ ਪਰਦਾਦੇ ਦਾ ਵੀ ਬਾਗ ਸੀ ਇਥੇ ਹੂੰ ਉਹ ਸ਼ਾਇਦ ਉਹ ਜੈਨੇਟਿਕਲੀ ਹੀ ਚੱਲੇ ਆ ਰਿਹਾ ਸੀਗਾ ਹੂੰ ਪੜਨਾ ਲਿਖਣਾ ਇੱਕ ਪ੍ਰੋਸੈਸ ਸੀ ਕਿ ਜੋ ਮਾਪੇ ਬੱਚੇ ਨੂੰ ਲਾਉਂਦੇ ਆ ਸਕੂਲ ਤੋਂ ਕਾਲਜ ਕਾਲਜ ਤੋਂ ਯੂਨੀਵਰਸਿਟੀ ਪਰ ਮੇਰਾ ਉੱਥੇ ਜਿਵੇਂ ਲਾ ਲੂ ਵੀ ਮੇਰਾ ਮਨ ਫਿਰ ਇੱਧਰ ਆ ਗਿਆ ਕੋਸ਼ਿਸ਼ ਵੀ ਮੈਂ ਖਾਸ ਨਹੀਂ ਕੀਤੀ ਮਤਲਬ ਕਿਸੇ ਨੌਕਰੀ ਲਈ ਹੂੰ ਫੌਜ ਲਈ ਜਰੂ ਟੈਸਟ ਦਿੱਤੇ ਸੀ ਮੈਂ ਆਪਣਾ ਸੀਡੀਐਸ ਕਲੀਅਰ ਕਰਕੇ ਤੇ ਉਹ ਮੈਂ ਇੰਟਰਵਿਊ ਜੋ ਰਹਿ ਗਿਆ ਮੁੜ ਕੇ ਫਿਰ ਮੈ ਵਧੀਆ ਹੋ ਗਿਆ ਹਾਂ ਉਹ ਉਹ ਮੈਨੂੰ ਬਹੁਤ ਮਾੜਾ ਲੱਗਿਆ ਪਰ ਹੁਣ ਮੈਨੂੰ ਲੱਗਦਾ ਵੀ ਵਧੀਆ ਕੀਤਾ ਮੈਨੂੰ ਜਿਹਨੇ ਕੱਢਤਾ ਚੰਗੇ ਕੀਤਾ ਹਾਂ ਤੇ ਫਿਰ ਉਹ ਉਸ ਤੋਂ ਬਾਅਦ ਬਸ ਮੈਂ ਆ ਗਿਆ ਸੀ ਇੱਥੇ ਆਗੇ ਪਹਿਲਾਂ ਤਾਂ ਮੈਂ ਕੈਮੀਕਲ ਵਾਲੀ ਖੇਤੀ ਹੀ ਕੀਤੀ ਹਾਂ ਮੈਂ 2004 ਚ ਖੇਤੀ ਸ਼ੁਰੂ ਕਰ ਲਈ ਸੀ ਹਾਂ ਤੇ ਉਦੋਂ ਤਾਂ ਮੈਂ ਨਾਰਮਲ ਜੋ ਚੱਲਦਾ ਸੀਗਾ ਖੇਤੀ ਚ ਤੇ ਉਹ ਸ਼ੁਰੂ ਕੀਤਾ ਸੀਗਾ ਤਾਂ ਕੱਢਣਾ ਸੀ ਮਣ ਛੋਣਾ ਹਾਂਜੀ ਹਾਂ ਬਸ ਉਹੀ ਸੀਗਾ ਫਿਰ ਹੌਲੀ ਹੌਲੀ ਚੱਲਦੇ ਚੱਲਦੇ ਕੁਝ ਘਰ ਚ ਸਮੱਸਿਆਵਾਂ ਆਈਆਂ ਸਾਡੇ ਬਿਮਾਰੀ ਠਮਾਰੀ ਹਨਾ ਪ੍ਰੋਬਲਮਸ ਆਈਆਂ ਸੋਚਣ ਲਈ ਮਜਬੂਰ ਹੋਇਆ ਹੂੰ ਫਿਰ 2011 ਦੇ ਵਿੱਚ ਅੱਗੇ ਮੈਂ ਇਧਰ ਨੂੰ ਸਟਾਰਟ ਹੋਇਆ ਵੀ ਆਪਾਂ ਨੂੰ ਇਸ ਖੇਤੀ ਵੱਲ ਜਾਣਾ ਚਾਹੀਦਾ ਕੀ ਸਮੱਸਿਆ ਹੈ ਜ਼ਿਕਰ ਉਹ ਦੱਸੋ ਬਿਮਾਰੀ ਕੀ ਦਿੱਕਤ ਮੇਰੀ ਮਦਰ ਨੂੰ ਕੈਂਸਰ ਸੀਗਾ ਉਨਨ 2009 ਚ ਕੈਂਸਲ ਡਾਇਰੈਕਟ ਹੋਇਆ ਸੀ ਹੂੰ ਤੇ ਉਹ 2009 ਚ ਹੀ ਸਾਰਾ ਕੁਝ ਦਿਮਾਗ ਮੇਰਾ ਮੈਂ ਹਸਪਤਾਲਾ ਚ ਕਿਉਂਕਿ ਉਸ ਵਾਰ ਚ ਵੀ ਸੀਐਮਸੀ ਜਿ세 ਜਿ세 ਇਲਾਜ ਚੱਲਿਆ ਮੈਨੂੰ ਨਾਲ ਰਹਿਣਾ ਪੰਦਾ ਸੀ 10 ਦਿਨ 15 ਦਿਨ ਰਹਿਣਾ ਉੱਤੇ ਹੂੰ ਉੱਥੇ ਜਿਹੜੇ ਮਹਲਾਤ ਦੇਖੇ ਨਾ ਉਹਨਾਂ ਹਲਾਤਾਂ ਦੇ ਅੰਦਰੋਂ ਭੰਨਤਾ ਮੈਨੂੰ ਐ ਲੱਗੇ ਕਿਉਂਕਿ ਇੱਥੇ ਜਦੋਂ ਅਸੀਂ ਪਿੰਡਾਂ 'ਚ ਤੁਰੇ ਫਿਰਦੇ ਜਾਂ ਬਰਨਾਲਾ ਸਾਡਾ ਛੋਟਾ ਸ਼ਹਿਰ ਹੈ ਇੱਥੇ ਨਹੀਂ ਐ ਮਹਿਸੂਸ ਹੁੰਦਾ ਪਰ ਉੱਥੇ ਜਾ ਕੇ ਐ ਲੱਗਿਆ ਯਾਰ ਸਾਰਾ ਪੰਜਾਬ ਵੀ ਤਾਂ ਹਸਪਤਾਲ ਭਰੇ ਪਏ ਨੇ ਜਗ੍ਹਾ ਨਹੀਂ ਸੀ ਉੱਥੇ ਮਤਲਬ ਫਿਰ ਛੋਟੇ ਤੋਂ ਛੋਟੇ ਬੱਚੇ ਬਜ਼ੁਰਗ ਕੋਈ ਮਤਲਬ ਕੋਈ ਹੈ ਹੀ ਨਹੀਂ ਵੀ ਜਿਹੜਾ ਜਿਹਨੂੰ ਪ੍ਰੋਬਲਮ ਨਹੀਂ ਹੈਗੀ। ਉਸ ਵਾਰ ਦੇ ਤੁਸੀਂ ਬੱਚਿਆਂ ਵਾਲੇ ਬਾੜ ਚ ਜਾ ਕੇ ਦੇਖੋ। ਕੱਲ ਦੇ ਜੰਮੇ ਬੱਚੇ 2-2 ਮਹੀਨਿਆਂ ਦੇ ਬੱਚੇ ਹਨਾ 6-6 ਸਾਲ ਦੇ ਬੱਚੇ ਛੋਟੇ ਬੱਚੇ ਯਾਰ ਕੈਂਸਰ ਨਾਲ ਇਹ ਕੁਝ ਹੋ ਰਿਹਾ। ਫਿਰ ਉਹ ਚੀਜ਼ਾਂ ਨੇ ਮੈਨੂੰ ਅੰਦਰੋਂ ਭੰਨਤਾ। ਨੌਂਜ ਫਿਰ ਮੈਂ ਸੋਚਣ ਲੱਗਿਆ ਵੀ ਨਹੀਂ ਯਾਰ ਆਪਾਂ ਨੂੰ ਕੋਈ ਹੋਰ ਖੇਤੀ ਦਾ ਮਾਡਲ ਹੋਰ ਹੋਣਾ ਚਾਹੀਦਾ। ਉਹੀ ਜੀਆਂ ਗੱਲਾਂ ਹੋਣ ਲੱਗ ਜਾਂਦੀਆਂ ਲੋਕਾਂ ਨਾਲ ਦੋਸਤਾਂ ਨਾਲ। ਉਹ ਕਰਦੇ ਕਰਾਉਂਦੇ ਮੈਨੂੰ ਇੱਕ ਸਾਡੇ ਸੇ ਨਿਰਮਲ ਸਿੰਘ ਭੋਤਰਾ ਨੇ ਸਾਪਣੇ ਸਾਡੇ ਜ਼ਿਲ੍ਹੇ ਦੇ ਸਭ ਤੋਂ ਪੁਰਾਣੇ ਕਿਸਾਨ ਨੇ ਉਹ ਉਹਨਾਂ ਦਾ ਪਤਾ ਲੱਗਿਆ ਫਿਰ ਇੱਕ ਖੇਤੀ ਵਿਰਾਸਤ ਮਿਸ਼ਨ ਸੰਸਥਾ ਉਹਨਾਂ ਦਾ ਪਤਾ ਲੱਗਿਆ ਪਿੰਗਲ ਵਾਲੇ ਵਾਲਿਆਂ ਦਾ ਪਤਾ ਲੱਗਿਆ ਹੂੰ ਬਸ ਇਦਾਂ ਇਦਾਂ ਫਿਰ ਉਹਨਾਂ ਨਾਲ ਜੁੜਦਾ ਜੁੜਦਾ ਤੇ 2011 ਚ ਫਿਰ ਮੈਂ ਇਹ ਸ਼ੁਰੂ ਕੀਤਾ ਥੋੜਾ ਜਿਹਾ ਇੰਨੀ ਕਿਸਾਨਾਂ ਚ ਕੀਤਾ ਸੀ ਇਸ ਕਿਲੇ ਚ ਤੇ ਜੰਗਲ ਐ ਸਿੱਧਾ ਜਿਹਾ ਇੱਥੇ ਮੈਂ ਸਬਜ਼ੀਆਂ-ਸਬਜ਼ੀਆਂ ਲਾਈਆਂ ਸੀ ਕੁਝ ਬੂਟੇ ਵੈਸੇ ਲੱਗੇ ਸੀ ਲਾਈਨ 'ਚ ਬੂਟੇ ਲੱਗੇ ਸੀ ਹੂੰ ਇਹ ਜੰਗਲ ਦੇ ਰੂਪ ਕੀ ਸੀਗਾ ਉਹ ਲਾਈਨ 'ਚ ਛੋਟੇ-ਛੋਟੇ ਬੂਟੇ ਲਾਈ ਹੋ ਸੀਗੇ ਹਾਂ ਨਵੇਂ ਬਾਗ ਜਾਲਾ ਹੋਇਆ ਸੀ ਜੀ ਤੇ ਕੋ ਸਬਜ਼ੀਆਂ, ਦਾਲਾਂ ਫਿਰ ਮੈਂ ਇੱਥੇ ਹੀ ਲਾਈਆਂ ਹੂੰ ਤੇ ਉਸੇ ਦਿਨ ਆ ਨਹੀਂ ਮੇਰੇ ਕੋਲ ਫਿਰ ਉਹ ਨਿਰਮਲ ਅੰਕਲ ਨੂੰ ਪਤਾ ਲੱਗਿਆ ਵੀ ਕੋਈ ਮੁੰਡਾ ਇੱਥੇ ਨਮਾ ਸ਼ੁਰੂ ਕਰ ਰਿਹਾ ਹੈ ਹੂੰ ਤੇ ਉਹ ਆਏ ਮੇਰੇ ਕੋਲੇ 2011 ਦੀ ਗੱਲ ਈ ਆ ਬਸ ਜਦੋਂ ਉਹ ਆ ਗਏ ਉਸ ਤੋਂ ਬਾਅਦ ਫਿਰ ਮੈਨੂੰ ਖੇਤੀਬਾੜੀ ਸਿਮਸ਼ਨ ਦੇ ਵਿੱਚ ਟ੍ਰੇਨਿੰਗਾਂ, ਰਨਿੰਗਾਂ ਤੇ ਉਹਨਾਂ ਦੇ ਵਰਕਸ਼ਾਪਾਂ ਔਰ ਫਿਰ ਵਾਧੇ ਵਾਧੇ ਗੱਲ 2012 ਜਾਨੀ 6 ਮਹੀਨਿਆਂ ਬਾਅਦ ਹੀ ਆ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹੋ ਤੁਸੀਂ ਹਾਂ ਡਾਕਟਰ ਆਜ਼ਾਦ ਦਾ ਫਿਰ ਲੈਕਚਰ ਸੁਣਿਆ ਮੈਂ ਕੇਵੀਐਮ ਦੇ ਦਫਤਰ ਚ ਜੇ ਤੇ ਖੁੱਲ ਗਿਆ ਦਿਮਾਗ ਸਾਰਾ ਉਹ ਜਦੋਂ ਲੈਕਚਰ ਦੇ ਰਹੇ ਸੀ ਨਾ ਡਾਕਟਰ ਸਾਹਿਬ ਡਾਕਟਰ ਸਾਹਿਬ ਦੀ ਇੱਕ ਬਹੁਤ ਵੱਡੀ ਖੂਬੀ ਸੀ ਦੇਖੋ ਮੈਡੀਕਲ professions ਸੀ ਜੀ ਜਦੋਂ ਲੈਕਚਰ ਦਿੰਦੇ ਸੀ ਨਾ ਲੈਕਚਰ ਉਹ ਜਮਾ ਦੇਸੀ ਬੰਦੇ ਦੇ ਲੈਵਲ ਤੇ ਜਾ ਕੇ ਦਿੰਦੇ ਸੀ ਵੀ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਗੱਲ ਸਮਝ ਆਉਂਗੀ ਹਾਂ ਉਹ ਜਦੋਂ ਲੈਕਚਰ ਦੇ ਰਹੇ ਸੀ ਨਾ ਜੈਤੋਂ ਮੈਨੂੰ ਯਾਦ ਆ ਵੀ ਉਹ ਲੈਕਚਰ ਦੇ ਰਹੇ ਸੀ ਮੇਰੇ ਅੰਦਰ ਉਹ ਸਾਰੇ ਸੀਐਮ ਉਹ ਪਿਕਚਰਾਂ ਘੁੰਮ ਰਹੀਆਂ ਸੀ ਤੇ ਜਦੋਂ ਅਸੀਂ ਇੱਥੋਂ ਗਏ ਤਾਂ ਮੈਂ ਨਿਰਮਲਾਂ ਕੋਲ ਮੈਂ ਕਿਹਾ ਮੈਂ ਦੋ ਕਿਲੇ ਨਾ ਹੋਰ ਵਧਾਵਾਂਗੇ ਆਪਾਂ ਹੌਲੀ ਹੌਲੀ ਕਰਕੇ ਉਹ ਸਾਡਾ ਸਾਂਝਾ ਪਰਿਵਾਰ ਸੀ 12 ਕਿਲੇ ਸੀ ਤੇ ਮੈਂ ਵੀ ਥੋੜੀ 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 ਕਰਕੇ ਨਾ ਮੈਂ 5-6 ਸਾਲਾਂ ਸਾਰੀ ਆਰਗੈਨਿਕ ਕਰ ਦਾਂਗੇ ਮੈਂ ਜਾਂਦਾ ਹੋਇਆ ਗੱਲ ਕਰਦਾ ਜਾ ਰਿਹਾ ਜਦੋਂ ਮੈਂ ਉਸ ਤੋਂ ਲੈਕਚਰ ਸੁਣਾ ਸੁਣਾ ਕੇ ਅਸੀਂ ਸ਼ਾਮ ਨੂੰ ਵਾਪਸ ਮੁੜੇ 5:00 ਵਜੇ ਕਿ ਗੱਡੀ 'ਚ ਬੈਠੇ ਮੈਂ ਨਿਰਮਲ ਜੀ ਕਹਾ ਮਾਕਲ ਜੀ ਕਰਨੀ ਨਹੀਂ ਜੀ ਇਹਦਾ ਕੈਮੀਕਲ ਅੱਜ ਤੋਂ ਆਪਾਂ ਦਾ ਸਾਰੀ ਉਹ ਕਰਨੀ ਹੈ ਉਹਨਾਂ ਨੂੰ ਲੱਗੇ ਵੀ ਨਵਾਂ ਮੁੰਡਾ ਹੈ ਜੋਸ਼ ਚ ਆ ਗਿਆ ਤੇ ਇਹ ਘਾਟਾ ਖਾਊ ਕਿਉਂਕਿ ਇਸ ਖੇਤੀ 'ਚ ਬੰਦਾ ਆਉਂਦਾ ਨਹੀਂ ਤੇ ਜੇ ਕੋਈ ਆਜੇ ਅੱਜ ਸਾਡਾ ਵੀ ਹਾਲਾ ਸਾਨੂੰ ਐ ਹੁੰਦਾ ਵੀ ਸਾਫ਼-ਸਾਫ਼ ਰੱਖੇ ਯਾਰ ਇਹ ਮੋੜਨਾ ਚਾਹੀਦਾ ਸਾਨੂੰ ਆਪ ਦਾ ਫੇਲਿਅਰ ਲੱਗਦਾ ਵੀ ਜੇ ਕੋਈ ਬੰਦਾ ਛੱਡ ਕੇ ਜਾਂਦਾ ਹੈ ਖੇਤੀ ਤਾਂ ਮੈਨੂੰ ਕਹਿੰਦੇ ਯਾਰ ਤੂੰ ਆਇਆ ਨਾ ਕਰ ਜਜਵਾਤੀ ਨਾ ਹੋ ਤੂੰ ਥੋੜਾ ਹੀ ਕਰ ਮਹਨਾ ਜੀ ਮੈਂ ਹੁਣ ਨਹੀਂ ਮੈਂ ਆ ਕੇ ਫਿਰ ਤੂੰ ਸੁਪਰੀਆਂ ਸੁਭੂਆਂ ਮੇਰੇ ਕੋਲ ਜਿੰਨੀਆਂ ਪਈਆਂ ਸੀ ਉਹ ਅੱਧੀ ਬਚੀ ਪਾਉਣੀ ਬਚੀ ਬੂਤਾਂ ਆ ਵਾਤਾਂ ਮੈਂ ਕੱਢ ਕੇ ਨਾ ਬੋਰੀਆਂ ਚ ਪਾ ਲੀਆਂ ਆਏ ਆਏ ਇਥੇ ਕੰਧ ਨਾਲ ਟੀ ਮੈਂ ਉਹ ਬੋਰੀਆਂ ਰੱਖਤੀਆਂ ਮੈਂ ਸੋਚੀ ਜਾਵਾ ਵੀ ਇਹਨੂੰ ਸਿੱਟ ਕੇ ਕਿੱਥੇ ਆਵਾ ਯਾਰ ਕਿਹੜੇ ਖਤਾਨਾਂ ਸਿੱਟਾਂ ਦੱਬਾਂ ਇਹ ਆ ਪਏ ਰੱਖਣੀ ਤਾਂ ਹੈ ਨਹੀਂ ਆਪਾਂ ਕਰੇ ਕੋਈ ਮੇਰੇ ਕੋਲ ਸਦਾਨਗੜ ਤੋਂ ਆਉਂਦਾ ਹੁੰਦਾ ਸੀ ਮੁੰਡਾ ਉਹ ਆਇਆ ਕਹਿੰਦਾ ਆ ਕੀ ਭਰੀ ਬੈਠਾ ਮੈਂ ਯਾਰ ਸੁਪਰੀਆਂ ਨੇ ਸਿੱਟ ਕੇ ਆਉਣੀਆਂ ਕਹਾਂ ਸਿੱਟ ਕੇ ਕਿਉਂ ਆਉਣੇ ਮੈਂ ਲੈ ਜਣਾ ਚੱਕ ਕੇ ਤੂੰ ਅਗਲੇ ਦਿਨ ਆਈ ਟਰੈਕਟਰ ਲੈ ਕੇ ਪਿੰਗਾ ਭਰ ਕੇ ਲੈ ਗਿਆ ਸਾਰੀ ਹੂੰ ਬਸ ਉਹ ਦਿਨ ਸੀ ਉਹ ਆਖਰੀ ਦਿਨ ਸੀ ਆਪਾਂ ਕਿਹੜੇ ਸਾਲ ਦੀ ਗੱਲ ਹੈ ਇਹ ਇਹ 12 ਦੀ ਸਮਝ ਲਓ ਮੈਂ ਕਣਕ ਤੋਂ ਬਾਅਦ ਸੀਰੇ 6 ਕਿੱਲੇ ਉਦੋਂ ਚੱਕਦੇ ਕੰਮਾ ਉਦੋਂ ਬਾਹਰ ਆ ਕੀਤੀ ਉਹ ਸਾਂਝਾ ਪਰਿਵਾਰ ਸੀ ਨਾ ਬਸ ਉਦੋਂ ਸਾਰੇ ਆਰਗੈਨਿਕ ਚ ਸਾਰਾ ਲੈ ਜਾਂਦਾ ਫਿਰ ਅਸੀਂ 15 ਝੱਡ ਹੋ ਜਾਂ ਦੋਨੇ ਭਰਾ ਉਦੋਂ ਫਿਰ ਛੇ ਰਹਿ ਗਏ ਹੂੰ ਉਦੋਂ ਬਸ ਇੱਕਦਾਂ ਵੀ ਸਟੈਪ ਚੱਕ ਲਿਆ ਸੀ ਇਹ ਵੀ ਨਹੀਂ ਇਹਦੇ ਬਾਰੇ ਦੱਸੋ ਇਹ ਇਹ ਮਹਿੰਦੀ ਹੈ ਜੀ ਜੀ ਕੀ ਇਹ ਕਦੋਂ ਲਾਉਣੀ ਚਾਹੀਦੀ ਹੈ ਕਿਵੇਂ ਹੁੰਦੀ ਹੈ ਕੀ ਗੱਲਬਾਤ ਹੈ ਇਹਦੀ ਵੈਸੇ ਇਹ ਹੈ ਤਾਂ ਝਾੜ ਨੂੰ ਮੈਂ ਥੋੜਾ ਜਿਹਾ ਅਸੀਂ ਤਾਂ ਕਟਿੰਗ ਜੀ ਕੀਤੀ ਹੋਈ ਹੈ ਬੂਟਾ ਜਿਹਾ ਬਣਾਇਆ ਪਰ ਇਹ ਹੈ ਬੇਸਿਕਲੀ ਝਾੜੀ ਹੋਈ ਹੈ ਮਹਿੰਦੀ ਤੇ ਆਪਣਾ ਵਰਾਸਤੀ ਉਹੀ ਹੈ ਇਹ ਰੁੱਖ ਲਾ ਲਓ ਬੂਟਾ ਲਾ ਲਓ ਕਿਉਂਕਿ ਸਾਡੇ ਦਾ ਸਾਰੇ ਤੁਸੀਂ ਦੇਖੋ ਈਵਰ ਇਹਦਾ ਮਤਲਬ ਬਾਣੀ ਚ ਵੀ ਜੇ ਕਰਾਉਂਦਾ ਹੋਊਗਾ ਕਿਤੇ ਨਾ ਕਿਤੇ ਤੇ ਬਾਕੀ ਗੀਤਾਂ ਚ ਲੋਕ ਗੀਤਾਂ ਚ ਬੋਲੀਆਂ ਚ ਮਹਿੰਦੀ ਦਾ ਹਰ ਥਾਂ ਤੇ ਉਹ ਆ ਮਹਿੰਦੀ ਅਸੀਂ ਵਰਤਦੇ ਵੀ ਰਹੇ ਹਾਂ ਪਰ ਹੁਣ ਅੱਜ ਕੱਲੇ ਵਰਤਦੇ ਨਹੀਂ ਅਸੀਂ ਅੱਜ ਕੱਲ ਤਾਂ ਹਮ ਸਾਰਾ ਕੈਮੀਕਲੀ ਵਰਤ ਰਹੇ ਹਾਂ ਇਹ ਮੈਂ ਇਹਨੂੰ ਜੂਜ ਕੀਤਾ ਕਰਕੇ ਉਹਦੋਂ ਅਸੀਂ ਕਰੇ ਕਦੇ-ਕਦੇ ਕਰ ਲੈਂਦੇ ਕਿਉਂਕਿ ਠੰਡੀ ਹੁੰਦੀ ਹੈ ਨਾ ਗਰਮੀਾਂ 'ਚ ਕਹਿੰਦੇ ਜੇ ਤਲੀਆਂ ਦੇ ਛੱਸੋਂ ਇਹ ਠੰਡੀ ਹੁੰਦੀ ਆ ਹਾਂ ਉਸ ਤਰ੍ਹਾਂ ਕਈ ਵੀ ਕਰ ਲੈਂਦੇ ਆ ਇਹਦਾ ਕੀ ਤਰੀਕਾ ਜਿਹੜੀ ਆ ਚੀਜ਼ਾਂ ਨੇ ਇਹ ਮਹਿੰਦੀ ਹੈ ਨਹੀਂ ਨਹੀਂ ਇਹ ਰਗੜਦੇ ਇਹਦਾ ਬੀਜ ਆ ਰਿਹਾ ਜੀ ਇਹ ਤਾਂ ਪੱਤੇ ਰਗੜ ਜਾਂਦੇ ਆ ਪੱਤੇ ਰਗੜ ਜਾਂਦੇ ਆ ਇਹਦਾ ਪੱਤਾ ਰਗੜ ਜਾਂਦਾ ਅੱਛਾ ਇਹ ਬੀਜ ਆ ਗਿਆ ਇਹਦਾ ਬੀਜ ਆਹਲੇ ਤਾਂ ਨੇ ਇਹ ਪੱਕ ਕੇ ਨਾ ਡੋਡੀਆਂ ਹੋਣ ਥੋੜੀਆਂ ਹੋਰ ਹੋ ਕੇ ਸੁੱਕ ਜਾਣਗੀਆਂ ਫਿਰ ਇਹ 'ਚ ਬੀ ਹੋਊਗਾ ਹੂੰ ਅੱਛਾ ਇਹ ਪੱਤੇ ਰਗੜ ਕੇ ਸੁਕਾ ਕੇ ਹਾਂ ਸੁਕਾ ਕੇ ਰਗੜ ਲੈਂਦੇ ਸੀ ਪਹਿਲਾਂ ਲੋਕ ਮਹਿੰਦੀ ਬਣ ਪਰ ਇਹਦਾ ਰੰਗ ਮਹਿੰਦੀ ਦਾ ਰੰਗ ਮਹਿੰਦੀ ਵਰਗਾ ਹੀ ਹੁੰਦਾਗਾ ਲਾਈਟ ਹੁੰਦਾ ਜਿਹੜੀ ਉਹ ਬਾਜ਼ਾਰ ਚ ਮਿਲਦੀ ਉਹ ਚੜ ਜਾਂਦੀਆਂ ਕਾਲੇ ਰੰਗ ਦੀ ਪੂਰੀ ਹਾਂ ਉਹ ਕੈਮੀਕਲ ਹੁੰਦਾ ਜੀ ਉਹ ਮਹਿੰਦੀ ਇਹ ਨਹੀਂ ਹੁੰਦੀ ਉਹ ਤਾਂ ਦੂਜੇ ਸਾਮਾਨ ਆ ਰਿਹਾ ਸਾਰਾ ਇਹ ਤਾਂ ਬਹੁਤ ਲਾਈਟ ਹੈ ਤਾਂ ਜਿਹੜਾ ਲਾਲੂ ਅਗਲੇ ਐ ਲੱਗਦਾ ਵੀ ਮੇ ਤਾਂ 15 ਦਿਨਾਂ ਬਾਅਦ ਫਿੱਕੀ ਜੀ ਨਹੀਂ ਪੈ ਜਾਂਦੀ ਹੁਣ ਤਾਂ ਸੰਧੂਰ ਲਾਉਣ ਲੱਗ ਗਏ ਵੀ ਗੂੜੀ ਹੋਵੇ ਹਾਂਜੀ ਹਾਂ ਉਹ ਜੇ ਕੁੜੀ ਦੇ ਗੂੜੀ ਰੰਗ ਨਾਲ ਚਾਹੀ ਲੈ ਖੁਸ਼ ਨਹੀਂ ਹੈਗੀ ਉਹੀ ਗੱਲ ਆ ਪਹਿਲਾਂ ਆਪਣੇ ਕੀ ਕਰਦੇ ਸੀ ਜੋ ਮਹਿੰਦੀ ਲਾ ਕੇ ਬਾਅਦ ਉਹਨੂੰ ਸਰੋਂ ਦੇ ਤੇਲ ਨਾਲ ਉਹ ਕਰ ਲੈਂਦੇ ਸੀ ਹੱਥ ਉਹ ਸਰੋਂ ਦੇ ਤੇਲ ਲਾਉਂਦੇ ਉਹ ਪਰ ਹੁਣ ਇਹ ਨਹੀਂ ਲੱਗਦੀ ਹੁਣ ਤਾਂ ਬਸ ਇਹ ਇੱਕ ਆਪਾਂ ਲਾ ਲੋ ਰੁੱਖ ਹੈ ਕੰਮ ਕਈ ਆ ਜਾਂਦਾ ਹੈ ਵਾਰਡ ਕਰਨ ਦੇ ਕੰਮ ਬਧੀਆ ਆ ਸਕਦੇ ਜੇ ਖੇਤੀ ਵਾੜ ਕਰਨੀ ਤੁਸੀਂ ਲਾਈ ਫੈਂਸ ਉਹਦੇ ਚ ਬਹੁਤ ਵਧੀਆ ਕੰਮ ਜਾਂਦੀ ਹੈ ਕੋਈ ਪਸ਼ੂ ਲੰਘਦਾ ਨਹੀਂ ਇਹਦੇ ਵਿੱਚ ਝਾੜ ਬਣ ਜਾਂਦਾ ਹੈ ਕੱਲਾ ਰਵੀ ਨਹੀਂ ਜਾਂਦਾ ਹਸਪਤਾਲਾਂ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਵੀ ਜਾ ਕੇ ਆਇਆ ਹਰ ਬੰਦਾ ਜਾਂਦਾ ਹੈ ਉੱਥੇ ਜਾ ਕੇ ਬੰਦਾ ਹਰ ਬੰਦਾ ਸੋਚਦਾ ਹੈ ਪਰ ਹਰ ਬੰਦੇ ਤੋਂ ਉਵੇਂ ਦਾ ਕੰਮ ਨਹੀਂ ਹੁੰਦਾ ਕਿਵੇਂ ਕਰਨਾ ਪਊਗਾ ਹੌਸਲਾ ਹਰ ਬੰਦੇ ਨੂੰ ਵੀ ਯਾਰ ਮੈਂ ਕਿੱਲਾ ਦੋ ਕਿੱਲੇ ਚਾਰ ਕਿੱਲੇ ਕੁਸਤਾ ਕਰਾਂ ਯਾਰ ਇਹਦੇ ਪਿੱਛੇ ਦੋ ਤਿੰਨ ਗੱਲਾਂ ਇੱਕ ਤਾਂ ਯਕੀਨ ਦੀ ਕਮੀ ਆ ਸਾਡੇ ਲੋਕਾਂ ਚ ਹੂੰ ਸਾਨੂੰ ਆਪ ਦੇ ਆਪ ਤੇ ਅਸੀਂ ਰੱਬ ਨੂੰ ਮੰਨਦੇ ਆ ਰੱਬ ਤੇ ਵੀ ਯਕੀਨ ਨਹੀਂ ਸਾਨੂੰ ਹੂੰ ਹਸਾਬ ਕਿਤਾਬ ਜਿਹਾ ਹੀ ਕਰਦੇ ਆ ਉਹਦੇ ਨਾਲ 10 ਟੇਕਦੇ ਆ ਤੇ ਲੱਖ ਮੰਗ ਲੈਨੇ ਆ ਉਹ ਹਸਾਬ ਕਿਤਾਬ ਜਿਆਦਾ ਹੈਗਾ ਉਹਨਾਂ ਬਹੀ ਖਾਤੇ ਵਾਲਾ ਪਰ ਉਹਤੇ ਸਾਨੂੰ ਯਕੀਨ ਨਹੀਂ ਠੀਕ ਹੈ ਜੀ ਨਾ ਸਾਨੂੰ ਬਾਣੀ ਤੇ ਯਕੀਨ ਆ ਅਸੀਂ ਸਿਰ ਮੱਥਾ ਟੇਕਦੇ ਆ ਹੂੰ ਬਾਣੀ ਤਾਂ ਕਹਿੰਦੀ ਉਹ ਵੀ ਸੈਲ ਪੱਥਰ ਵਿੱਚ ਜਨਤਪਜਾਇਆ ਤਾਂ ਕਰੇ ਜਿਹੜਾ ਅੱਗੇ ਕਰਦਾ ਰਿਹਾ ਵੀ ਜੰਮਣ ਤੋਂ ਪਹਿਲਾਂ ਥੋੜਾ ਰਿਜਕ ਪਿਆ ਜਦੋਂ ਤੁਹਾਨੂੰ ਬਾਣੀ ਇਹ ਗੁਰੂ ਦੀ ਬਾਣੀ ਕਹਿ ਰਹੀ ਹੈ ਵੀ ਜੰਮਣ ਤੋਂ ਪਹਿਲਾਂ ਤੇਰਾ ਰਿਜਕ ਤਿਆਰ ਹੈ ਫਿਰ ਮੈਨੂੰ ਕਾਹਦਾ ਡਰ ਆ ਯਾਰ ਹੂੰ ਠੀਕ ਉਹ ਇਸ ਕਰਕੇ ਨਾ ਤਾਂ ਸਾਨੂੰ ਆਪਦੇ ਦੀ ਯਕੀਨਾਂ ਨਾ ਬਾਣੀ ਦੇ ਯਕੀਨਾਂ ਨਾ ਗੁਰੂ ਤੇ ਯਕੀਨਾਂ ਨਾ ਪ੍ਰਕਿਰਤੀ ਤੇ ਯਕੀਨ ਹੈ ਸੋ ਅਸੀਂ ਸਾਡਾ ਮਨ ਜਤਾ ਕਰਦਾ ਵੀ ਯਾਰ ਆਹ ਕੰਮ ਵਧੀਆ ਹੈ ਹਨਾ ਡਰ ਲੱਗਦਾ ਵੀ ਨਹੀਂ ਮੇਰੇ ਮੇਰੀ ਗੱਡੀ ਮੇਰੀ ਕੋਠੀ ਮੇਰੀ ਇਨਸਟਾਲਮੈਂਟਾਂ ਮੇਰੀ EMI ਹੂੰ ਰੋ ਚੱਕਰ ਪੈ ਜਾਂਦੇ ਨੇ ਹੂੰ ਏ ਕੀ ਮਾਲ ਟੇ ਕੀ ਇਹ ਨਹੀਂ ਇਹ ਗਲਗਲਾਂ ਜੀ ਗਲਗਲਾਂ ਹਾਂ ਗਲਗਲ ਤਾਂ ਨਹੀਂ ਹੈਗੀ ਅਸਲ ਇਹ ਜੱਟੀ ਖੱਟੀ ਹੈ ਜੱਟੀ ਖੱਟੀ ਹੈ ਖੱਟੀ ਆਚਾਰ ਪੈਂਦਾ ਜਾਂ ਹੈ ਗਲਗਲ ਵਰਗੀ ਹੁੰਦੀ ਪਰ ਇਹ ਖੱਟੀ ਹੈ ਜੱਟੀ ਖੱਟੀ ਗਲਗਲ ਵਰਗੀ ਜੱਟੀ ਰੋਲ ਦਿੱਤੀ ਹੈ ਜੀ ਗਾਣੇ ਵੀ ਚੱਲੇ ਪਹਿਲਾਂ ਉਹ ਗਲਗਲਾਂ ਨਹੀਂ ਹੈ ਉਹ ਗਲਗਲ ਹੋਰ ਹੈ ਉਹ ਗਲਗਲ ਹੋਰ ਹੁੰਦੀ ਹੈ ਜੀ ਹੂੰ ਗਲਗਲ ਦੀਆਂ ਕਈ ਵੈਰਾਈਟੀਆਂ ਨੇ ਇਹ ਇਹ ਦਾ ਨਾ ਜਿਹੜੀ ਪਿਉਂਦ ਹੁੰਦੀ ਆ ਜਿੰਨੇ ਨਿੰਬੂ ਜੱਤੀ ਦੇ ਬੂਟੇ ਨੂੰ ਪਿਉਂਦ ਹੁੰਦੀ ਆ ਉਹ ਇਸ ਦੀ ਜੜ੍ਹ ਦੀ ਹੁੰਦੀ ਆ ਖੱਟੀ ਦੀ ਜੜ੍ਹ ਦੀ ਹੁੰਦੀ ਆ ਇਹਦੀ ਜੜ੍ਹ ਬਹੁਤ ਇਹ ਫਰੂਟ ਦਾ ਨਾ ਜੱਟੀ ਖੱਟੀ ਆ ਇਹ ਬੂਟੇ ਦਾ ਨਾ ਜੱਟੀ ਖੱਟੀ ਆ ਹੂੰ ਬਣੂ ਇਹ ਐਡਾ ਸਾਰਾ ਇਹ ਫਰੂਟ ਗਲਗਲ ਟਾਈਪ ਆ ਆਚਾਰ ਬੰਦਾ ਆਚਾਰ ਬੜਾ ਵਧੀਆ ਬਣਦਾ ਪਰ 2 ਸਾਲਾਂ ਚ ਬਣਦਾ ਇਹ ਪਾ ਕੇ ਭੁੱਲਣਾ ਪੈਂਦਾ ਤੇ 2 ਸਾਲ ਬਾਅਦ ਆਚਾਰ ਬਣੇ 2 ਸਾਲ ਪਾਤਾ ਅੱਜ 2 ਸਾਲ 2 ਸਾਲਾਂ ਬਾਅਦ ਆਚਾਰ ਬਣੂਗਾ ਬਹੁਤ ਚੀੜਾ ਹੁੰਦਾ ਫਰੂਟ ਇਹ ਹੂੰ ਕਿੰਨੇ ਕਿ ਬੂਟੇ ਲਾਇਏ ਹੋ ਨੇ ਜੰਗਲ ਚ ਇਹਦਾ ਇੱਕੋ ਹੀ ਆ ਜੀ ਕੋਈ ਇਹਨਾਂ ਦਾ ਆਪ ਨੂੰ ਬੜਾ ਚਾਹੀਦਾ ਨਹੀਂ ਹੁੰਦਾ ਹੁਣ ਇੰਨਾ ਹੋ ਗਿਆ ਇਹਦਾ ਚਾਹਿਆ 20 ਕਰਾਂ ਦਾ 4 ਰੁਪਏ ਜੀ ਹੂੰ ਇਹ ਬਹੁਤ ਲੱਗ ਜਾਣਾ ਬਹੁਤ ਹੋ ਜਾਣਾ ਇਹ ਮਾਰਕੀਟਿੰਗ ਹੁੰਦੀ ਹੈ ਇਹਦੀ ਮਾਰਕੀਟਿੰਗ ਤਾਂ ਕੀਤੀ ਨਹੀਂ ਇਹਦੀ ਮੈਂ ਕਰ ਸਕਦੇ ਆ ਕਰਨੀ ਹੋਵੇਦਾ ਗਲਗਲ ਦੇ ਰੂਪ ਚ ਡਿਮਾਂਡ ਤਾਂ ਪੈਦਾ ਕਰਨੀ ਪਊਗੀ ਹਾਂ ਕਈ ਚੀਜ਼ਾਂ ਦੀ ਡਿਮਾਂਡ ਪੈਦਾ ਕਰ ਵੀ ਲੈਨੇ ਆ ਪਰ ਮੈਂ ਦੇਖਿਆ ਵੀ ਜਿਹੜੇ ਮੈਂ ਥੋੜਾ ਸੌਖਾ ਜਿਹਾ ਕੰਮ ਕਰਕੇ ਰਾਜੀ ਹੁੰਦਾ ਜਿਹੜੀ ਚੀਜ਼ ਮੰਡੀ ਸੌਖੀ ਵੇਖ ਰਹੀ ਹੈ ਨਾ ਕਮ ਦਾ ਇਵੈਂਟ ਸੋਖੇ ਰ ਕਰ ਰਹੇ ਹੈ ਨਹੀਂ ਇਹ ਤਾਂ ਬਹੁਤ ਸੋਖ ਹੈ ਹੈ ਇਹ ਤਾਂ ਬਹੁਤ ਸੋਖ ਹੈ ਕੁਦਰਤੀ ਖੇਤੀ ਆੜਾ ਕੁਦਰਤੀ ਖੇਤੀ ਯਾਰ ਮੈਂ ਕੋਈ ਰੇ ਦਾ ਘਟਾ ਚੱਕੀ ਨ ਤੁਰਨਾ ਠੀਕ ਹੈ ਮੈਂ ਕੋ ਢੋਲੀ ਨੂੰ ਮੋਢੇ ਤੇ ਪਾਉਣੀ ਹੂੰ ਮੈਂ ਕਿਸੇ ਸਾਹੂਕਾਰ ਤੋਂ ਪੈਸੇ ਲੈਣ ਨਹੀਂ ਜਾਣੇ ਮੈਂ ਕੋਈ ਲਿੰਟ ਨਹੀਂ ਕਰਾਉਣੀ ਮੈਂ ਸੋਸਾਇਟੀ ਤੋਂ ਪੈਸਾ ਨਹੀਂ ਚੱਕਣਾ ਮੈਂ ਸੋਖਾ ਯਾਰ ਹੂੰ ਮੈਨੂੰ ਨਾਲ ਦੇ ਗਵਾਂਢੀ ਦੀ ਰੀਸ ਨਹੀਂ ਵੀ ਉਹਦੇ ਕੋਲ ਵੱਡੀ ਗੱਡੀ ਆ ਮੇਰੇ ਕੋਲ ਛੋਟੀ ਜਵੇਗਾ ਠੀਕ ਹੈ ਜੀ ਉਨਕੋ ਮਸਲਾ ਨਹੀਂ ਮੇਰੇ ਕੋਲ ਅੱਛਾ ਮੇਰੇ ਇੱਕ ਖੇਚ ਮੇਰੇ ਕੋਲ ਇੰਨਾ ਕੰਮ ਹੈ ਮੇਰੇ ਕੋਲ ਕਿਸੇ ਪਿੰਡ ਜਾ ਕੇ ਖੂਜੇ ਤੇ ਬੈਠਣ ਦੀ ਲੋਕਾਂ ਨਾਲ ਗੱਲਾਂ ਕਰਨ ਦੀ ਪਿੰਡ ਪੱਦਰ ਦੀ ਹਲਕੀ ਰਾਜਨੀਤੀ ਦਾ ਮੇਰੇ ਕੋਲ ਟਾਈਮ ਨਹੀਂ ਉਹ ਵੀ ਇੱਕ ਪੋਜ਼ਿਟਿਵ ਪੱਖ ਹੈ ਅਸੀਂ ਵਿਹਲੇ ਬੈਠੇ ਜੀ ਨੇ ਹਲਕੀਆਂ ਰਾਜਨੀਤੀਆਂ ਕਰਦੇ ਆ ਆ ਗੀ ਹੋ ਗਿਆ ਉਹ ਕਿਧਰ ਜਾਂਦਾ ਉਹ ਕਿਧਰ ਜਾਂਦੀ ਆ ਹੂੰ ਠੀਕ ਹੈ ਉਹ ਨੈਗੇਟਿਵ ਪੱਖ ਹੈ ਥੜੀ ਸੋਸਾਇਟੀ ਦਾ ਤੁਸੀਂ ਕੰਮ ਕਰ ਰਹੇ ਹੋ ਜਦੋਂ ਪਹਿਲੀ ਵਾਰ ਰਵੀ ਇਹ ਕਰਦਾ 12 ਕਿਲੇ ਆ ਕੇ ਰਵੀ ਨੇਤਾ ਡਾਕਟਰ ਆਜਾ ਦਾ ਲੈਕਚਰ ਸੁਣਿਆ ਉੱਥੇ ਰਵੀ ਹੋਰ ਵੀ ਤੇਰੇ ਬੈਠੇ ਹੋਣਗੇ ਠੀਕ ਹੈ ਨਾ ਉਹ ਕਈ ਵਾਰੀ ਡੇਰੀ ਫਾਰਮ ਵਾਲਾ ਮਿੱਤਰ ਹੈ ਮੇਰਾ ਹੱਸਦਾ ਹੁੰਦਾ ਹੈ ਕਹਿੰਦਾ ਲੋਕ ਰਾਤ ਨੂੰ ਕਹਿੰਦਾ ਡੇਰੀ ਫਾਰਮ ਖੋਲਦੇ ਨੇ ਮੋਅਲ ਤੇ ਕਹਿੰਦਾ ਤੜਕੇ ਨੂੰ ਬੰਦ ਕਰ ਦਿੰਦੇ ਨੇ ਹੈ ਤੇ ਕਹਿੰਦਾ ਕਹਿੰਦਾ ਕਈ ਮੱਝਾਂ ਕਹਿੰਦਾ ਮੈਂ ਰੱਖੀਆਂ ਨੇ ਹਿਸਾਬ ਤਾਂ ਪਿੰਡ ਲਈ ਜਾਂਦਾ ਜਦੋਂ ਰਵੀ ਨੇ ਆਤ ਸ਼ੁਰੂ ਕੀ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵਾਲੇ ਦੋੜੇ ਰੈਐਕਸ਼ਨ ਕੀ ਸੀਗਾ ਅੱਜ ਰਵੀ ਦਾ ਆਲਾ ਦੁਆੜਾ ਜਿਹੜਾ ਨੇੜੇ ਦਾ ਰੀਐਕਸ਼ਨ ਅਸਲ 'ਚ ਮੈਨੂੰ ਕੁਝ ਗੱਲਾਂ ਦੇ ਫਾਇਦੇ ਆ ਕਿ ਤਾ ਮੈਂ ਪਿੰਡੋਂ ਦੂਰ ਬੈਠਾਂ ਮੈਨੂੰ ਤਾਂ ਸਾਡੇ ਸਪੀਕਰ 'ਚ ਬੋਲਿਆ ਹੋਇਆ ਵੀ ਕਈ ਵਾਰੀ ਕੋਈ ਜਾਣ ਪਛਾਣ ਵਾਲੇ ਬੰਦੇ ਦੀ ਕੋਈ ਹਨਾ ਕਿਸੇ ਇੱਕ ਪਰਿਵਾਰ 'ਚ ਮੌਤ ਹੋ ਜਾਂਦੀ ਹੈ ਉਹ ਵੀ ਮਹੀਨੇ ਬਾਅਦ ਪਤਾ ਲੱਗਦਾ ਵੀ ਅੱਛਾ ਆ ਹੋ ਗਿਆ ਸੀ ਤਾਂ ਮੈਂ ਪਿੰਡ ਬਹੁਤ ਘਟ ਜਾਣਾ ਕੰਮ ਆ ਤਾਂ ਜਾਣਾ ਠੀਕ ਹੈ ਮੈਨੂੰ ਤਾਂ ਸਪੀਕਰ ਵੀ ਨਹੀਂ ਸੁਣਦਾ ਸੋ ਜਿਹੜੀਆਂ ਗੱਲਾਂ ਹੋਈਆਂ ਉਹ ਪਿੱਠ ਪਿੱਛੇ ਹੋਈਆਂ ਠੀਕ ਹੈ ਜੀ ਹੁਣ ਵੀ ਪਿੱਠ ਪਿੱਛੇ ਹੀ ਹਾਂ ਹਾਂਜੀ ਤੇ ਉਹ ਹੋਈ ਜਾਣ ਬਾਕੀ ਜੇ ਮੂੰਹ ਤੇ ਵੀ ਕਹਿਣਗੇ ਮੈਂ ਤਾਂ ਉਹਦੇ ਵੀ ਖੁਸ਼ ਹਾਂ ਆਪਾਂ ਨੂੰ ਕੀ ਸਮੱਸਿਆ ਏ ਹਰ ਬੰਦੇ ਦਾ ਉਹਦਾ ਹ ਇਹਦਾ ਜਿਵੇਂ ਤੁਸੀਂ ਇਹਦੀ ਜੱਟੀ ਖੱਟੀ ਜਿਹੜਾ ਤੁਸੀਂ ਗੱਲ ਕਰੀ ਇਹਦੀ ਇਹ ਕੋਈ ਵੱਡੇ ਪੱਧਰ ਤੇ ਵੀ ਕੰਮ ਕਰ ਰਿਹਾ ਕੋਈ ਬੰਦਾ ਨਹੀਂ ਜੱਟੀ ਖੱਟੀ ਦਿੰਨੀ ਗੱਲ-ਗੱਲ ਦਾ ਤਾਂ ਕਰਦੇ ਹੋਣਗੇ ਹਾਂ ਗੱਲ-ਗੱਲ ਕਰਦਾ ਤਾਂ ਹੁੰਦਾ ਹੋਊਗਾ ਇਹਦਾ ਨਹੀਂ ਗੱਲ ਮੈਨੂੰ ਘੱਟ ਮਿਲਦਾ ਚਾਰ ਮਾਰਕੀਟ ਜਿਹਦਾ ਵੀ ਨਹੀਂ ਅਚਾਰ ਸ਼ਾਇਦ ਨਾ ਹੱਦ ਪਹਿਲਾਂ ਤੁਸੀਂ ਤਾਂ ਆਪ ਕਰੇ ਬਣਾਉਣੇ ਹਾਂਜੀ ਹਾਂ ਕਰਿਆ ਤੇ ਯਾਰ ਬਾ ਕਿਵੇਂ ਦਾ ਰਿਹਾ ਪਿਆ ਹੁਣ ਵੀ ਹੋਊਗਾ ਤੁਹਾਨੂੰ ਦਿਖਵਾ ਦਿੰਨੇ ਆਂ ਦੇਖ ਲਿਓ ਹੂੰ ਛਿਲਕਾ ਮੋਟਾ ਹੁੰਦਾ ਬਸ ਹੁੰਦਾ ਦੋ ਸਾਲ ਲੱਗ ਜਾਂਦੇ ਆ ਹੂੰ अनारਦਕ ਕੀ ਤਿਆਰ ਬਰੇ ਇਹ ਨਾਰ ਇਹ ਤਿਆਰ ਬੇ ਵਾਲੀ ਨਹੀਂ ਸਾਰੇ ਇਹ ਚੋਂ ਮੈਂ ਬਹੁਤੇ ਬੂਟੇ ਆਪ ਤਿਆਰ ਕੀ ਤੁਸੇ ਬੀਆਂ ਤੋਂ ਬਾਜ਼ਾਰ ਵਾਲਾ ਨਾਰ ਖਾ ਕੇ ਬੀਆਂ ਤੋਂ ਤਿਆਰ ਕੀਤੇ ਹੋਏ ਨੇ ਤੇ ਐਦ ਕੀ ਇਹਨਾਂ ਦਾ ਮੈਨੂੰ ਰਿਜ਼ਲਟ ਆ ਰਿਹਾ ਹੈਗਾ ਵੀ ਹੁਣ ਆਹ ਨਾਰ ਚ ਮੈਂ ਆਹ ਮੇਰੇ ਕੱਟ ਕੇ ਦੇਖਾਂ ਵੀ ਇਹ ਚੋਂ ਇਹ ਚ ਲਾਲ ਦਾਣਾ ਬਣ ਰਿਹਾ ਹੈਗਾ ਇਹ ਤਿੰਨ ਚਾਰ ਬੂਟੇ ਨੇ ਇੱਕ ਤਰ੍ਹਾਂ ਦੇ ਤੇ ਇਹ ਮੈਨੂੰ ਇਹ ਲੱਗ ਰਿਹਾ ਵੀ ਇਹ ਇਹ ਗੁਰੂ ਇਹ ਮੈਂ ਹੀ ਕੱਟਿਆ ਮਾਰ ਕੇ ਦੇਖਿਆ ਵੀ ਦਾਣਾ ਕਿਸ ਤਰ੍ਹਾਂ ਦਾ ਬਣ ਰਿਹਾ ਹਾਂ ਇਹਨੂੰ ਫਲ ਵੀ ਸੋਹਣਾ ਲੱਗਿਆ ਸਾਈ ਵੀ ਬਹੁਤ ਸੋਹਣਾ ਬਣਿਆ ਤੇ ਟੇਸਟ ਵੀ ਦਾ ਠੀਕ ਆ ਸੀ ਇੱਕ ਦਾ ਖਾ ਕੇ ਦੇਖਿਆ ਜਿਹੜਾ ਪਹਿਲਾਂ ਪੱਗਿਆ ਸੀ ਤੇ ਇਹਦੇ ਤੋਂ ਜੇ ਹੁਣ ਮੈਂ ਇਸ ਸਾਲ ਪੂਰਾ ਦੇਖਣਾ ਇਹਨੂੰ ਵੀ ਇਹ ਵਧੀਆ ਬਣਿਆ ਤਾਂ ਅਗਲੀ ਵਾਰੀ ਇਹਦੀਆਂ ਕਲਮਾਂ ਤੋਂ ਬੂਟੇ ਤਿਆਰ ਕਰ ਲੈਣੇ ਆ ਹੂੰ ਉਹ ਜਲਦੀ ਹੋ ਜਾਣਗੇ ਜਿਵੇਂ ਤੁਸੀਂ ਕਿਹਾ ਵੀ ਸੋਸਾਇਟੀ ਕੋਲ ਨਹੀਂ ਜਾਂਦੇ ਹੈਗੇ ਆਰਟੀ ਕੋਲ ਜਾਣ ਦੀ ਲੋੜ ਨਹੀਂ ਲਿੰਟਾ ਕਰਾਉਣ ਦੀ ਲੋੜ ਨਹੀਂ ਜਿਹੜੇ ਤੁਸੀਂ ਇਹ ਅਸਲ ਵਿੱਚ ਬਹੁਤ ਵੱਡੇ ਸਵਾਲ ਨੇ ਆਪਣੇ ਆਪ ਦੇ ਵਿੱਚ ਲਿੰਮਟਾਂ ਹੀ ਲੋੜ ਕਾਤੋਂ ਪੈਂਦੀ ਏ ਇਹ ਵੀ ਇੱਕ ਸਵਾਲ ਹੈ ਨਵੇਂ ਬਿੰਦਾ ਵੱਡਾ ਬਿਜ਼ਨਸਮੈਨ ਕੀ ਕਹਿੰਦਾ ਹੁੰਦਾ ਕਹਿੰਦਾ ਵੀ ਜੇ ਤੁਸੀਂ ਲੋਨ ਲੈ ਰਹੇ ਹੋ ਵਿਆਹ ਵਾਸਤੇ ਲੈ ਰਹੇ ਹੋ ਜਾਂ ਕਾਰ ਵਾਸਤੇ ਲੈ ਰਹੇ ਹੋ ਜੇ ਤੁਸੀਂ ਉਹ 20 ਲੱਖ ਲੈ ਰਹੇ ਹੋ ਜਿਹਦਾ ਬਿਨਸ ਵਾਸਤੇ ਲੈ ਰਹੇ ਹੋ ਫਿਰ ਤਾਂ ਠੀਕ ਹੈ ਵੀ ਹਾਂ 20 ਡਬਲ ਹੋ ਜੀ ਫਿਰ ਤਾਂ ਜੇ ਕਾਰ ਵਾਸਤੇ ਵਿਆਹ ਵਾਸਤੇ ਲੈ ਲਿਆ ਫਿਰ ਗਿਆ ਉਹਨੇ ਕਿਹਾ ਰਿਕਵਰ ਕਰਨਾ ਮੜ ਕੇ ਇਹ ਲੋਨ ਦਾ ਪਤਾ ਕੀ ਹੈ ਜੀ ਲੋਨ ਜੇ ਤੁਸੀਂ ਬੈਂਕਿੰਗ ਦੇ ਸਿਸਟਮ ਚ ਆਉਣਾ ਬੈਂਕ ਬੈਂਕ ਦੀ ਜਿਹੜੀ ਸਭ ਤੋਂ ਵੱਡੀ ਕਮਾਈ ਤੁਹਾਨੂੰ ਪਤਾ ਦੋ ਡਿਪਾਰਟਮੈਂਟ ਚ ਇੱਕ ਲੋਨ ਡਿਪਾਰਟਮੈਂਟ ਇੱਕ ਕ੍ਰੈਡਿਟ ਕਾਰਡ ਸਭ ਤੋਂ ਵੱਧ ਕਮਾਈ ਕਿਸੇ ਵੀ ਬੈਂਕ 'ਚ ਤੁਹਾਡਾ ਕੋਈ ਮਿੱਤਰ ਪਿਆਰਾ ਲੱਗਿਆ ਹੋਵੇ ਪਤਾ ਕਰ ਲਿਓ ਹਰ ਬੈਂਕ ਦੀ ਇਹ ਦੋ ਡਿਪਾਰਟਮੈਂਟਾਂ ਦੀ ਕਮਾਈ ਆ ਫੋਨ ਕਰਦੇ ਨੇ ਕ੍ਰੈਡਿਟ ਕਾਰਡ ਲੈ ਲਓ ਉਹ ਫੋਨ ਐਸੇ ਕਰ ਕੀ ਕਰਦੇ ਨੇ ਨਾ ਹੂੰ ਤੇ ਇਹ ਗੱਲ ਮੈਨੂੰ ਇਸ ਖੇਤੀ ਮੇਰੀਆਂ ਵੀ ਸੀਗੀਆਂ ਲਿਮਟਾਂ ਸਾਰਾ ਕੁਝ ਸੀਗਾ ਇਸ ਖੇਤੀ ਜਾ ਕੇ ਮੈਨੂੰ ਇਹ ਕਹਾਣੀ ਸਮਝ ਆ ਗਈ ਵੀ ਯਾਰ ਵੀ ਜੇ ਮੇਰੇ ਤੇ ਇਹ ਤਲਵਾਰ ਲਮਕਦੀ ਰਹੀ ਵੀ ਮੈਂ 6 ਮਹੀਨੇ ਬਾਅਦ ਕਿ ਕਿ ਜਦੋਂ ਸ਼ੁਰੂ ਮੈਂ ਸ਼ੁਰੂਆਤ ਜੀ ਇਹੇ ਜੀ ਖੇਤੀ ਨਹੀਂ ਸੀ ਸ਼ੁਰੂਆਤ ਤਾਂ ਆਈ ਸੀ ਨਾ ਵੀ ਮੈਂ ਕਣਕ ਝੋਨਾ ਕਰਦਾ ਸੀਗਾ ਉੱਚ ਕੈਮੀਕਲ ਬੰਦ ਕਰਤੀ ਜੀਰੀ ਆਰਗੈਨਿਕ ਕਣਕ ਆਰਗੈਨਿਕ ਹੂੰ ਹੌਲੀ ਹੌਲੀ ਸਿੱਖਿਆ ਮੈਂ ਵੀ ਲੋਕਾਂ ਨੂੰ ਦੇਖ ਕੇ ਕਿਤਾਬਾਂ ਪੜ੍ਹ ਕੇ ਵੀ ਕੀ ਹੋ ਸਕਦਾ ਕਿਵੇਂ ਆ ਆਪ ਦੇ ਤਜਰਬਿਆਂ ਤੋਂ ਸਿੱਖ ਸਿੱਖ ਕੇ ਜੰਗਲ ਤੱਕ ਪਹੁੰਚਿਆ ਪਰ ਉਹ ਸਿੱਖਣ ਦੇ ਵਿੱਚ ਇੱਕ ਗੱਲ ਇਹ ਵੀ ਆਈ ਕਿ ਜੇ ਅਸੀਂ ਬੈਂਕਾਂ ਦੇ ਨਾਲ ਜੁੜੇ ਰਹੇ ਤਾਂ ਸਾਡੀ ਖੇਤੀ ਕਦੇ ਵੀ ਆਜ਼ਾਦੀ ਨਾਲ ਨਹੀਂ ਹੋ ਸਕਦੀ ਹੂੰ ਜੇ ਮੇਰੇ ਸਿਰ ਤੇ ਲਿਮਟ ਦੀ ਤਲਵਾਰ ਲਮਕਦੀ ਜੀ ਮੇਰੀ ਕੀ ਹਿੰਮਤ ਆ ਮੈਂ ਗੇਠਾਂਾਂ ਵੀ ਛੱਡ ਦੇਂ ਜੰਗਲ ਹੀਟ ਹੂੰ ਸੋ ਪਹਿਲਾਂ ਮੈਂ ਸ਼ੁਰੂਆਤ ਜੀ ਫਿਰ ਉਧਰ ਨੂੰ ਪੈ ਗਿਆ ਪਹਿਲਾਂ ਵੀ ਪਹਿਲਾਂ ਤਾਂ ਇਨ੍ਹਾਂ ਦਾ ਪਸਾਬਕ ਤਾਂ ਮੈਂ ਨੱਕੀ ਕਰੀਏ ਇਹ ਨਵੇੜੀ ਲਿਮਟਾਂ ਫਿਰ ਦੇਖਦੇ ਠੀਕ ਹੈ ਜੀ ਨਾ ਇਹ ਖੇਤੀ ਦੇ ਨਾਲ-ਨਾਲ ਮੈਂ ਪਹਿਲਾਂ ਕੰਮ ਕਰ ਜੇ ਲਿਮਟਾਂ ਸੋਸਾਇਟੀ ਤੋਂ ਮੇਰੇ ਕੋਲ ਆਉਂਦੇ ਸੀਗੇ ਹਰ ਵਾਰੀ ਲੈਣ ਦੇ ਸੀ ਕੈਸ਼ ਉਹ ਬੰਦ ਕਰਤਾ ਹੂੰ ਸਾਰਾ ਉਹ ਨੱਕੀ ਕਰਦਾ ਵੀ ਨਾ ਖਰਚੇ ਆਪ ਦੇ ਘਟਾ ਲੇ ਬਿਲਕੁਲ ਜ਼ੀਰੋ ਤੇ ਲਿਆਏ ਖਰਚੇ ਕਰਦੇ ਇਸ ਕਿੱਲੇ ਦੇ ਵਿੱਚ ਕਿੰਨੀ ਕੀ ਤਰ੍ਹਾਂ ਦੇ ਜਿਹੜੇ ਫਰੂਟ ਹੈ ਉਹ ਲੱਗੇ ਹੋਏ ਨੇ ਵੈਸੇ ਤਾਂ ਬੱ ਚੱਲ ਰਹੇ ਹੌਲੀ ਹੌਲੀ ਹਾਂਜੀ ਇਸ ਕਿੱਲੇ ਦੇ ਨਾਲ ਇੱਕ ਜਿਹੜਾ ਉਧਰ ਆ ਜਾਂ ਇਧਰ ਸਾਰੇ ਮੇਰੇ ਕੋਲ ਹੈਗੇ ਕੋਈ 45 ਕਿਸਮ ਦੇ ਫਲ ਨੇ ਜੀ 45 ਕਿਸਮ ਦੇ ਫਲ ਆ ਜਿਹੜੇ ਮੈਂ ਕਾਪੀ ਤੇ ਨੋਟ ਕੀਤੇ ਹੋਏ ਆ ਮਗਨਾਉਣ ਲੱਗ ਜੂ 25 30 ਤਾਂ ਤੁਹਾਨੂੰ ਗਣਾਈ ਦਊਗਾ ਪਰ ਕਈ ਵਾਰ ਮਿਸ ਕਰ ਜਾਂਦੇ ਆ 45 ਕਿਸਮ ਦੇ ਮੇਰੇ ਨੋਟ ਕੀਤੇ ਹੋਏ ਨੇ ਵੀ ਇੰਨੇ ਫਲ ਆਪਣੇ ਕੋਲ ਹੈਗੇ ਆ ਤੇ ਮੈਨੂੰ ਆਇ ਲੱਗਦਾ ਜੀ ਲਗਭਗ ਐਤ ਕੀ ਇੱਕ ਦੋ ਰਹਿੰਦੇ ਸੀ ਖਾਣ ਵਾਲੇ ਉਹ ਖਾਲੇ ਨੇ ਬਿੱਲ ਐਤ ਕੀ ਲੱਗਿਆ ਸਾਡੇ ਤੇ ਮਤਲਬ ਜਿਹੜੇ ਰਹਿੰਦੇ ਸੀ ਇੱਕ ਦੋ ਖਾਲਾ ਰਵੀ ਤੇ ਹੋਰ ਕਿਸਾਨ ਭਰਾਵਾਂ ਨੂੰ ਮਿਲ ਕੇ ਇਹ ਮਹਿਸੂਸ ਕਰ ਲੱਗ ਪੈਨੇ ਆ ਵੀ ਜਿਹੜਾ ਬੰਦਾ ਪਿੰਡ ਚ ਖੇਤੀਬਾੜੀ ਕਰਦਾ ਹੈ ਖਾਸ ਕਰਕੇ ਆਰਗੈਨਿਕ ਸਬਜੀ ਬੀਜਦਾ ਜਾਂ ਫਰੂਟ ਕਰਦਾ ਹੈ ਕਿ ਸਾਰਾ ਪਿੰਡ ਤੋਂ ਦੇ ਕੋਲ ਲੱਗ ਜਾਂਦਾ ਆਲਾ ਦੁਆੜੇ ਪਿੰਡ ਨੇ ਪਿੰਡ ਦੇ ਤਾਂ ਇੱਕ ਦੋ ਬੰਦੇ ਨੇ ਜਿਹੜੇ ਮਿਸ ਸਮਾਨ ਲੈ ਕੇ ਜਾਂਦੇ ਨੇ ਉਹ ਵੀ ਉਹ ਨੇ ਜਿਹੜੇ ਸ਼ਹਿਰ ਚ ਰਹਿੰਦੇ ਨੇ ਪਿੰਡ ਚ ਨਹੀਂ ਰਹਿੰਦੇ ਤੇ ਉਹ ਖੇਤੀ ਨਹੀਂ ਕਰਦੇ ਪਿੰਡ ਪਿੰਡ ਦੇ ਬਹੁਤ ਲੋਕ ਘਟ ਬਹੁਤ ਘਟ ਐਮੀ 2000 ਬੰਦੇ ਹੋਣ ਕੋਈ ਤੁਹਾਡਾ ਮੈਸੇਜ ਨਹੀਂ ਗਿਆ ਪਿੰਡ ਤੱਕ ਜਾ ਪਿੰਡ ਜਾ ਪਿੰਡ ਨੂੰ ਆਪਣਾ ਨਜ਼ਰੀਆ ਸੋਚ ਉਹ ਚੀਜ਼ਾਂ ਬਦਲਣੀਆਂ ਪੈਣਗੀਆਂ ਕਾਫੀ ਕੋਈ ਕਈ ਕਈ ਗੱਲਾਂ ਹੁੰਦੀਆਂ ਨੇ ਕਈ ਗੱਲਾਂ ਜਾਂ ਜਿਹੜਾ ਜੈਲਸੀ ਫੈਕਟਰ ਆਮ ਤੌਰ ਤੇ ਪਿੰਡਾਂ 'ਚ ਮਿਲ ਜਾਂਦਾ ਹੈ ਜੈਲਸੀ ਫੈਕਟਰ ਤਾਂ ਨਹੀਂ ਮੈਨੂੰ ਪਤਾ ਵੀ ਕੋਈ ਹੋਣਾ ਮੇਰੇ ਨਾਲ ਜਾਂ ਨਹੀਂ ਹੂੰ ਤੇ ਪਰ ਮਤਲਬ ਮੈਨੂੰ ਆ ਲੱਗਦਾ ਪਿੰਡ ਵਾਲਿਆਂ ਦੀ ਇੰਨੀ ਸੋਚ ਹੀ ਨਹੀਂ ਉਹਨਾਂ ਨੂੰ ਲੱਗਦਾ ਨਹੀਂ ਯਾਰ ਇਹ ਐਡੇ ਕੀ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਹਲੇ ਆਏ ਹੀ ਊਮੀ ਹੈ ਜਿਵੇਂ ਆਪਾਂ ਕਹੇ ਨੇ ਵੀ ਖੁੱਲੀ ਜੀ ਸੋਚ ਲਾ ਲਓ ਜਾਂ ਮੋਟੀ ਜੀ ਸੋਚ ਲਾ ਲੋ ਕੁਝ ਨਹੀਂ ਹੁੰਦਾ ਇਹਦਾ ਐਂ ਚੱਲੀ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਜੇ ਪਿੰਡ ਦੀ ਚੀਜ਼ ਪਿੰਡ ਚ ਰਵੇ ਤਾਂ ਆਰਥਿਕਤਾ ਦਾ ਕੋਈ ਮੋੜ ਤੋੜ ਕੋ ਫਰਕ ਕੀ ਹੋਣਾ ਚਾਹੀਦਾ ਹੈ ਪਿੰਡ ਦੀ ਆਰਥਿਕਤਾ ਬਹੁਤ ਵੱਡੀ ਚੀਜ਼ ਸੀ ਜੇ ਤੁਸੀਂ ਪਹਿਲਾਂ ਜਿਹੜਾ ਮੈਂ ਵੀ ਉਹ ਸੇਪੀ ਵਾਲਾ ਸਿਸਟਮ ਵੀ ਦੇਖਿਆ ਵੀ ਅਸੀਂ ਕੋਈ 5-7 ਬੰਦੇ ਸੀਗੇ ਜਿਨ੍ਹਾਂ ਤੋਂ ਕੰਮ ਕਰਾਉਂਦੇ ਸੀ ਕਿਸੇ ਤੋਂ ਲੱਕੜ ਦਾ ਕਿਸੇ ਤੋਂ ਕੋਈ ਕਹੀ ਦਾ ਲੋਹੇ ਦਾ ਸਾਰਾ ਕੰਮ ਕਰਾਉਂਦੇ ਸੀ ਤੇ ਮੈਂ ਮਨ ਨਾਲ ਇਹ 9ਵੀਂ 10ਵੀਂ ਤੱਕ ਮੇਰੇ ਚੱਲਦਾ ਰਹੇ ਮੈਂ 94 ਜਿਹੇ 10ਵੀਂ ਕਰੀਆ ਉਹ ਸਾਡੇ ਸਕੂਟਰ ਹੁੰਦਾ ਕਿ ਮੇਰੇ ਫਾਦਰ ਸਾਹਿਬ ਮੁਲਾਜ਼ਮ ਸੀਗੇ ਤੇ ਮੈਨੂੰ ਸਕੂਟਰ ਸਿੱਖ ਕੇ ਜਦੋਂ ਜਵਾਗ ਹੁੰਦਾ ਚਾਹ ਹੁੰਦਾ ਉਹ ਜਦੋਂ ਮੈਨੂੰ ਯਾਦਾ ਵੀ ਹਣਬਾ ਲੱਗਣਾ ਹਣਬੇ ਉਹਨਾਂ ਨੇ ਗੱਟਾ ਭਰ ਦੇਣਾ ਵੀ ਆ ਆਬੰਤ ਮਿਸਤਰੀ ਕੇ ਫੜਾ ਕੇ ਆ ਲੱਗ ਗਿਆ ਉਹਨਾਂ ਦੇ ਮੈਨੂੰ ਸਕੂਟਰ ਦਾ ਚਾਹ ਹੁੰਦਾ ਤੇ ਮੈਨੂੰ ਯਾਦਾ ਵੀ ਉਹ ਫਲਾਣੇ ਦੇ ਚੋਰਾ ਦੇ ਲਾ ਗਿਆ ਆਬੰਤ ਮਿਸਤਰੀ ਕੇ ਲਾ ਗਿਆ ਆ ਆਪਣੇ ਬਾਬੇ ਦੇ ਦੇ ਗਿਆ ਉਹ ਪੰਜ ਸੱਤ ਗੱਟੇ ਨਿਕਲਦੇ ਸਾਡੇ ਬੋਹਲ ਚੋਂ ਹਾਂ ਤੇ ਜਦੋਂ ਮਰਜੀ ਉਹਨਾਂ ਕੋਲ ਜਾ ਕੇ ਹੀ ਕਹੀ ਲੈ ਜਾਓ ਹੋਰ ਪਾ ਲੈ ਜਾਓ ਕੁਛ ਲੈ ਜਾਓ ਕੰਮ ਕਰਾ ਕੇ ਮੁੜਿਆ ਉਹ ਕੋਈ ਪੈਸਾ ਨਹੀਂ ਦੇਣਾ ਹਾਂ ਬਸ ਉਹਨਾਂ ਕਣਕ ਵੇਲੇ ਕਣਕ ਦੇਣੀ ਹਾਂ ਤੇ ਉਹ ਸਾਰਾ ਕੁਝ ਵਿੱਚ ਹੀ ਚਲੀ ਜਾਂਦਾ ਸਾਡਾ ਠੀਕ ਹੈ ਸਾਡੀ ਆਰਥਿਕਤਾ ਪਿੰਡ ਚ ਹੀ ਸੀ ਹੂੰ ਅੱਛਾ ਬਾਹਰੋਂ ਪੈਸਾ ਆਉਂਦਾ ਸੀ ਜਦੋਂ ਮੈਂ ਖੇਤੀ ਜੀ ਕੋਈ ਜਿੰਸ ਤਿਆਰ ਕਰ ਲਈ ਠੀਕ ਹੈ ਮੇਰੇ ਕੋਲ ਕਣਕ ਜਾਂ ਕੋਈ ਚੀਜ਼ ਪਈ ਆ ਲੋਕ ਸ਼ਹਿਰੋਂ ਆਏ ਮੈਨੂੰ ਪੈਸਾ ਦਿੱਤਾ ਤਾਂ ਸਮਾਨ ਲੈ ਕੇ ਗਏ ਨਾ ਬਾਹਰੋਂ ਪੈਸਾ ਆਇਆ ਹੂੰ ਹੁਣ ਜਦੋਂ ਮੈਂ ਜਾਊਗਾ ਸ਼ਹਿਰ ਨੂੰ ਸ਼ਹਿਰ ਚ ਸਮਾਨ ਲੈਣ ਤਾਂ ਮੇਰਾ ਪਿੰਡ ਦਾ ਪੈਸਾ ਸ਼ਹਿਰ ਚ ਜਾਊਗਾ। ਹੂੰ। ਤੇ ਸਾਡਾ ਹਾਲ ਇਹ ਹੋਇਆ ਪਿਆ ਹੈਗਾ ਵੀ ਅਸੀਂ ਹੁਣ ਪੈਦਾ ਹੀ ਕੁਛ ਨਹੀਂ ਕਰ ਰਹੇ। ਕਣਕ ਆ ਜੀਰੀ ਆ ਸਾਡੀ ਮੇਨ ਫਸਲਾਂ ਦੋ ਹੀ ਨੇ। ਹੂੰ। ਕਣਕ ਅਸੀਂ ਆਪ ਦੀ ਰੱਖ ਲੈਨੇ ਆ। ਠੀਕ ਹੈ ਜੀ। ਜਿਹੜਾ ਖੇਤੀ ਕਰਦਾ ਉਹ ਰੱਖ ਲੈਂਦਾ। ਜਿਹੜਾ ਖੇਤੀ ਨਹੀਂ ਕਰਦਾ ਉਹ ਐਮਪੀ ਦੀ ਖਾਣ ਲੱਗ ਗਿਆ। ਠੀਕ ਹੈ ਜੀ। ਐਮਪੀ ਦੀ ਇਹ ਬੜਾ ਭੂਸਵਾਰਾ ਯਾਰ ਇਹ। ਨਹੀਂ ਉਹ ਵੀ ਕਪੜਾ ਹੀ ਆ ਬਹੁਤ ਵੱਡਾ। ਉਹਨੀ ਐਮਪੀ ਚ ਪੈਦਾ ਨਹੀਂ ਹੁੰਦੀ ਜਿਹਨੀ ਪੰਜਾਬ ਚ ਵਿਕ ਰਹੀ ਆ। ਐਮਪੀ ਜੋ ਨਹੀਂ ਕਣਕ ਨਹੀਂ ਪੈਦਾ ਹੁੰਦੀ ਜਿੰਨੀ ਪੰਜਾਬ ਚ ਵਿਕਦੀ ਆ ਉਹ ਵੀ ਝੂਠੀ ਆ ਤੇ ਚਲੋ ਲੋਕਾਂ ਨੂੰ ਦੂਰ ਦੀਆਂ ਲੱਗਦਾ ਬਹੁਤ ਵਧੀਆ ਹੂੰ ਤੇ ਜੀਰੀ ਅਸੀਂ ਖਾਂਦੇ ਨਹੀਂ ਤੁਸੀਂ ਇਹ ਦੇਖੋ ਇੱਕ ਬੰਦੇ ਦੀ ਰਸੋਈ ਚ ਜੇ ਅਸੀਂ ਸਾਦੀ ਰਸੋਈ ਲਾਈਏ ਤਾਂ 40 ਤੋਂ 50 ਆਟਾ ਹੁੰਦੀ ਨੇ ਹਾਂ ਸਾਦੀ ਰਸੋਈ ਚ ਜੇ ਥੋੜੀ ਫੈਂਸੀ ਹੋਵੇ ਤਾਂ 70 ਵੀ ਹੋ ਜਾਂਦੀ ਨੇ ਤੇ 70 ਨਾਲ ਜੋ ਅਸੀਂ ਪੈਦਾ ਕੀ ਕਰਦੇ ਆ ਕਲੀ ਕਣਕ ਚੌਲ ਸਾੜੀ ਖਾਕ ਨਹੀਂ ਤੇ ਉਹ ਜਿਹੜੀਆਂ 68 69 ਚੀਜ਼ਾਂ ਅਸੀਂ ਬਾਜ਼ਾਰ ਚੋਂ ਲਿਆਵਾਂਗੇ ਤਾਂ ਸਾਡਾ ਪੈਸਾ ਗਿਆ ਸਾਡੀ 1 ਜਿੰਸ ਉਹ 70 ਚੀਜ਼ਾਂ ਦਾ ਮੁਕਾਬਲਾ ਕਿਵੇਂ ਕਰੂਗੀ ਤੁਸੀਂ ਪੈਸਾ ਸਾਡੇ ਕੋਲ ਇੱਕ ਜਿੰਸ ਦਾ ਆਉਣਾ ਹੈ ਹੂੰ ਖਰੀਦਣੀ ਅਸੀਂ 70 ਚੀਜ਼ਾਂ ਨੇ ਇਹਦਾ ਰਸੋਈ ਸੋਈਆਂ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਸਾਡੇ ਹੁਣ ਸ਼ੌਂਕ ਬਣ ਗਏ ਵੱਡੀਆਂ ਕੋਠੀਆਂ ਵੱਡੀਆਂ ਗੱਡੀਆਂ ਠੀਕ ਹੈ ਜੀ ਦੇਖੋ ਦੇਖੀ ਮੈਨੂੰ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਹੋਰ ਵੀ ਅਰੇ ਵੀ ਤੇਰੀ ਗੱਲ ਇਹ ਸੁਣ ਕੇ ਮੈਨੂੰ ਲੱਗ ਰਿਹਾ ਚੌਲ ਸਾਡੀ ਖਰਾਕ ਨਹੀਂ ਪਰ ਸਾਡੇ ਵਿਆਹਾਂ ਦੇ ਹਰ ਟੈਂਟ ਚ ਹਰ ਪੈਲਸ ਚੌਲ ਛਾਮ ਲਾ ਯਾਰ ਹਾਲਾਂਕਿ ਮੈਨੂੰ ਲੱਗਦਾ ਵੀ ਜੇ ਹੁਣ ਆਹ ਪ੍ਰੋਡਕਟ ਨੇ ਅੱਗੇ ਵਿਆਹ ਸ਼ੁਰੂ ਹੋਣਗੇ ਜੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਮਾਰਕੀਟ ਤੋਂ ਖਰੀਦਦੇ ਆ ਆ ਆ ਵੀ ਤੇ ਰੱਖੇ ਜਾ ਸਕਦੇ ਆ ਫਰੂਟ ਵੀ ਫਰੂਟ ਖਾਓ ਪੀਜੀ ਨੇ ਖਾਣੇ ਸੁੱਖੀ ਵੀਰੇ ਇਹਨੂੰ ਮਸਲਾ ਵਿਆਹ ਆ ਨਾ ਜਿਹੜਾ ਅੱਜ ਦੇ ਟਾਈਮ ਜਿਹੜਾ ਫੰਕਸ਼ਨ ਆ ਵਿਆਹ ਨੂੰ ਵੀ ਛੱਡ ਦਿਓ ਫੰਕਸ਼ਨ ਆ ਜਿਹੜਾ ਅਸੀਂ ਕਰਦੇ ਆ ਉਹ ਅਸੀਂ ਆਪਦੀ ਖੁਸ਼ੀ ਲਈ ਘਟ ਕਰ ਰਹੇ ਆ ਅਸੀਂ ਆਪਦੀ ਗੋ ਨੂੰ ਸੈਟੀਸਫਾਈ ਕਰਨ ਲਈ ਬਹੁਤ ਜਿਆਦਾ ਕਰਦੇ ਆ ਹੂੰ ਪਿਛਲੇ 6 ਸਾਲਾਂ 'ਚ ਮੇਰਾ ਤਜਰਬਾ ਥੋੜਾ ਵੀ ਹੋਊਗਾ ਤੁਸੀਂ ਕਿਸੇ ਮਰਗ ਦੇ ਭੋਗ ਤੇ ਗਏ ਹੋਵੋਗੇ ਪਿਛਲੇ ਪਿਛਲੇ 6 ਸਾਲਾਂ ਚ ਮੈਂ ਇਹ ਨੋਟ ਕੀਤਾ ਮੈਂ ਕੋਈ ਪੰਜ ਛੇ ਭੋਗਾਂ ਤੇ ਗਿਆ ਵੀ ਤਿੰਨ ਚੀਜ਼ਾਂ ਕੱਢ ਦਈਏ ਬਾਕੀ ਸਾਰਾ ਵਿਆਹ ਸੀ ਉਥੇ ਮੀਟ ਨਹੀਂ ਸੀ ਦਾਰੂ ਨਹੀਂ ਸੀ ਇੱਕ ਗਾਉਣ ਵਜਾਉਣੀ ਸੀ ਇਹ ਤਿੰਨ ਚੀਜ਼ਾਂ ਕੱਢ ਦਿਓ ਬਾਕੀ ਸਾਰਾ ਕੀ ਤੁਹਾਡੀ ਕੋਈ ਤੁਹਾਨੂੰ ਫਰੂਟ ਵਾਲੀ ਸਟਾਲ ਨਹੀਂ ਸੀ ਲੱਗੀ ਕੀ ਸਲਾਦ ਵਾਲਾ ਨਹੀਂ ਸੀ ਕੀ ਤੁਹਾਡੇ ਬਫੇ ਨਹੀਂ ਸੀ ਲੱਗੇ ਹੋਇਆ ਸਭ ਕੁਝ ਸਾਡੀ ਕੀ ਸੀ ਅੱਗੇ ਸਾਡੇ ਕੋਈ 80 90 ਸਾਲ ਦਾ ਬਜ਼ੁਰਗ ਹੈ ਜਲੇਬੀਆਂ ਪਕਾਉਂਦੇ ਬਸ ਹੂੰ ਸਭ ਤੋਂ ਵੱਡੀ ਐਡਵੈਂਟੇਜ ਆ ਜਲੇਬੀਆਂ ਕੱਢਦੇ ਮੇ ਉਹਨਾਂ ਨੇ ਠੀਕ ਹੈ ਬੱਲੇ ਬੱਲੇ ਹੋ ਜਾਂਦੀ ਤੂੰ ਹੁਣ ਜਲੇਬੀ ਨੂੰ ਤਾਂ ਉਸੇ ਕੋਈ ਵੈਰੀ ਵੀ ਨਹੀਂ ਖਾਂਦੇ ਇਹਦੇ ਬਾਰੇ ਅਸੋ ਇੱਕ ਖਜੂਰਾ ਨੇ ਜੀ ਇਹ ਵੀ ਬੀਜ ਉਹ ਤਿਆਰ ਕਰਕੇ ਲਾਈਆਂ ਸੀ ਹੁੰਦੀਆਂ ਨੇ ਹੈ ਜੀ ਹੁੰਦੀਆਂ ਖਜੂਰਾ ਤੇ ਇਹਦੇ ਦੇ ਵੀ ਤਿਆਰ ਵੀ ਚੱਲ ਰਹੇ ਹੈ ਲੈ ਵਾ ਵਾ ਇੱਕ ਦੋ ਖਜੂਰਾ ਤੇ ਲੱਗਿਆ ਜੀ ਥੋੜਾ ਥੋੜਾ ਫਲ ਉਧਰ ਲੱਗਿਆ ਉੱਥੋਂ ਲੱਗਿਆ ਥੋੜਾਗਾ ਹਾਂ ਤੇ ਕੁਝ ਇੱਕ ਵੈਰੈਟੀ ਜਿਹੜੀ ਆਪਣੇ ਪੰਜਾਬ ਚ ਲਵਾ ਰਹੇ ਹੈ ਇਹ ਪੀਯੂ ਵਾਲੇ ਹੂੰ ਉਹ ਵੀ ਲਿਆਉਣ ਦੀ ਸਲਾਹ ਸੀ ਵੀ ਦੋ ਚਾਰ ਬੂਟੇ ਉਹਦੇ ਲੱਗ ਵੀ ਦੇਖਦੇ ਆ ਹੂੰ ਜਦੋਂ ਕਿਲਾ ਜੰਗਲ ਹੈ ਬਸ ਸੰਭਦਾ ਸੀ ਉਹ ਕਿਸੇ ਨੀ ਸਹਾ ਨੀਤੀ ਵੀ ਕਿਉਂ ਪੰਗਾ ਲੈਣਾ ਸਲਾਹ ਤਾਂ ਨਹੀਂ ਪਰ ਉਹ ਟੇਚਰਾਂ ਟੂਚਰਾਂ ਤਾਂ ਹੁੰਦੀਆਂ ਸੀਗੀਆਂ ਹਾਂ ਹਾਂ ਮੇਰੇ ਕਿਥੇ ਸਾਡੇ ਮਿੱਤਰ ਪਿਆਰੀ ਨੇ ਹੂੰ ਤੇ ਉਹਨਾਂ ਨੇ ਤਾਂ ਮੈਨੂੰ ਦੱਸੀ ਵੀ ਗੱਲ ਕਹਿੰਦਾ ਯਾਰ ਜਦੋਂ ਤੂੰ ਸ਼ੁਰੂ ਸ਼ੁਰੂ ਚ ਇਹ ਕੀਤੀ ਨਾ ਖੇਤੀ ਜੀ ਵੀ ਤੂੰ ਐਂ ਜੇ ਕਰਦਾ ਸੀ ਕਹਿੰਦਾ ਯਾਰ ਅਸੀਂ ਆਪ ਗੱਲ ਕਰਦੇ ਹੁੰਦੇ ਸੀ ਵੀ ਰਵੀ ਤਾਂ ਸੜਕ ਤੇ ਲੱਗਦੀ ਆ ਯਾਰ ਇਹਦਾ ਤਾਂ ਅੱਧਾ ਕੇਲੇ ਨਾਲ ਸਰ ਜੂ ਆਪਾਂ ਮਰੇ ਜਾਵਾਂਗੇ ਤੇ ਉਹ ਮਤਲਬ ਉਹਨੇ 5-6 ਸਾਲਾਂ ਬਾਅਦ ਕਹੀ ਕਹਿੰਦੇ ਨਹੀਂ ਯਾਰ ਤੂੰ ਟਿਕ ਗਿਆ ਕੰਮ 'ਚ ਪਰ ਸਾਡੇ ਮਨ 'ਚ ਇਹ ਸੀ ਵੀ ਰਵੀ ਬੀਚ ਕੇ ਖੜਾ ਛੜਾਊਗਾ ਅੱਜ ਕਿੰਨੇ ਕਿੱਲੇ ਜੰਗਲ ਆਇਆ ਅੱਜ ਇਹ ਕਿੱਲਾ ਇਹ ਹੈ ਜੀ ਡੇਢ ਕਿੱਲਾ ਉਧਰ ਪਿਛਲੇ ਪਾਸੇ ਆ ਢਾਈ ਕਿੱਲਾ ਢਾਈ ਕਿੱਲੇ ਆਪਾਂ ਮੰਨ ਲਈਏ ਜੰਗਲ ਦੇ ਢਾਈ ਕਿੱਲੇ ਜੰਗਲ ਲਾਤਾ ਜੰਗਲ ਹਾਂਜੀ ਹਾਂ ਕਦੇ ਔੜ ਕਾ ਨਹੀਂ ਆਉਂਦਾ ਐ ਇਸ ਗੱਲ ਦਾ ਵੀ ਯਾਰ ਕੁਦਰ ਆ ਗਿਆ ਯਾਰ ਜਾਂ ਹੁਣੇ ਲੱਗਦਾ ਵੀ ਨਹੀਂ ਨਹੀਂ ਹੁਣ ਤਾਂ ਇਹ ਸਹੀ ਪੂਰੀ ਤਰ੍ਹਾਂ 110 ਪੈਂਟ ਸੋਚਦਾ ਇਹ ਬੰਦਾ ਨਹੀਂ ਯਾਰ ਨਹੀਂ ਹੁਣ ਵੀ ਸਹੀ ਟਿਕਾਣੇ ਤੇ ਆ ਗਿਆ ਹੁਣ ਤਾਂ ਇਹ ਲੱਗਦਾ ਮਾੜਾ ਇਹ ਤੂੰ ਬਚ ਕੇ ਚੱਲੋ ਜੀ ਇਹਦਾ ਕੰਡਾ ਬਹੁਤ ਪੜਾ ਹੁੰਦਾ ਖਜੂਟ ਦਾ ਹੂੰ ਇਕੋ ਪਲਾਂ ਨਾਲ ਲਾਏ ਸੀ ਰਵੀ ਬੂਟੇ ਜਾਂ ਆਪ ਮੁਹਰੇ ਜੀ ਵੀ ਉੱਥੋਂ ਕੁਝ ਲੈ ਲਿਆ ਉੱਥੋਂ ਕੁਝ ਲੈ ਲਿਆ ਜਾਂ ਆਪ ਤਿਆਰ ਕਰ ਲਿਆ ਨਹੀਂ ਕੁਛੇ ਚ ਆਪ ਵੀ ਤਿਆਰ ਕੀਤੇ ਨੂੰ ਖਜੂਰਾ ਨੇ ਉਧਰ ਅੰਬ ਲੱਗੇ ਹੋਏ ਨੇ ਜਿਹੜੇ ਆਪ ਲਾਏ ਹੋਏ ਨੇ 2 ਤੋਂ ਜੀ ਜੀ ਤੇ ਬਾਕੀ ਨਰਸਰੀਆਂ ਤੋਂ ਵੀ ਲਏ ਨੇ ਸ਼ੁਰੂਆਤ ਚ ਮੈਂ ਤੁਹਾਨੂੰ ਦੱਸਾਂ ਨਾ ਬਾਗ ਪਹਿਲਾਂ ਇਹ ਲਾਈਨ ਚ ਸੀਗਾ ਐ ਨਹੀਂ ਆ ਪਹਿਲਾਂ ਪੁਰਾਣੇ ਬੂਟੇ ਤੁਹਾਨੂੰ ਲਾਈਨਾਂ ਚ ਦੱਸਣਗੇ ਹਾਂ ਲੈਣ ਤੇ ਲੱਗੇ ਜਦੋਂ ਜੰਗਲ ਬਣਾਇਆ ਉਸ ਤੋਂ ਬਾਅਦ ਆ ਵੀ ਜਿੱਥੇ ਮਰਜੀ ਬੂਟਾ ਦੱਬ ਦਿਓ ਜਿੱਥੇ ਮਰਜੀ ਬੀ ਸੈੱਡ ਦਿਓ ਹੁਣ ਆ ਵੱਡੇ ਤੇ ਰੱਖਦੇ ਨੇ ਆ ਤਿੰਨੇ ਇੱਥੇ ਬੀ ਪੰਛੀਆਂ ਵਾਲ ਨੂੰ ਡ ਹੂੰ ਇਹ ਵਿੱਚ ਆਪੀ ਨਿਕਲੇ ਜੰਗਲ ਆਮ ਤੌਰ ਤੇ ਸੋਚ ਲੈਂਦੇ ਨੇ ਲੋਕ ਵੀ ਦੂਜੇ ਦੇ ਰੁੱਖ ਤੇ ਨੇ ਬਿਨਾ ਫਰੂਟ ਵਾਲੇ ਵੀ ਉਹ ਲਾਉਂਦੇ ਨੇ ਤੁਸੀਂ ਫਰੂਟ ਹੀ ਕਿਉਂ ਸੋਚਿਆ ਸੀ ਫਰੂਟ ਤਾਂ ਮੈਂ ਦੱਸਣ ਤੁਹਾਨੂੰ ਬਾਗ ਘਰ ਵਾਸਤੇ ਲਾਇਆ ਸੀ ਵੀ ਘਰੇ ਖਾਣ ਆਪਣੇ ਕੋਲ ਸਾਰੇ ਫਲ ਹੋਣ ਜੰਗਲ ਦਾ ਬਾਅਦ ਜਾਇਆ ਨਾ ਜੰਗਲ ਦਾ ਕਨਸੈਪਟ ਤਾਂ 7-8 ਸਾਲ ਪਹਿਲਾਂ ਆਇਆ ਮੇਰੇ ਦਿਮਾਗ 'ਚ ਉਹ ਵੀ ਇੱਕ ਕਿਤਾਬ ਪੜ੍ਹੀ ਉਸ ਤੋਂ ਬਾਅਦ ਸੋਚਿਆ ਵੀ ਆਪਾਂ ਇਹ ਕਰਕੇ ਦੇਖੀਏ ਠੀਕ ਹੈ ਜੀ ਫਿਰ ਉਹ ਮੈਨੂੰ ਹੁਣ ਇਹ ਇਹਨੂੰ ਕੀਤਾ ਮੈਨੂੰ ਲੱਗਿਆ ਵੀ ਇਹ ਸਿਰਫ ਜੰਗਲ ਉਹੀ ਨਹੀਂ ਹੈਗਾ ਵੀ ਜੰਗਲ ਹੀ ਹੈ ਇਹਦਾ ਇੱਕ ਆਰਥਿਕ ਪੱਖ ਵੀ ਹੈਗਾ ਹੂੰ ਅੱਜ ਤੱਕ ਤੁਸੀਂ ਦੇਖੋ ਅੱਜ ਤੱਕ ਜਿਹੜਾ ਜੰਗਲ ਨਾਲ ਆਰਥਿਕ ਪੱਖ ਜੁੜਿਆ ਉਹ ਜੰਗਲ ਨੂੰ ਉਜਾੜ ਕੇ ਜੁੜਿਆ ਹਾਂ ਜੰਗਲ ਉਜਾੜ ਕੇ ਅਸੀਂ ਡੈਮ ਬਣਾਏ ਜੰਗਲ ਉਜਾੜ ਕੇ ਅਸੀਂ ਬਸਤੀਆਂ ਬਣਾਈਆਂ ਆਪਦੀਆਂ ਜੰਗਲ ਉਜਾੜ ਕੇ ਅਸੀਂ ਖੇਤੀ ਕੀਤੀ ਇਹ ਜੰਗਲ ਨੂੰ ਉਜਾੜਿਆ ਤਾਂ ਉਹਦਾ ਆਰਥਿਕ ਪੱਖ ਬਣਿਆ ਹਾਂ ਮੈਂ ਉਹ ਮੇਰੇ ਦਿਮਾਗ ਚ ਹੋਣੇ ਇਹ ਚੱਲ ਰਿਹਾ ਹੈ ਵੀ ਕੀ ਜੰਗਲ ਨੂੰ ਆਵਾਜ਼ ਕਰਕੇ ਉਹਦਾ ਆਰਥਿਕ ਪੱਖ ਹੋ ਸਕਦਾ ਹੂੰ ਹਲੇ ਮੇਰੀ ਸ਼ੁਰੂਆਤ ਹੀ ਮਨ ਨੂੰ ਕਿਉਂਕਿ ਇਹਦੇ ਤਾਂ ਮੇਰੇ ਸਿਰਫ ਤਿਆਰ ਵੀ ਸੀ ਹੁਣ ਉਧਰ ਮੈਂ ਥੋੜਾ ਜਿਹਾ ਹੋਰ ਵਿਦੇ ਟੰਗਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹਮ ਪਰ ਮੈਂ ਅੱਜ ਇਹ ਮੰਨ ਕੇ ਚੱਲਦਾ ਵੀ ਇਹਦਾ ਆਰਥਿਕ ਪੱਖ ਅਜਾੜੇ ਨਾਲੋਂ ਆਵਾਜ਼ ਕਰਨ ਦਾ ਆਰਥਿਕ ਪੱਖ ਵੱਡਾਗਾ ਹਮ ਬਹੁਤ ਜਿਆਦਾ ਵੱਡਾ ਹੋਊਗਾ ਆਰਥਿਕ ਪੱਖ ਮਤਲਬ ਜਿਹੜਾ ਸਾਨੂੰ ਪੈਸੇ ਆਉਣਗੇ ਲੱਗਦਾ ਜਾਂ ਜਿਹੜੇ ਆ ਰਹੇ ਨੇ ਜਿਹੜਾ ਬਾਕੀ ਸਾਨੂੰ ਇਹ ਹਵਾ ਦੇ ਰਿਹਾ ਛਾਂ ਦੇ ਰਿਹਾ ਕੋਈ ਲੱਕੜ ਮਿਲ ਰਹੀ ਹੈ ਠੀਕ ਹੈ ਜੀ ਸਵੇਰੇ ਉੱਠਦੇ ਆਪ ਆਪਣੀ ਜਿਵੇਂ ਬੁੜੇ ਕਹਿੰਦੇ ਹਰੇ ਬਾਈ ਮੱਥੇ ਲੱਗਦੀ ਹੈ ਠੀਕ ਹੈ ਜੀ ਜਿਹੜੀ ਉਹ ਗੱਲਾਂ ਨੇ ਉਹਨਾਂ ਦਾ ਤਾਂ ਕੋਈ ਮੁੱਲੀ ਨਹੀਂ ਨਾ ਕੋਈ ਮੁੱਲ ਨਹੀਂ ਉਹਨਾਂ ਦੀ ਕੋਈ ਵੈਲਿਊ ਨਹੀਂ ਉਹ ਤਾਂ ਭੁੱਲੀ ਜਾਓ ਆਪਾਂ ਤਾਂ ਗੱਲੇ ਪੈਸੇ ਦੀ ਗੱਲ ਕਰਾਂਗੇ ਵੀ ਇਹਦਾ ਆਰਥਿਕ ਪੱਖ ਅਜਾਰੇ ਨਾਲੋਂ ਆਵਾਜ਼ ਕਰਨ ਦਾ ਆਰਥਿਕ ਪੱਖ ਵੱਡਾ ਹੈਗਾ ਇਹਨਾਂ ਬੂਟਿਆਂ ਦੇ ਵਿੱਚੋਂ ਵੈਸੇ ਤਾਂ ਮੈਨੂੰ ਇਹ ਲੱਗ ਰਿਹਾ ਵੀ ਕੋਈ ਬੂਟਾ ਅਜਿਹਾ ਨਹੀਂ ਜਿਹੜਾ ਮਹੱਤਵਪੂਰਨ ਨਾ ਹੋਵੇ ਜਿਵੇਂ ਕਹਿੰਦੇ ਨੇ ਕੁਦਰਤ ਨੇ ਕੋਈ ਚੀਜ਼ ਫालतू ਬਣਾਈ ਨਹੀਂ ਬਿਲਕੁਲ ਜੇ ਮਾਰਕੀਟਿੰਗ ਦੇ ਪੱਖ ਤੋਂ ਦੇਖੀਏ ਕਿ ਹਰ ਫਰੂਟ ਦੀ ਮਾਰਕੀਟਿੰਗ ਹੋ ਸਕਦੀ ਹੈ ਜਾਂ ਅਭੀ ਕਰਦਾ ਨਹੀਂ ਹੈਗਾ ਹੋ ਸਕਦੀ ਹੈ ਮਾਰਕੀਟਿੰਗ ਦਾ ਚਰਕਾ ਆਦੀ ਕਰ ਲੋ ਜੀ ਮਾਰਕੀਟਿੰਗ ਤਾਂ ਹਰ ਚੀਜ਼ ਦੀ ਹੋ ਜੂਗੀ ਠੀਕ ਆ ਹਰ ਚੀਜ਼ ਕੋਈ ਤਤ ਹੈ ਹਮ ਮਾਰਕੀਟਿੰਗ ਹਰ ਚੀਜ਼ ਦੀ ਹੋ ਜੂ ਪਰ ਜਦੋਂ ਇਹ ਇੰਨਾ ਕੁਝ ਹੈ ਜੇ ਮੈਂ ਸਾਰੇ ਕਿਸੇ ਦੀ ਮਾਰਕੀਟਿੰਗ ਵਿੱਚ ਉਲਝ ਗਿਆ ਮੈਂ ਆਪਣੀ એનર્ਜੀ ਬਹੁਤ ਵੇਸਟ ਕਰੂਗਾ ਹਮ ਠੀਕ ਹੈ ਤੇ ਇਹ ਖੇਤੀ ਹੈ ਜਿਹੜੀ ਇਹ ਖੇਤੀ ਜਿਹਨੂੰ ਆਪਾਂ ਕਹਾਂਗੇ ਆਨੰਦ ਦੀ ਖੇਤੀ ਹੈ ਜੋ ਇਹ ਦੇ ਚ ਇਹ ਖੇਤੀ ਜਾ ਕੇ ਵੀ ਤੰਗੀ ਹੋਣਾ ਫਿਰ ਇਹ ਚਾਹੁੰਦਾ ਮੈਨੂੰ ਵੀ ਬਹੁਤ ਲੋਕ ਨੇ ਸਾਡੇ ਜਿਹੜੇ ਬਹੁਤ ਮਾਰਕੀਟਿੰਗ ਚ ਬਹੁਤ ਕੁਝ ਕਰਦੇ ਨੇ ਕੱਲੀ ਕੱਲੀ ਚੀਜ਼ ਆਹ ਹਰੇ ਪੱਤੇ ਕਾ ਮਿੱਟੀ ਵੀ ਵੇਚ ਦਿੰਦੇ ਨੇ ਮੈਸੇਜ ਮੰਦਰ ਨੂੰ ਵੀ ਜਾਣਦਾ ਪਰ ਮੈਂ ਦੇਖਿਆ ਉਹਨਾਂ ਕੋਲ ਸਾਹ ਲੈਣ ਨੂੰ ਵੀ ਟਾਈਮ ਨਹੀਂ ਇਧਰੋਂ ਪੰਜ ਲਾ ਉਹਦੋਂ ਪੰਜ ਲਾ ਹੂੰ ਜੀਵਨ ਦਾ ਮਸਲਾ ਇਹ ਨਹੀਂ ਨਾ ਹੈਗਾ ਸਾਡਾ ਵੀ ਅਸੀਂ ਇਧਰੋਂ ਖਾਣੀ ਸ਼ਾਮ ਰੋਟੀਆਂ ਹਾਂ ਖਾਣੇ ਗਾਣੇ ਦੋ ਰੋਟੀਆਂ ਨੇ ਅੱਛਾ ਜਾਨੂ ਅਸੀਂ ਜਿਹੜੀ ਐਸੇ ਜਿਹੜੇ ਟਾਈਮ ਲਈ ਅਸੀਂ ਇਹ ਸਾਰਾ ਕੁਝ ਇਕੱਠਾ ਕਰ ਰਹੇ ਹਾਂ ਵੀ ਉਦੋਂ ਮौज ਕਰਾਂਗੇ ਉਦੋਂ ਡਾਕਟਰ ਰੋਟੀ ਦਾ ਜਵਾਬ ਦੇ ਜਾਂਦਾ ਠੀਕ ਹੈ ਜੀ ਸਰੀਰ ਆ 70% ਕੰਮ ਛੱਡ ਜਾਂਦਾ ਲੱਗਦਾ ਆਰਾਮ ਕਰ ਬਾਬਾ ਬਹਿ ਕੇ ਹੂੰ ਠੀਕ ਹੈ ਜੀ ਤੁਰਿਆ ਫਿਰਿਆ ਜਾਂਦਾ ਨਹੀਂ ਕੋਈ ਵੀ ਤੁਸੀਂ ਘੁੰਮ ਫਿਰਿਆ ਉਹ ਵੀ ਨਹੀਂ ਹੁੰਦਾ ਠੀਕ ਹੈ ਜੀ ਨੂਨ ਮਿਰਚ ਮਸਾਲੇ ਬੰਦ ਕਰ ਦਿੰਦਾ ਡਾਕਟਰ ਤੇ ਉਦੋਂ ਸਵਾਦ ਕੋਈ ਰਹਿੰਦਾ ਨਹੀਂ ਜਾਨੂ ਸਾਡੇ ਨੂੰ ਐ ਲੱਗਦਾ ਜਿਵੇਂ ਹੁਣ ਪੈਸੇ ਹੋ ਗਏ ਹੁਣ ਸਵਾਦ ਲਵਾਂਗੇ ਹੂੰ ਠੀਕ ਹੈ ਜੀ ਪਹਿਲਾਂ ਜੋ ਸਵਾਦ ਆਉਣਾ ਸੀ ਉਦੋਂ ਆਹ ਬੂਟੇ ਬਾਰੇ ਦੱਸੋ ਨਿੰਬੂ ਇਹ ਮਿੱਠਾ ਜੀ ਨਿੰਬੂ ಜಾਤੀ ਦਾ ਹੈ ਵੈਸੇ ਫਰੂਟ ਹੈ ਮਸੰਮੀ ਦੇ ਨੇੜੇ ਤੇੜੇ ਹੁੰਦਾ ਹੈ ਕੀ ਨਾਮ ਇਹਦਾ ਮਿੱਠਾ ਨਾਮ ਹੀ ਮਿੱਠਾ ਇਹ ਸਾਉਂਡ ਆਪਣਦੇ ਸਾਰੇ ਮਸੰਮੀ ਖਵਾ ਗਏ ਮੈਨੂੰ ਲੱਗਦਾ ਕਿ ਕਿ ਮਸੰਮੀ ਆਉਂਦੀ ਹੈ ਹੁਣ ਮਸੰਮੀ ਮਾਲਟਲਾ ਜੱਤੀ ਕਿਤੇ ਉਹ ਮਸੰਮੀ ਗਲਗਲ ਜਿਹੜੀ ਬਾਜ਼ਾਰ ਚ ਮਸੰਮੀ ਹੀ ਆਉਂਦੀ ਆ ਆਪਣੇ ਮਿੱਠਾ ਘਟਾਉਂਦਾ ਮਿੱਠੇ ਦੇ ਬਾਗ ਅਬੋਹਰ ਕੰਨੀ ਪੌਦ ਨੇ ਜੀ ਹਾਂ ਅਸਲ ਚ ਨਿੰਬੂ ਜਾਤੀ ਦਾ ਜਿਹੜਾ ਏਰੀਆ ਨਾ ਉਹ ਅਬੋਹਰ ਫਾਜ਼ ਲਗਾ ਅਸਲ ਏਰੀਆ ਦਾ ਆਪਣੇ ਹੁੰਦੇ ਆ ਆਪਣੇ ਅਸੀਂ ਜਿੰਨਾ ਮਰਜੀ ਜ਼ੋਰ ਲਾ ਲਈਏ ਓਨੀ ਵਧੀਆ ਕੁਆਲਿਟੀ ਨਹੀਂ ਬਣਦੀ ਕਿਉਂਕਿ ਹਰ ਚੀਜ਼ ਦਾ ਇੱਕ ਅਲੱਗ ਆਗਾ ਹਮ ਹਰ ਚੀਜ਼ ਦਾ ਇੱਕ ਅਲੱਗ ਆਗਾ ਇਹ ਨਿੰਬੂ ਜਾਤੀ ਉਧਰ ਬਹੁਤ ਵਧੀਆ ਹੈ ਇਲਾਕੇ ਦੀ ਗੱਲ ਕਰੀ ਜਿਹੜਾ ਆਪਣਾ ਬਰਨਾਲ ਇਲਾਕਾ ਹੈ ਜਾਂ ਮਾਨਸਾ ਬੈਲਟ ਬਲਾਡਾ ਬੈਲਟ ਹੈ ਇਹ ਇੱਥੇ ਕੀ ਕੰਮ ਜ਼ਿਆਦਾ ਵੀ ਇਹ ਅੱਜ ਇਹ ਚ ਕੀ ਰਿਜ਼ਲਟ ਕੱਢਦੇ ਹਾਂ ਇੱਥੇ ਦੇਖੋ ਔਲਾ ਅਮਰੂਦ ਠੀਕ ਹੈ ਜੀ ਈਵਨ ਕਿ ਅਨਾਰ ਠੀਕ ਹੋ ਸਕਦਾ ਤੇ ਖਜੂਰਾ ਖੁਸ਼ਕ ਜਿੰਨੇ ਕੁ ਫਲ ਨੇ ਲਗਭਗ ਸਾਰੇ ਹੋ ਜਾਣਗੇ ਅੰਬ ਸਾਡੇ ਬਹੁਤ ਵਧੀਆ ਹੋ ਰਹੇ ਨੇ ਅੰਬ ਹੋ ਰਹੇ ਨੇ ਅੱਛਾ ਜਾਮਣ ਚੀਕੂ ਇਹ ਸਾਰੇ ਨੇ ਜੀ ਇਹ ਵੀ ਹੁੰਦੇ ਨੇ ਠੀਕ ਹੁੰਦੇ ਨੇ ਪਰ ਮੈਂ ਕਹਿੰਦਾ ਵੋਹਰ ਵਾਲੀ ਕੁਆਲਿਟੀ ਨਹੀਂ ਬਣਦੀ ਉਹ ਗੱਲ ਨਹੀਂ ਬਣਦੀ ਆ ਦੇਖ ਆਦਾ ਸੋਹਣੀ ਬੋਤਲ ਲੱਗ ਰਹੀ ਤੇ ਆਲੂ ਬਖਾਰਾ ਬੜਾ ਵਧੀਆ ਹੁੰਦਾ 2011 ਤੋਂ ਲੈ ਕੇ ਅੱਜ 12 13 ਸਾਲ ਦੇ ਲਗਭਗ ਹੋਣ ਜਾ ਰਹੇ ਨੇ ਤੁਸੀਂ ਹਾਫ ਸਾਲ ਦੇ ਵਿੱਚ ਇਹੇ ਗੱਲ ਸੋਚ ਲਈ ਮਜਬੂਰ ਹੋਏ ਵੀਰ ਕਿਤੇ ਫਰਕ ਹੈ ਸਾਡੇ ਖਾਣਿਆਂ 'ਚ ਬਿਲਕੁਲ ਜੀ ਅੱਜ ਤੋਂ ਇਹ 12 13 ਸਾਲ ਦੇ ਸਫ਼ਰ 'ਚ ਲੰਘ ਰਹੇ ਹਾਂ ਸਾਰਾ ਫਰੂਟ ਆਪ ਦਾ ਖਾਣਿਓ ਕਣਕ ਆਪਦੀ ਖਾਣਿਓ ਸਿਹਤ ਪੱਖੋਂ ਪਰਿਵਾਰ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਨੇ ਜਿਹੜੇ ਦੇਖ ਰਿਹਾ ਰਵੀ ਦੇਖੋ ਸਿਹਤ ਪੱਖੋਂ ਤੇ ਨੇ ਚੀਜ਼ਾਂ ਦੇ ਪੋਜ਼ਿਟਿਵ ਪ੍ਰਭਾਵ ਪੈਣੇ ਪੈਣੇ ਨੇ ਜੀ ਔਰ ਸਿਹਤ ਦਾ ਮਸਲਾ ਇਕੱਲਾ ਖਰਾਕ ਨਹੀਂ ਹੁੰਦੀ ਆ ਵੀ ਹੁੰਦਾ ਮਾਈਂਡ ਵੀ ਹੁੰਦਾ ਠੀਕ ਹੈ ਜੀ ਬਿਮਾਰੀ ਸਿਰਫ ਤੇ ਸਿਰਫ ਦੋ ਥਾਵਾਂ ਤੋਂ ਚੱਲਦੀ ਐ ਇੱਕ ਪੇਟ ਤੋਂ ਤੇ ਇੱਕ ਦਿਮਾਗ ਤੋਂ ਹੂੰ ਠੀਕ ਹੈ ਜੀ ਸੋ ਕੰਮ ਨਾਲ ਇਕੱਲਾ ਇਕੱਲਾ ਖਰਾਕ ਦਾ ਮਸਲਾ ਨਹੀਂ ਹੱਲ ਹੁੰਦਾ ਮਾਈਂਡ ਸੈਟ ਦਾ ਮਸਲਾ ਵੀ ਹੱਲ ਹੁੰਦਾ ਹੂੰ ਠੀਕ ਹੈ ਜੇ ਮੈਂ ਮੇਰਾ ਮਾਈਂਡ ਸੈਟ ਉਹੋ ਜਿਹਾ ਹੀ ਰਹੇ ਕੈਮੀਕਲ ਖੇਤੀ ਵਾਲਾ ਮੈਂ ਆ ਖੇਤੀ ਕਰੀ ਜਾਵਾਂ ਕੁੜੀ ਜਾਵਾਂ ਖੂਨ ਮਚਾਈ ਜਾਵਾਂ ਤੇ ਮੇਰੀ ਸਿਹਤ ਨੂੰ ਮੈਨੂੰ ਨਹੀਂ ਲੱਗਦਾ ਕੋਈ ਫਰਕ ਪੈਣਾ ਹੂੰ ਕੋਈ ਲੱਗਦਾ ਵੀ ਮੈਡੀਕਲ ਦੇ ਖਰਚੇ ਘਟੇ ਨੇ ਹੈ ਹੀ ਨਹੀਂ ਸਾਡੇ ਬਹੁਤ ਘਟ ਬਹੁਤ ਘਟ ਬਹੁਤ ਘਟ ਮੈਡੀਕਲ ਦੇ ਖਰਚੇ ਮੇਰਾ ਤਾਂ ਕੋਈ ਵੀ ਨਹੀਂ ਚਲੋ ਤਨਜੀਆ ਦਾ ਪਰਿਵਾਰ ਆ ਮੇਰਾ ਜ਼ੀਰੋ ਆ ਤੇ ਮੇਰੀ ਬੇਟੀ ਆ ਤੇ ਘਰ ਵਾਲੀ ਆ ਉਹਨਾਂ ਦਾ ਮਾਣਾ ਮੋਟਾ ਉਹ ਵੀ ਸਾਡੀ ਕੋਸ਼ਿਸ਼ ਹੁੰਦੀ ਵੀ ਹੋਮੋਪੈਥੀ ਤੱਕ ਸਰ ਜੇ ਮੇਰਾ ਨੇਚਰੋਪੈਥੀ ਨਾਲ ਸਰਦਾ ਮੇਰਾ ਤਾਂ ਦੂਜੇ ਪੱਖੇ ਵੀ ਹੈਗਾ ਜਿ ਹੁਣ ਇੱਥੇ ਇੰਨਾ ਕੁਝ ਹੈ ਮੈਨੂੰ ਤਾਂ ਲੱਗਦਾ ਹੁਣ ਤੈਨੂੰ ਨੁਸਖੇ ਲਿਖਣੇ ਚਾਹੀਦੇ ਨੇ ਵੀ ਜਿਹੜੇ ਅਨੁਭਵ ਸਾਡੇ ਨੂੰ ਕੰਮ ਆ ਜਾਣ ਵੀ ਆ ਜਦੋਂ ਬੁਖਾਰ ਚੜਿਆ ਸੀ ਘਰੇ ਯਾਰ ਮੈਂ ਤੇ ਆਪਾਂ ਕੀਤਾ ਸੀ ਓਕੇ ਨਹੀਂ ਮੈਂ ਨੇਚਰੋਪੈਥੀ ਨੂੰ ਫੋਲੋ ਕਰਦਾ ਜੀ ਸਾਡੇ ਦਾ ਸੌਖੀ ਤਜਰਬੇ ਨੇ ਕੋਈ ਬੰਦਾ ਕਰ ਸਕਦਾ ਪਰ ਉਹ ਨੇਚਰੋਪੈਥੀ ਨੂੰ ਸਮਝਣਾ ਪਊਗਾ ਯਕੀਨ ਦੇਖਣਾ ਪਊਗਾ ਵੀ ਸਾ ਇਹ ਹੈ ਕੀ ਕੋਈ ਸਾਂਝਾ ਕਰ ਸਕਦਾ ਨੁਸਖਾ ਵੀ ਹਾਂ ਮਨੋ ਕੋਈ ਆਮ ਤਾਂ ਬੱਚੇ ਨੂੰ ਬੁਖ ਵਿਰਲ ਬੁਖਾਰ ਆਉਂਦਾ ਕਿ ਨਾਲ ਵਰਲ ਵਰਲ ਚੱਲ ਰਿਹਾ ਜੀ ਠੀਕ ਹੈ ਜੀ ਪਹਿਲੀ ਗੱਲ ਚ ਉਹ ਤਾਂ ਬੁਖਾਰ ਲਾਉਣਾ ਨਹੀਂ ਤੁਸੀਂ 103 ਤੱਕ ਤੁਸੀਂ ਲਾਉਣਾ ਨਹੀਂ ਜੇ 103 ਤੱਕ ਹੋ ਗਿਆ ਕੋਈ ਗੱਲ ਨਹੀਂ ਸਿਰਫ ਆਰਾਮ ਕਰਨਾ ਤੇ ਲੀਕੋਇਡ ਡਾਈਟ ਲੈਣੀ ਹੈ ਜੂਸ ਵੀ ਹੋਮ ਸੰਮੀ ਦਾ ਨਾਰੀਅਲ ਪਾਣੀ ਪੀਓ 3 ਦਿਨ ਤੀਜੇ ਦਿਨ ਤੁਸੀਂ ਆਰਾਮ ਨਾਲ ਤੁਰੇ ਹੋ ਜਾਓ ਸਿਰਫ ਤਿੰਨ ਦਿਨ ਬੁਖਾਰ ਤੁਹਾਨੂੰ ਡੇਢ ਦਿਨ ਹੀ ਰਹੂਗਾ ਹੂੰ ਬੁਖਾਰ ਤੁਹਾਨੂੰ ਡੇਢ ਮੈਨੂੰ ਇਹ ਲੱਗਦਾ ਜਿਹੜਾ ਹੈਲਥ ਵਾਲਾ ਸਿਸਟਮ ਹੈ ਨਾ ਸਾਨੂੰ ਪਸ਼ੂਆਂ ਤੋਂ ਸਿੱਖਣ ਦੀ ਲੋੜ ਹੈ ਐਮਬੀਬੀਐਸ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਮੱਝਾਂ ਗਾਵਾਂ ਜਿਹਦੇ ਮੱਝ ਨੂੰ ਬੁਖਾਰ ਚੜਜੋ ਖਾਣਾ ਛੱਡ ਦਿੰਦੀ ਆ ਪੱਠੇ ਨਹੀਂ ਖਾਂਦੀ ਠੀਕ ਆ ਇੱਕ ਡੇਢ ਦਿਨ ਪੱਠੇ ਨਹੀਂ ਖਾਂਦੀ ਅਗਲੇ ਦਿਨ ਸਹੀ ਹੋ ਜਾਂਦੀ ਹੂੰ ਸਿਰਫ ਆ ਸਾਡੇ ਉਲਟਾ ਹੈ ਸਾਡੇ ਬੰਦੇ ਨੂੰ ਬੁਖਾਰ ਚੜ ਗਿਆ ਸਾਰਾ ਡੱਬਰ ਵਾਲੇ ਵਾਲੇ ਖੜ ਜਾਂਦੇ ਆ ਆ ਖਾਣਾ ਉਹ ਖਾਣਾ ਤੁਹਾਨੂੰ ਦਲੀਆ ਬਣਾ ਦੇਣ ਖਿਚੜੀ ਬਣਾ ਦੇਣ ਹੂੰ ਤੁਸੀਂ ਭੋਜਨ ਛੱਡ ਦਿਓ ਬਾਡੀ ਬਾਹਰੋਂ ਨਹੀਂ ਬਾਡੀ ਠੀਕ ਹੁੰਦੀ ਬਾਡੀ ਦੇ ਅੰਦਰੋਂ ਠੀਕ ਹੋਣਾ ਹੂੰ ਠੀਕ ਹੈ ਬਾਡੀ ਦੇ ਦੋ ਕੰਮ ਨੇ ਜਿਹੜਾ ਅਸੀਂ ਖਾ ਲਿਆ ਉਹਨੂੰ ਪਚਾ ਕੇ ਸਾਡੇ ਸੈੱਲਾਂ ਤੱਕ એનર્ਜੀ ਦੇ ਲੈਵਲ 'ਤੇ ਜਾਂ ਗਲੂਕੋਜ਼ ਜੋ ਵੀ ਬਣਾ ਕੇ ਉਹਨੇ ਭੇਜਣਾ ਲੱਟ ਦੇ ਥਰੂ ਦੂਸਰਾ ਸਾਡੇ ਅੰਦਰ ਦਾ ਜਿੰਨਾ ਕੁਸ਼ ਕਚਰਾ ਮਚਰਾ ਹੈ ਉਹਦੀ ਸਫਾਈ ਕਰਨੀ ਆ ਠੀਕ ਹੈ ਜੀ ਖਾਣਾ ਛੱਡ ਦਿਓ ਬਾਡੀ ਕਲੀ ਸਫਾਈ ਵਾਲੇ ਕੰਮ ਤੇ ਹੋ ਜੂ ਬਿਮਾਰੀ ਕੀ ਹੈ ਥੋੜੀ ਜੀ ਗੰਦਗੀ ਫੈਲੀ ਆ ਇਹਦੇ ਪਰ ਇਹ ਸ਼ਤਾਬਰ ਆ ਜੀ ਹਮ ਆਮ ਦੇਸੀ ਜੜੀ ਬੂਟੀਆਂ 'ਚ ਆਉਂਦੀ ਆ ਇਹ ਸੋਚ ਕੇ ਲਾਇਆ ਸੀ ਬੂਟਾ ਨਹੀਂ ਸੋਚ ਕੇ ਨਹੀਂ ਇਹ ਨਾ ਸਾਡੇ ਅੰਦਰ ਪਹਿਲਾਂ ਤੇ ਪੁਰਾਣੇ ਘਰ 'ਚ ਉਈ ਜਮਾਪਾ ਨਰਸਰੀ ਜੋ ਵੇ ਲੈ ਆਉਣੇ ਆ ਇਹਦੇ ਫੁੱਲ ਜਿਹਾ ਲੱਗਦੇ ਛੋਟੇ ਛੋਟੇ ਜਿ ਤੇ ਡੋਡੀਆਂ ਜਿ ਲੱਗਦੀਆਂ ਉਹ ਲਿਆ ਕੇ ਲਾਈ ਹੋਈ ਸੀ ਉੱਥੋਂ ਤਾਂ ਹੁਣ ਬ੍ਰਦਰ ਨੇ ਪੱਟਦੀ ਪਰ ਉਸ ਤੋਂ ਬਾਅਦ ਇਹਦੇ ਬੀਬੂ ਜ ਐਨੇ ਫੈਲ ਗਏ ਇਹਦੇ ਹੁਣ ਵੀ ਫੈਲੇ ਹੋਏ ਨੇ ਵੀ ਆ ਦੇਖੋ ਕਿੰਨੀ ਹੋ ਜਾਂਦੀ ਆ ਅਸੀਂ ਪੱਟ ਦਿੰਨੇ ਹਾਂ ਕੋ ਕੰਡੇ ਹੁੰਦੇ ਐ ਚ ਅੱਛਾ ਆ ਤਾਂ ਅਸੀਂ ਸਾਫ ਸੁਥਾ ਕਰ ਦਿੰਨੇ ਹਾਂ ਹਾਂਜੀ ਹਾਂ ਕੰਡ ਬਹੁਤ ਪੜਾ ਹੁੰਦਾ ਕੰਡਾ ਇਹਦਾ ਆ ਜਦੋਂ ਤੁਸੀਂ ਲੱਗਰ ਫੜੋਂਗੇ ਨਾ ਹੂੰ ਆ ਜੀ ਆ ਦੇਖੋ ਹੁਣ ਹੂੰ ਵਿਚ ਹੈ ਗੰਡੇ ਆ ਐ ਟੇਡੇ ਕੰਡੇ ਆ ਹੂੰ ਤੇ ਇਹ ਅਸੀਂ ਇੱਕ ਪਲਾਂਟ ਇੱਕ ਤਰ੍ਹਾਂ ਐ ਰੱਖ ਰਖੇ ਜੋ ਮਦਰ ਪਲਾਂਟ ਆ ਉਥੋਂ ਕੋ ਬਹੁਤ ਲੋਕ ਮੰਗਣ ਆਏ ਨੇ ਵਿਸਤਾਵਰ ਹੈਗੇ ਤਾਂ ਦੇ ਦਿਓ ਦੋਸਤੋ ਕਿਸੇ ਨੂੰ ਵਹਿਮ ਹੋਵੇ ਨਾ ਕਈ ਵਾਰੀ ਵੀ ਕੀ ਐ ਇਹ ਤਾਂ ਪੰਸਾਰੀ ਕੋਲੇ ਜਾ ਕੇ ਰੇਟ ਪੁੱਛਿਓ ਮੜੇ ਹਾਂ ਇਹ ਇਕੱਲੇ ਸਤਾਵਰ ਦੀ ਗੱਲ ਨਹੀਂ ਇਥੇ ਅਸਬਗੰਦੇ ਹੋਰੀ ਬਹੁਤ ਕੁਝ ਆਪਾਂ ਚੱਲਦੇ ਹਾਂ ਹੌਲੀ ਹੌਲੀ ਤੁਹਾਨੂੰ ਦਿਖਾਉਨੇ ਆ ਬਹੁਤ ਚੀਜ਼ਾਂ ਜਈਆਂ ਦੇਖੀਆਂ ਨਗੀਆਂ ਜਿਹਨੇ ਦੇਖ ਕੇ ਲੱਗਦਾ ਵੀ ਅਸੀਂ ਤਾਂ ਉਹੀ ਬਸ ਪੈਸੇ ਕਮਾਈ ਜਾਂਦੇ ਆ ਲਾਈ ਜਾਂਦੇ ਆ ਹੈ ਚਲੋ ਪੱਗ ਅੱਗੇ ਚੱਲਦੇ ਰੋਬੀ ਅੱਜ ਚੀਕੂ ਸਾਨੂੰ ਘੋਮੋਨੇ ਆ। ਹਾਂ ਦੋਸਤੋ ਚੀਕੂ ਹੈ ਜਿਹੜਾ ਤੁਸੀਂ ਆਮ ਤੌਰ ਤੇ ਸ਼ਹਿਰ ਜਾਂਦੇ ਹੋ। ਅਸੀਂ ਚੀਕੂ ਪਹਿਲਾਂ ਇੱਕ ਖਾਧਾਗਾ। ਕੋਸ਼ਿਸ਼ ਕਰਦੇ ਵੀ ਕੋਈ ਮਿਲ ਜੇ ਇਥੋਂ। ਆਤੇਗਾ। ਪੱਕਾ ਹੋਵੇ ਦੇਖ ਲਓ ਦੱਬ ਕੇ ਦੇਖ ਲਓ ਜਦ ਤੱਕ। ਅੱਜ ਥੋੜੇ ਜਿਹੜੇ ਕੱਚੇ ਪਏ ਨੇ। ਰਵੀ ਚੀਕੂ ਬਾਰੇ ਦੱਸੋ। ਚੀਕੂ ਯਾਰ ਮੈਂ ਤਾਂ ਇਹ ਪਹਿਲਾਂ ਦੇਖ ਖਾਧਾ ਹੀ ਇੱਕ ਤਾਂ ਨਾ। ਹਾਂਜੀ। ਪਰ ਚੀਕੂ ਮਿਲਦਾ ਨਹੀਂ ਆ ਖੁੱਲ ਗਿਆ ਦੇਖੋ ਹਾਂ ਉਹ ਬੱਦਲ ਪੱਕ ਜਾਂਦਾ ਉਹ ਖਾ ਜਾਂਦੇ ਜਿਹੜੀ ਆ ਪੰਛੀ ਨੇ ਦੱਸਿਆ ਹੋਇਆ ਵੀ ਤੁਸੀਂ ਖਾ ਸਕਦੇ ਹੋ ਇਹ ਵਧੀਆ ਗੱਲ ਹਾਂ ਤਰ੍ਹਾਂ ਤੇ ਪਹਿਲਾਂ ਸਾਡੇ ਕੀ ਵੀ ਤੋਤੇ ਨੇ ਖਾਦਾ ਹੋਇਆ ਮੈਂ ਬੇਰ ਖਾਉਂਗਾ ਉਹ ਮਿੱਠਾ ਹੋਊਗਾ ਉਹ ਮਿੱਠਾ ਹੁੰਦਾ ਸੀ ਕਿਉਂਕਿ ਪੰਛੀ ਨੇ ਤਾਂ ਪੰਛੀ ਨੇ ਉਹ ਤਾਂ ਹੈ ਨਹੀਂ ਉਹ ਕਿਹੜਾ ਪੈਸੇ ਲਾ ਕੇ ਲੈ ਆਈ ਚੀਜ਼ ਹਾਂ ਠੀਕ ਆ ਹੁਣ ਤਾਂ ਇਹ ਦੇਖਣਾ ਕਿ ਸਭ ਤੋਂ ਮਿੱਠਾ ਕਿਹੜਾ ਬਾਦ ਉਹਨੂੰ ਟੁਕੂਗਾ ਹੂੰ ਲੈ ਵੀਰੇ ਤੂੰ ਖਾ ਕੇ ਦੇਖ ਹੁਣ ਇਹ ਚੀਕੂ ਦੇਖੋ ਦੇਖ ਲੈ ਇਸ ਨੂੰ ਜਿੰਨਾ ਮਾਰੀ ਜੀ ਕਹਦੇ ਕੋਈ ਮਾਰਕੀਟ ਦੇ ਵਿੱਚ ਪਰ ਨਹੀਂ ਮਿਲਦਾ ਹੂੰ ਬਹੁਤ ਸਵਾਦ ਆ ਫਰਕ ਆ ਇਹ ਵੇ ਦੱਸੋ ਕੋਈ ਇਹ ਵੈਰਾਈਟੀ ਐ ਸਪੈਸ਼ਲ ਆ ਨਹੀਂ ਯਕੀ ਗੱਲ ਬਾਤ ਹੈ ਵੈਰਾਈਟੀ ਨਹੀਂ ਬਾਜ਼ਾਰ ਦਾ ਕੀ ਮਸਲਾ ਮਾਰਕੀਟ ਦਾ ਸਿਸਟਮ ਆ ਡਿਮਾਂਡ ਸਪਲਾਈ ਤੇ ਠੀਕ ਹੈ ਜੀ ਹੂੰ ਹੁਣ ਚੀਕੂ ਮੰਨ ਲਓ ਜਾਂ ਅੰਬ ਲਾ ਲਓ ਕੋਈ ਹੋਰ ਇਹ ਹੁਣ ਇਸ ਟਾਈਮ ਅੰਬ ਦਾ ਸੀਜ਼ਨ ਆ ਅੰਬ ਦੀ ਗੱਲ ਕਰ ਲੈਨੇ ਆ ਜਿਹੜਾ ਅੰਬ ਸਾਡੇ ਅਸੀਂ ਅੰਬ ਬੋਦੋ ਖਾਣੇ ਆ ਜਦੋਂ ਅੰਬ ਡਿੱਗ ਪੈਂਦਾ ਮੇਰੇ ਪੱਟਾ ਪਕਾ ਕਹਿੰਦੇ ਆ ਠੀਕ ਹੈ ਜੀ ਤੁਸ ਨੂੰ ਜੇ ਕਿਤੇ ਹੁਣ ਤਾਂ ਹੈ ਨਹੀਂ ਗੇ ਜਦੋਂ ਕਿਤੇ ਫੇਰ ਸਹੀ ਤੁਸ ਨੂੰ ਅੰਬ ਜਦੋਂ ਖਾਊਗਾ ਤੁਸੀਂ ਕਹੋਗੇ ਵੀ ਵੀ ਆਂਬ ਹੁੰਦਾ ਹੈਗਾ ਹਮ ਅਸਲੀ ਆਂਬ ਜਦੋਂ ਅਸੀਂ ਵੀ ਖਾਦੇ ਵੀ ਆਂਬ ਵਹਿ ਜਾ ਹੁੰਦਾ ਹੁਣ ਬਾਜ਼ਾਰ ਚੋਂ ਜਿਹੜੀ ਲਖਨਊ ਤੋਂ ਆਂਬ ਚੱਲਣਾ ਜਾਂ ਮਲਿਆਬਾਦ ਤੋਂ ਆਂਬ ਚੱਲਣਾ ਯੂਪੀ ਚੋਂ ਹਮ ਠੀਕ ਹੈ ਜੀ ਉਹ ਆਂਬ ਜੇ ਉਥੋਂ ਉਹਨਾਂ ਨੇ ਟਪਕੇ ਆਂਬ ਡੱਬਿਆਂ ਚ ਪਾ ਕੇ ਟਰੱਕਾਂ ਇੱਥੇ ਭੇਜਣਗੇ ਆਉਂਦੇ ਉਹਨਾਂ ਦਾ ਸ਼ੇਕ ਬਣ ਜੂ ਉਹਨੇ ਚ ਕੀ ਰਹੂਗਾ ਪੱਕੇ ਆਂਬ ਇੱਡੀ ਦੂਰੋਂ ਦੋ ਦਿਨਾਂ ਦਾ ਸਫਰ ਕਰਕੇ ਕਿਵੇਂ ਆਊਗਾ ਫਿਰ ਆਂਬ ਸਾਰਾ ਕੱਚਾ ਤੋੜਿਆ ਜਾਂਦਾ ਠੀਕ ਹੈ ਜੀ ਕੱਚਾ ਤੋੜ ਕੇ ਡੱਬਿਆਂ ਚ ਪਾ ਕੇ ਉਹ ਕੈਮੀਕਲ ਰੱਖਿਆ ਜਾਂਦਾ ਕੀ ਨਾਮ ਹੈ ਮੇਰੇ ਧਿਆਨ ਚ ਨਹੀਂ ਠੀਕ ਉਹ ਇਹ ਪੁੜੀਆਂ ਐ ਬੈਦਾਂ ਵਾਂਗੂ ਪੁੜੀਆਂ ਬਣਾਵਣਾ ਰੱਖਦੀ ਸੀ ਹੁਣ ਪਾਉ ਚਾਉਣ ਲੱਗ ਗਏ ਬਣੇ ਬਣੇ ਪਾਉ ਚ ਠੀਕ ਹੈ ਜੀ ਹੂੰ ਤੇ ਉਹ ਪਾਉ ਚ ਉਹਦੇ ਤੁਸੀਂ ਅੰਬ ਬਾਜ਼ਾਰ ਚੋਂ ਜੋ ਮੰਡੀ ਜਾ ਕੇ ਅੰਬ ਲੈ ਲੋ ਹਰੇ ਦੇ ਡੱਬੇ ਤੁਹਾਨੂੰ ਉਹ ਪਾਉ ਚ ਮਿਲਣੂਗਾ ਹਾਂ ਠੀਕ ਹੈ ਜੀ ਤੇ ਉਹ ਉਹਨੂੰ ਕੱਚਾ ਅੰਬਾ ਹੈ ਕੱਚੇ ਅੰਬ ਨੇ ਉਹਦਾ ਕਲਰ ਤਾਂ ਬਦਲ ਗਿਆ ਕੈਮੀਕਲ ਨਾਲ ਟੇਸ ਥੋੜੀ ਆਇਆ ਐਦਾ ਜੀਕੂ ਨਾਲ ਕੀਤਾ ਜਾਂਦਾ ਐਦਾਂ ਹੀ ਕੇਲੇ ਨਾਲ ਕੀਤਾ ਜਾਂਦਾ ਹੂੰ ਵੀ ਲਗਭਗ ਜਿੰਨੇ ਫਲ ਨੇ ਜਿਹੜੇ ਦੂਰੋਂ ਆਉਂਦੇ ਨੇ ਉਹ ਸਾਰੇ ਐਂ ਕੱਚੇ ਤੋੜ ਕੇ ਅੱਗੇ ਤੁਰੇ ਜਾਂਦੇ ਆਂ ਅੰਗੂਰਾ ਨਾਲ ਵੀ ਐਂ ਕੀਤਾ ਜਾਂਦਾ ਇਹ ਤੁਸੀਂ ਸਿਰਦਾ ਤੋੜਦੇ ਹੋ ਖਾਣੇ ਬਸ ਤੋੜਦੇ ਖਾਣੇ ਕੋਈ ਜਿਹੜੇ ਆ ਪ੍ਰੋਡਕਟ ਹੋਰ ਲੱਗੇ ਹੋਏ ਨੇ ਜਿਹੜੇ ਫੂਡ ਹੋਰ ਲੱਗੇ ਹੋਏ ਨੇ ਫਰੂਟ ਹਾਂਜੀ ਇਹਨਾਂ ਨੂੰ ਕੋਈ ਤਰੀਕਾ ਤੁਸੀਂ ਬਣਾਉਨੇ ਹੋ ਜਾਂ ਬਸ ਜਦੋਂ ਪੱਕ ਕੇ ਤੁਸੀਂ ਤੋੜਨਾ ਆਉਨੇ ਬਸ ਕੱਲਾ ਸਾਡਾ ਕੰਮ ਤੋੜਨਾ ਦਾ ਹੀ ਆ ਜੀ ਤੁਸੀਂ ਪਹਿਲਾਂ ਤੋੜਦੇ ਖਾਂਦੇ ਕੁਝ ਨਹੀਂ ਨਾ ਚਲੋ ਜਿਹੜੀ ਨੈਚੁਰਲ ਖੇਤੀ ਦੇ ਵਿੱਚ ਆਇਆ ਨਾ ਇੱਕ ਕੁਦਰਤੀ ਖੇਤੀ ਚ ਇੱਕੋ ਪਹਿਲੇ ਦਿਨ ਹੀ ਮੈਂ ਸੋਚ ਲਿਆ ਸੀ ਵੀ ਨਾ ਤਾਂ ਆਪਾਂ ਕੋਈ ਇਹਦੇ ਵਿੱਚ ਮਾਰਾ ਮਾਰੀ ਵਾਲਾ ਕੰਮ ਕਰਨਾ ਹੈ ਵੀ ਆਹ ਕੀੜਾ ਮਾਰ ਦਿਓ ਫਲਾਣਾ ਮਾਰ ਦਿਓ ਨਹੀਂ ਹਾਂ ਉਹ ਨਹੀਂ ਕੁਝ ਕਰਨਾ ਠੀਕ ਹੈ ਜੀ ਜੋ ਹੋ ਰਿਹਾ ਹੈ ਕੁਦਰਤੀ ਰੂਪ ਚ ਉਹੀ ਉਮੀ ਉਹ ਕਰਦੇ ਅਸੀਂ ਹੂੰ ਐਸੇ 2.5 ਕਿੱਲੇ ਤੂੰ ਜੰਗਲ ਲਾਉਨੇ ਹੋ ਹਾਂਜੀ ਦੂਜੇ ਪਾਸੇ ਕੀ ਕਰਦੇ ਹਾਂ ਦੂਜੇ ਪਾਸੇ ਕੁਛ ਤਾਂ ਇਧਰ ਸਾਹਮਣੇ ਜਿਉਂ ਆਏ ਆ ਇਧਰ ਉਹ ਲਾਈਨ ਚ ਲੱਗੇ ਨੇ ਔਲੇ ਦੇ ਬੂਟੇ ਤੇ ਚੀਕੂਆ ਦੀ ਲਾਈਨ ਲੱਗੀ ਆ ਹਾਂ ਪਰ ਉਹਦੇ ਵਿੱਚ ਹਲੇ ਇਹ ਟਰੈਕਟਰ ਨਾਲ ਵਾਉਨੇ ਆ ਉਹਦੇ ਵਿੱਚ ਹੁਣ ਸੌਣੀ ਚ ਅਸੀਂ ਉਹ ਚ ਫਸਲਾਂ ਦਾ ਬੀਜਦੇ ਆ ਪਰ ਸੌਣੀ ਚ ਵਾੜਾ ਅਸੀਂ એનર્ਜੀ ਨਹੀਂ ਵੇਸਟ ਕਰਦੇ ਉਹ ਚ ਆਜੇ ਔਲੇ ਵਾਲ ਨੇ ਚੱਲਦੇ ਆਪਾਂ ਅੱਛਾ ਹੁਣ ਔਲਾ ਇੱਕ ਮਾਰਕੀਟ ਚ ਆ ਰਿਹਾ ਹੈ ਇਕੌਲਾ ਤੁਹਾਡੇ ਕੋਲੇ ਆ ਤੁਸੀਂ ਔਲੇ ਨੂੰ ਕਿਵੇਂ ਵਰਤਦੇ ਹੋ ਜਾਂ ਉਹ ਔਲੇ ਦੀ ਕੋਈ ਹੁੰਦਾ ਕੈਮੀਕਲ ਦਾ ਜਾਂ ਸਿੱਧਾ ਨਹੀਂ ਔਲੇ ਦੇ ਕੈਮੀਕਲ ਘੱਟ ਹੁੰਦਾ ਵੈਸੇ ਹੂੰ ਪਰ ਕਿਉਂਕਿ ਮਸਲਾ ਕੈਮੀਕਲ ਇਹ ਨਹੀਂ ਨਾ ਵੀ ਔਲੇ ਦੇ ਆ ਔਲਾ ਖੇਤ ਕਿਹੜੇ ਚ ਖੜਾ ਕੋਈ ਫਾਲ ਜਾਂ ਕੋਈ ਸਬਜ਼ੀ ਜਾਂ ਕੋਈ ਫਸਲ ਆਰਗੈਨਿਕ ਨਹੀਂ ਹੁੰਦੀ ਖੇਤ ਆਰਗੈਨਿਕ ਹੁੰਦਾ ਹੂੰ ਠੀਕ ਹੈ ਜੀ ਹੁਣ ਮੰਨ ਲਓ ਜਾਮਣ ਜਾਮਣ ਦਾ ਚਲੋ ਖੈਰ ਸਪਰੇਅ ਹੁੰਦੀ ਬਹੁਤ ਔਲੇ ਦੇ ਕੋਈ ਸਪਰੇਅ ਨਹੀਂ ਹੁੰਦੀ ਔਲੇ ਨੂੰ ਕੋਈ ਕੀੜਾ ਜਾਂ ਕੁਝ ਨਹੀਂ ਪੈਂਦਾ ਹਾਂ ਪਰ ਜਦੋਂ ਔਲਾ ਖੜਾ ਮੇਰਾ ਉਸ ਖੇਤ ਜਾਂ ਜਿਹਦੇ ਚ ਰੇ ਪੈ ਰਿਹਾ ਜਿਹਦੇ ਵਿੱਚ ਸਪਰੇ ਹੋ ਰਹੀ ਆ ਹਾਂ ਠੀਕ ਹੈ ਯੂਰੀਆ ਡਾਇਆ ਉਹ ਔਲੇ ਦੇ ਬੂਟੇ ਨਹੀਂ ਤਾਂ ਖਿੱਚਣਾਗਾ ਹੂੰ ਉਹਦੇ ਅੰਦਰ ਵੀ ਤਾਂ ਉਹ ਗਿਆ ਨਾ ਕੈਮੀਕਲ ਔਲੇ ਨੂੰ ਉਹ ਨਹੀਂ ਕੋਈ ਚਾਹੀਦਾ ਸੋ ਜੇ ਖੇਤ ਆਰਗੈਨਿਕ ਆ ਤਾਂ ਬਾਕੀ ਆਪੇ ਸਾਰੀ ਚੀਜ਼ਾਂ ਆਰਗੈਨਿਕ ਹੀ ਹੋ ਜਾਣਗੀਆਂ ਇਹ ਤੁਹਾਡਾ ਮਾਰਕੀਟਿੰਗ ਦਾ ਬਣ ਗਿਆ ਸਿਸਟਮ ਜਾਂ ਸਾਡਾ ਬਹੁਤ ਵਧੀਆ ਬਣਾਇਆ ਸਾਡਾ ਤੋਂ ਪੂਰੇ ਨਹੀਂ ਹੁੰਦਾ ਸਮਾਨ ਬਾਕੀ ਮਾਰਕੀਟਿੰਗ ਮੇਰਾ ਸਿਸਟਮ ਹੋ ਰਾ ਸਾਡੇ ਜਿਹੜੇ ਆਰਗੈਨਿਕ ਵਾਲੇ ਨਾ ਬੰਦੇ ਉਹਨਾਂ ਚ ਥੋੜੀ ਜਿਹੀ ਇੱਕ ਸਮੱਸਿਆ ਹੈ ਮੈਂ ਉਹਨੂੰ ਸਮੱਸਿਆ ਮੰਨਦਾ ਉਹ ਸਾਡਾ ਸਮੱਸਿਆ ਨਾ ਹੋਵੇ ਉਹ ਚਾਹੁੰਦੇ ਆ ਵੀ ਅਸੀਂ ਜਿਹੜੀ ਚੀਜ਼ ਪੈਦਾ ਕਰ ਲਈ ਸਾਨੂੰ ਉਹਦਾ ਦੁੱਗਣਾ ਰੇਟ ਮਿਲੇ ਹੀ ਮਿਲੇ ਇੱਕ ਉਹਨਾਂ ਦੀ ਇੱਛਾ ਲਾ ਲੋ ਕੋਈ ਲਾ ਲੋ ਵੀ ਰੇਟ ਸਾਨੂੰ ਦੁੱਗਣਾ ਮਿਲੇਗੀ ਠੀਕ ਹੈ ਜੀ ਅਸੀਂ ਪੈਦਾ ਕੀਤੇ ਜੀ ਇਹਦਾ ਕੀ ਫਾਇਦਾ ਠੀਕ ਉਹ ਹੀ ਮਨਚ ਰੱਖਦੇ ਆ ਮੈਂ ਇਹ ਪਹਿਲੇ ਦਿਨ ਹੀ ਕੜਤਾ ਸੀ ਵੀ ਆਪਾਂ ਕੋਸ਼ਿਸ਼ ਕਰਨੀ ਆ ਦੇ ਝਾੜ ਤੇ ਠੀਕ ਹੈ ਜੀ ਹੁਣ ਮੇਰੇ ਮੇਰੇ ਤਿੰਨ ਤਰ੍ਹਾਂ ਦੀ ਮਾਰਕਟਿੰਗ ਹੈ ਮੇਰੀ ਇੱਕ ਤਾਂ ਉਹ ਸਮਾਨ ਜਿਹਨਾਂ ਦਾ ਘਰੋਂ ਵਿਕਦਾ ਹੂੰ ਨਿਮ ਕਣਕ ਆ ਮੇਰੀ ਕਣਕ ਮੇਰੇ 2 ਮਹੀਨੇ ਪਹਿਲਾਂ ਕਣਕ ਵੱਢਣ ਤੋਂ ਪਹਿਲਾਂ ਆਰਡਰ ਪਏ ਹੁੰਦੇ ਨੇ ਠੀਕ ਹੈ ਜੀ ਅਗਲੇ ਨੇ ਕਣਕ ਦੇ ਆਰਗੈਨਿਕ ਕਣਕ ਦੇ ਹਾਂ ਅਗਲਾ ਆਉਂਦਾ ਬੂਰੀਆਂ 'ਚ ਮੇਰੇ ਸਾਫ਼ ਕਰਕੇ ਪਾਈ ਪਈ ਹੁੰਦੀ ਆ ਸਭ ਨੂੰ ਫੋਨ ਕਰ ਦਿੰਦੀ ਵੀ ਕਣਕ ਤਿਆਰ ਆ ਲੈ ਜਾ ਜਿਹਦੇ ਜਿਹਦੇ ਆਰਡਰ ਹੁੰਦੇ ਨੇ ਅਗਲਾ ਆਉਂਦਾ ਪੈਸੇ ਦਿੰਦਾ ਗੱਟੇ ਚੱਕਦਾ ਉਹ ਮੇਰਾ ਸਮਾਨ ਘਰੋਂ ਵੇਚਦਾ ਹੋਰ ਵੀ ਕਈ ਚੀਜ਼ਾਂ ਜਿਹੜਾ ਕੋਈ ਆ ਗਿਆ ਬਾਈ ਜੀ ਕੁਝ ਪਿਆਗਾ ਆ ਦੇ ਦਿਓ ਉਹ ਦੇ ਦਿਓ ਵਿਕ ਜਾਂਦਾ ਘਰ ਕੀ ਰੇਟ ਕਣਕ ਦੇ ਵੇਚਦੇ ਹੋ ਕਣਕ ਅਸੀਂ ਇਹਦੀ 5000 ਨੂੰ ਵੇਚੀ ਕਿਆ ਬਾਤ ਚਾਰਜ ਫਰਕ ਪਿਆ ਹੋਇਆ ਜਾਂ ਸਾ ਵਧ ਰਿਹਾ ਬਈ ਅਸੀਂ 8 ਕੁ ਕਵਾਂਟਲ ਤੋਂ ਚੱਲੇ ਹੋਏ ਹਾਂ ਹੁਣ 15 ਕ ਤੱਕ ਪਹੁੰਚ ਗਏ ਹਾਂ ਹਮ ਹਰ ਸਾਲ 50 ਕਿਲੋ 8 ਕਿਲੋ ਐ ਹੌਲੀ ਹੌਲੀ ਕਰਕੇ ਵਧ ਰਿਹਾ ਹੈ ਵਧ ਰਿਹਾ ਹੈ ਹਾਂਜੀ ਕੁਝ ਨਹੀਂ ਪਾਉਂਦੇ ਫਿਰ ਬੀਜ ਕੇ ਬੀਜ ਕਿ ਨਹੀਂ ਕਣਕ ਦੇ ਆ ਪਾਉਣਾ ਕੁਝ ਨਹੀਂ ਉਹਨੂੰ ਪਰ ਉਹਦੇ ਆ ਕੁਝ ਹੋਣੇ ਨਾ ਜਿਹੜੇ ਆਪਾਂ ਕਰਦੇ ਆ ਕੋਈ ਤਰੀਕੇ ਨੂੰ ਝਾੜ ਵਧਾਉਣ ਦੇ ਕਈ ਚੀਜ਼ਾਂ ਛੋਟੀਆਂ ਮੂਟੀਆਂ ਕਰਦੇ ਹਮ ਜਿਵੇਂ ਖਲ ਪਾ ਸਕਦੇ ਆਪਾਂ ਸੋਰੋਂ ਦੀ ਖਲ ਪਾ ਦਈ ਤੁਸੀਂ ਕਣਕ ਨੂੰ ਕਣਕੇ ਤੇ ਥੋੜੀ ਜ਼ੋਰ ਵਧ ਲਾਉਂਦੀ ਆ ਖੇਤ ਦਾ ਹੂੰ ਘਾੜ ਲੈਣੀ 10-15 ਕਿਲੋ ਕਿੱਲੇ ਦੀ ਖਾਲ ਜੇ ਤੁਸੀਂ ਗੁੱਡਣੀ ਐ ਫਿਰ ਉਹ ਕਣਕ ਪਾ ਸਕਦੇ ਹੂੰ ਠੀਕ ਹੈ ਬਾਕੀ ਸਾਡੇ ਬਾਇਓ ਗੈਸ ਦੀ ਸਲਰੀ ਹੈ ਉਹ ਪਾਣੀ ਰਹੀ ਜਾਂਦੀ ਰਹਿੰਦੀ ਹੈ ਹੂੰ ਰੂੜੀ ਹੈ ਉਹ ਸਮਾਨ ਤਾਂ ਫਿਰ ਅਸੀਂ ਪਾਉਣੀ ਆ ਖੇਤ ਚ ਜਿਹੜਾ ਆਪਣੇ ਘਰੋਂ ਹੀ ਨਿਕਲ ਰਿਹਾ ਹੂੰ ਉਹ ਹੁਣ ਜਿਵੇਂ ਆਪਾਂ ਮਾਰਕੀਟਿੰਗ ਦੀ ਗੱਲ ਕਰਦੇ ਸੀ ਉਹ ਕਣਕ ਆ ਸਾਡੀ ਘਰੋਂ ਵੇਗੀ ਹੋਰ ਸਮਾਨ ਆ ਘਰੋਂ ਵੇਗ ਗਿਆ ਲੋਕ ਆਉਂਦੇ ਨੇ ਕਈ ਵੀ ਲੈ ਜਾਂਦੇ ਨੇ ਹੂੰ ਦੂਸਰਾ ਸਾਡਾ ਹੈਗਾ ਜਿਹੜੀ ਅਸੀਂ ਹਫਤੇਵਾਰੇ ਮੰਡੀ ਲਾਉਣੀ ਆ ਸ਼ਨੀਵਾਰ ਨੂੰ ਇੱਕ ਦਿਨ ਬਾਜ਼ਾਰ ਚ ਬਰਨਾਲੇ ਉਹ ਸਾਡਾ ਵਧੀਆ بیس ਬਣਿਆ ਹੋਇਆ ਪਹਿਲਾਂ ਖੇਤੀਬਾੜੀ ਵਿਰਾਸਤ ਮਿਸ਼ਨ ਨੇ ਬਹੁਤ ਕੰਮ ਕੀਤਾ ਸਾਡੇ ਬਰਨਾਲੇ ਦੇ ਖਾਸ ਕਰਕੇ ਸਾਰੇ ਪੰਜਾਬ ਚ ਬਰਨਾਲੇ ਦੇ ਵੱਧ ਕੰਮ ਹੋਇਆ ਹੈ ਹੂੰ ਬਰਨਾਲੇ ਸਾਡੇ ਕੋਲ ਗਾਹਕ ਬਹੁਤ ਆ ਲੋਕ ਅਵੇਅਰ ਹੈਗੇ ਨੇ ਹੂੰ ਤੇ ਉੱਥੇ ਸਾਡਾ ਜਿੰਨਾ ਸਮਾਨ ਹੈ ਸਾਡੇ ਫਾਲ ਸਾਡੀਆਂ ਸਬਜ਼ੀਆਂ ਆਟੇ ਦਾਲਾਂ ਸਰੋਂ ਦਾ ਤੇਲ ਘਿਓ ਠੀਕ ਹੈ ਜੀ ਲੱਸੀ ਪਨੀਰ ਜੋ ਵੀ ਹੈ ਸਾਡਾ ਸਾਰਾ ਉੱਥੇ ਜਾਂਦਾ ਤੇ ਉੱਥੇ ਸਾਡਾ ਲਗਭਗ ਉਹ ਸਾਰਾ ਵਿਕ ਜਾਂਦਾ ਜਾ ਬਾਕੀ ਠੀਕ ਹੈ ਦੂਜਾ ਸਾਡਾ ਪਲੇਟਫਾਰਮ ਮੇਰਾ ਇਹ ਆ ਤੀਜਾ ਮੇਰਾ ਪਲੇਟਫਾਰਮ ਹੈਗੀ ਆ ਰੈਗੂਲਰ ਮੰਡੀ ਆਮ ਬਾਜ਼ਾਰ ਵਾਲੀ ਮੰਡੀ ਹੂੰ ਮੇਰੇ ਕੋਲ ਜਿਹੜੀ ਚੀਜ਼ ਇੱਥੇ ਵਾਧੂ ਹੋਊਗੀ ਉਹ ਇਹ ਨਹੀਂ ਵੇਖੇ ਖਰਾਬ ਹੋਊਗੀ ਯਾਰ ਮੈਨੂੰ ਰੇਟ ਵੱਧ ਮਿਲੇ ਹੂੰ ਮੇਰੇ ਕੋਲ ਜਿਹੜੀ ਵੱਧ ਗਈ ਉਹ ਮੰਡੀ ਜਾਊਗੀ ਮੈਂ ਇੱਥੇ ਖਰਾਬ ਨਹੀਂ ਕਰਦਾ ਔਰ ਬਹੁਤ ਵਧੀਆ ਰਹਿਦਾ ਸਿਸਟਮ ਹਾਂ ਔੜਾ ਇਹ ਆਵਲੇ ਮੇਰੇ ਕੋਲ ਤੁਸੀਂ ਲਾ ਲਓ ਵੀ 60 ਕੁ ਦਰਖਤ ਨੇ ਔਲੇ ਦੇ ਤਾਂ ਜੀ ਕੁਆਂਟਲਾਂ ਦੇ ਹਿਸਾਬ ਨਾਲ ਹੋ ਜਾਂਦੇ ਨੇ ਔਲੇ ਉੰਨੇ ਔਲੇ ਮੈਂ ਕਿੱਥੇ ਵੇਚੂਗਾ ਕਿੱਥੇ ਪ੍ਰੋਸੈਸਿੰਗ ਕਰੂਗਾ ਕਿੰਨੇ ਮੇਰਾ ਬੋਝ ਵਧੂਗਾ ਤੇ ਮੈਂ ਉਹ ਸਾਰੇ ਲਗਭਗ ਮੰਡੀ 'ਚ ਵੇਚਦਾ ਦੁਕਾਨ ਤੇ ਤਾਂ 20 ਕਿਲੋ ਔਲੇ ਵੀ ਨਹੀਂ ਵਿਕਦੇ ਔਲੇ ਅਚਾਰ ਹੀ ਬਣਾਉਂਦਾ ਲੋਕਾਂ ਨੇ ਹੂੰ ਮੇਰਾ ਤਾਂ ਕਵਾਂਟਲਾਂ 'ਚ ਮਾਲ ਆਉਹ ਕਵਾਂਟਲਾਂ 'ਚ ਸਾਰਾ ਮੰਡੀ ਵਿਕਦਾ ਕੀ ਰੇਟ ਜਾਂਦਾ ਉਹ ਪਿਛਲੀ ਵਾਰੀ 27-28 ਦੀ ਐਵਰੇਜ ਪਈ ਆ ਅੱਛਾ ਬਹੁਤ ਵਧੀਆ ਹੁੰਦੀ ਆ 27-28 ਦੀ ਐਵਰੇਜ ਨੂੰ ਅੰਦਾਜ਼ਨ 60 ਬੂਟੇ ਤੋਂ ਕਿੰਨੀ ਕੀ ਇਨਕਮ ਹੁੰਦੀ ਆ ਅੰਦਾਜ਼ਨ ਹੁਣ ਮੇਰੇ ਵਾਲੇ ਜਿਹੜੇ ਬੂਟੇ ਨੇ ਜੀ ਇਹ ਕਈ ਬੂਟੇ ਤੇ ਕਵਾਂਟਲ ਤੋਂ 1.5 ਕਵਾਂਟ ਜੀ اور ਜਿਵੇਂ ਜਿਵੇਂ ਇਹ ਬੂਟੇ ਦੀ ਏਜ ਵੱਧ ਰਹੀ ਹੈ ਫਲ ਵਧਣਾ ਹੈਗਾ ਹੂੰ ਤੇ ਔਲੇ ਦੇ ਬੂਟੇ ਤਾਂ 5 ਕਨਟਲ ਤੱਕ ਔਲਾ ਵੀ ਲੱਗ ਜਾਂਦਾ ਬੂਟਾ ਵਧੀਆਂ ਬਣ ਜਾਂਦਾ ਜੋੜ ਲਓ ਵੀ ਕੈਲਕੂਲੇਟਰ ਚੱਕ ਲੋਣਾ ਨਹੀਂ ਫਿਰ ਰਹਿਣਗੇ ਸੋ ਉਹ ਮੈਂ ਉਹ ਨਹੀਂ ਦੇਖਦਾ ਕਿੰਨੂ ਆ ਮੇਰੇ ਕੋ ਕਿੰਨੂ ਕਾਫੀ ਹੋ ਜਾਣ ਵਾਲੇ ਲਾਉਂਦੇ ਨੇ ਬਹੁਤ ਨਾਲ ਵੀ ਆ ਲਾ ਲੋ ਐਸਟੀ ਮੈਂ ਔਲੇ ਵੀ ਜਲੋਣਾ ਹੈ ਹਾਂ ਹੈ ਗੱਲੇ ਵੀ ਆ ਨਾ ਨਹੀਂ ਉਹ ਉਹਦਾ ਸਬਰ ਵੀ ਰੱਖਣਾ ਪੈਣਾ ਨਾ 5 ਸਾਲ ਤੋਨੇ ਤੁਹਾਨੂੰ ਦਾਣਾ ਵੀ ਦੇਣਾ ਇੱਕ ਹਾਂ 5 ਸਾਲ ਉਹਦਾ ਸਬਰ ਵੀ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੌਸਮ ਦੀ ਮਾਰ ਵੀ ਆ ਹੁਣ ਪਿਛਲੇ ਸਾਲ ਸਾਡੇ ਫਲ ਘੱਟ ਲੱਗਿਆ ਹੂੰ ਫੁੱਲ ਜਿਆਦਾ ਲੱਗ ਆਇਆ ਔਲੇ ਦਾ ਫੁੱਲ ਆਉਂਦਾ ਹੈਗਾ ਮਾਰਚ ਚ ਫਿਰ ਉਸ ਤੋਂ ਬਾਅਦ ਉਹ ਜਮੇ ਖਤਮ ਹੋ ਜਾਂਦਾ ਫਿਰ ਸਤੰਬਰ ਚ ਜਾ ਕੇ ਫਲ ਚੱਕਣ ਲੱਗਦਾ ਸਤੰਬਰ ਅਕਤੂਬਰ ਚ ਜਾ ਕੇ ਇੱਕਦਮ ਵੀ ਤੁਹਾਨੂੰ ਦਿਖਣ ਲੱਗਣਗੇ ਵੀ ਆਹ ਔਲੇ ਨਿਕਲੇ ਪਿਛਲੇ ਸਾਲ ਫੁੱਲ ਬਹੁਤ ਜਿਆਦਾ ਸੀ ਸਾਨੂੰ ਲੱਗਿਆ ਯਾਰ ਬੰਪਰ ਫਸਲ ਆਊਗੀ ਪਰ ਉਹ ਫਲ ਬਹੁਤ ਘੱਟ ਆਇਆ ਪਿਛਲੇ ਸਾਲ ਜਿੰਨੇ ਫੁੱਲ ਦੇ ਹਿਸਾਬ ਨਾਲ ਫਲ ਘੱਟ ਆਇਆ ਜੀ ਸੋ ਮੌਸਮ ਦੀ ਮਾਰ ਵੀ ਪੈਣੀ ਹੈ ਪੈਸੇ ਵਾਲਾ ਅੰਕੜਾ ਇਸ ਖੇਤੀ ਚ ਕੋਈ ਨਹੀਂ ਹੈਗਾ ਫਿਰ ਅੰਕੜਾ ਕੱਢਿਆ ਲਾਉਣਾ ਹੈ ਹੈ ਅੰਕੜਾ ਹੈ ਹੀ ਨਹੀਂ ਇਹ ਚ ਹੂੰ ਜ਼ਿੰਦਗੀਆਂ ਅੰਕੜਿਆਂ ਨਾਲ ਥੋੜੀ ਜਲਦੀ ਹੈ ਹਾਂ ਠੀਕ ਹੈ ਔਰ ਜਿੰਨਾਂ ਦੀ ਅੰਕੜਿਆਂ ਨਾਲ ਜਲਦੀ ਹੈ ਤੁਸੀਂ ਉਹਨਾਂ ਦੇ ਅੰਦਰ ਵੜ ਕੇ ਦੇਖੋ ਉਹਨਾਂ ਦੇ ਘਰਾਂ ਚ ਠੀਕ ਹੈ ਜੀ ਅੰਕੜੇ ਤਾਂ ਉਹਨਾਂ ਦੇ ਬਹੁਤ ਵਧੀਆ ਨਹੀਂ ਮਤਲਬ ਜਿਵੇਂ ਕਹਿੰਦੇ ਵੀ ਅੰਕੜੇ ਤਾਂ ਬਹੁਤ ਉੱਚੇ ਲੈਵਲ ਦੇ ਨਹੀਂ ਪਰ ਉਹਨਾਂ ਦੀ ਜ਼ਿੰਦਗੀ ਨਰਕਰ ਗਈ ਹੈ ਹੂੰ ਠੀਕ ਹੈ ਜ਼ਿੰਦਗੀਆਂ ਅੰਕੜਿਆਂ ਨਾਲ ਥੋੜੀ ਜਲਦੀ ਹੈ ਜ਼ਿੰਦਗੀ ਲਈ ਤਾਂ ਸਾਨੂੰ ਹੋਰ ਬਹੁਤ ਚੀਜ਼ਾਂ ਨੇ ਹੋਰ ਸਾਡੇ ਇਮੋਸ਼ਨਸ ਨੇ ਹਨਾ ਪਿਆਰ ਮੁਹੱਬਤ ਆ ਘਰੇ ਇਤفاق ਆ ਬਹੁਤ ਚੀਜ਼ਾਂ ਚਾਹੀਦੀਆਂ ਸੁਭਾਅ ਤੇ ਫਰਕ ਬੰਦੇ ਬੰਦੇ ਦੇ ਅੱਖੀਂ ਪਿੱਛੇ ਬਹੁਤ ਜਾਂਦਾ ਮੈਂ ਬਹੁਤ ਅਗਰੈਸਿਵ ਬੰਦਾ ਸੀਗਾ ਬਹੁਤ ਅਗਰੈਸਿਵ ਬੰਦਾ ਹਾਂ ਮੈਂ ਬਹੁਤ ਠੰਡੇ ਸੁਭਾਅ ਦਾ ਮਾਲਕ ਹੂੰ ਪਰਵਾਹ ਤੇ ਕਿਸੇ ਟਬਿੰਦਾ ਜੀ ਜਾਂਦਾ ਵੀ ਹਾਂ ਲੱਗਦਾ ਬੰਦਾ ਕੁਦਰਤ ਨਾਲ ਜੁੜਿਆ ਹੋਇਆ ਯਾਰ ਬੰਦਾ ਆਨੰਦ ਨਾਲ ਜੁੜਿਆ ਹੋਇਆ ਯਾਰ ਰਵੀ ਦੇ ਚੀਜ਼ਾਂ ਦੇ ਇਫੈਕਟ ਪਏ ਰਵੀ ਦੇ ਪਏ ਨੇ ਪਰਵਾਰ ਦੇ ਵੀ ਪਏ ਪਰਵਾਰ ਦੇ ਕਈ ਵੀ ਥੋੜਾ ਜਿਹਾ ਉਲਟ ਵੀ ਪਏ ਜਾਂਦਾ ਪਰਵਾਰ ਨੂੰ ਆਏ ਹੁੰਦਾ ਵੀ ਇਹ ਯਾਰ ਐਂ ਕੰਮ ਜੇ ਕਰੀ ਜਾਂਦਾ ਤੇ ਹਾਂ ਕਿਉਂਕਿ ਦੇਖੋ ਸਮਾਜ ਆ ਨਾ ਸਮਾਜ ਦਾ ਪ੍ਰਭਾਵ ਪੈਂਦਾ ਹੈ ਨਾ ਗੌਂਡੀ ਦੀ ਵੱਡੀ ਕੋਠੀ ਦੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੋ ਸਕਦਾ ਮੇਰੀ ਬੇਟੀ ਨੂੰ ਜਾਂ ਮੇਰੇ ਘਰ ਵਾਲੀ ਨੂੰ ਵੀ ਯਾਰ ਉਹਨਾਂ ਦਾ ਘਰ ਵਾਲਾ ਵਧੀਆ ਉਹ ਕਿਤੇ ਮਨ ਚ ਤਾਉਂਦਾ ਹੀ ਆ ਕਿਤੇ ਹੱਥ ਕੱਸਿਆ ਗਿਆ ਤੇ ਫਿਰ ਐਂ ਹੁੰਦਾ ਵੀ ਤੂੰ ਵੀ ਪੰਗੇ ਜੀ ਲੈਣ ਨੂੰ ਕੁੱਠੇ ਹੈ ਨਾ ਕਿਤੇ ਸੁਣਨਾ ਪੈ ਜਾਂਦਾ ਹੈ ਜੀ ਗੱਲਾਂ ਕਿ ਸਮਰਤਾ ਪਰ ਉਹ ਬਹੁਤ ਵੱਡਾ ਨਾ ਇਹ ਬੁੱਟਾ ਕਰੇ ਇਹ ਅੰਜੀਰ ਆ ਜੀ ਇਹ ਅੰਜੀਰ ਹੈਗੀ ਆ ਆਂਧਰਾ ਦੀ ਵੈਰੈਟੀ ਇਹਨੂੰ ਫਲ ਬੜਾ ਲੱਗਦਾ ਆ ਸਾਰਾ ਡਿੱਗਿਆ ਪਿਆ ਇਸ ਲਈ ਪਰ ਇਹ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਪੱਕਦਾ ਨਹੀਂ ਜੀ ਉਹ ਪੱਕਦਾ ਨਹੀਂ ਪੰਜਾਬ ਦੀ ਇੱਕ ਹੋਰ ਵੈਰੈਟੀ ਆ ਉਹ ਲੱਗੀ ਹੋਈ ਆ ਸਾਹਮਣੇ ਉਹ ਪੱਤੇ ਅੱਜ ਕੱਲ ਤਾਂ ਅੰਜੀਰ ਦਾ ਟ੍ਰੈਂਡ ਹੈ ਹੈ ਅੱਜ ਕੱਲ ਹਰੇਕ ਬੰਦਾ ਕਹਿੰਦਾ ਅੰਜੀਰ ਖਾ ਲਿਆ ਕਰੋ ਅੰਜੀਰ ਖਾ ਲਿਆ ਕਰੋ ਬਹੁਤ ਆਉਂਦੇ ਆ ਬਾਈ ਤੂੰ ਅੰਜੀਰ ਸਕਾਗੇ ਨੂੰ ਕੱਟ ਕੇ ਉਹ ਕਰ ਉਹਦਾ ਡਰਾਈ ਫਰੂਟ ਦਾ 1000 ਰੁਪਏ ਕਿਲੋ ਆ ਤੇ ਉਹ ਜਿਹੜਾ ਪੱਤੇ ਵਾਲਾ ਜੀ ਉਹ ਪੰਜਾਬ ਦੀ ਵੈਰੈਟੀ ਆ ਪੀਏਯੂ ਦਿੰਦੀ ਆ ਉਹ ਆਪਣੇ ਪੱਕਦਾ ਨੇ ਜੀ ਦਿਖਾਓ ਚਲਦੇ ਆ ਤੇ ਆਹ ਜੀ ਇਹ ਪੰਜਾਬ ਦੀ ਵੈਰੈਟੀ ਆ ਇਹ ਆਪਣੇ ਫਲ ਪੱਕ ਜਾਂਦਾ ਪਰ ਇਹਦਾ ਇਹ ਆ ਵੀ ਇਹ ਫਲ ਬੜਾ ਪੱਕਣ ਦੇ ਬਾਅਦ ਨੂੰ ਨਿਗਾਹ ਹੀ ਰੱਖਣੀ ਪੈਂਦੀ ਆ ਜੇ ਤੁਸੀਂ 2 ਘੰਟੇ ਵੀ ਲੇਟ ਹੋ ਗੋ ਉਹਨੂੰ ਜੜੀਆਂ ਛੱਕ ਜਾਂਦੀਆਂ ਨਰਮ ਬਹੁਤ ਹੁੰਦਾ ਫਲ ਪਰ ਟੇਸਟੀ ਬਹੁਤ ਆ ਇਹ ਫਲ ਆਹ ਨਾਸਪਤੀ ਇਹ ਨਾਸਪਤੀ ਨੇ ਜੀ ਆਜਾ ਵੀ ਨਾਸਪਤੀ ਲੱਗੇ ਨੇ ਇਹ ਹੀ ਤੋਤਿਆਂ ਤੋਂ ਬਚਾਉਣ ਵਾਸਤੇ ਕਿਉਂਕਿ ਤੋਤੇ ਤੋਤੇ ਲੈ ਜੀ ਬਹੁਤ ਉਹ ਆਇਟਮ ਨੇ ਹੂੰ ਸੋ ਅਸੀਂ ਦੋ ਕਟਾਣੀਆਂ ਤੇ ਪਾ ਦਿੱਤੀ ਉਹਨੇ ਇੱਕ ਬਚ ਗਈ ਬਾਕੀ ਸਾਰੇ ਛੱਗ ਹੂੰ ਲੈ ਦੇਖੋ ਬਈ ਨਾਸਪਤੀ ਉਧਰ ਬੱਬੂ ਕੋਸ਼ੇ ਵੀ ਆ ਉਹ ਵੀ ਬਚੇ ਨਹੀਂ ਬੱਬੂ ਹੂੰ ਕੋਸ਼ਿਸ਼ ਤਾਂ ਕੀਤੀ ਬਚਾਉਣ ਦੀ ਹੂੰ ਉਹ ਪਿੱਛੇ ਥੋੜੇ ਆਲੂ ਬੁਖਾਰਾ ਆ ਗਿਆ ਤਾਂ ਹੁਣ ਲੰਘ ਗਿਆ ਟਾਈਮ ਆਲੂ ਬੁਖਾਰਾ ਆਲੂ ਚਾ ਅੱਛਾ ਬੂਟਾ ਹਾਂ ਜੀ ਹਾਂ ਇਹ ਆਲੂ ਬੁਖਾਰੇ ਦਾ ਜੀ ਹੋਇਆ ਵਧੀਆ ਫਰੂਟੇ ਦੇ ਆਲੂ ਬੁਖਾਰਾ ਬਹੁਤ ਸੋਨਾ ਬਣਦਾ ਜੀ ਆਪਣੇ ਦਾ ਅੱਛਾ ਆਲੂ ਬੁਖਾਰਾ ਤੇ ਆ ਕਮ ਜਾ ਆਪਣੇ ਆਲੂ ਚੇ ਦਾ ਜੀ ਇਹ ਆਲੂ ਚਾ ਥੋੜਾ ਛੋਟਾ ਹੁੰਦਾ ਅੰਬਸਰੀ ਲੂਚਾ ਕਹਿੰਦੇ ਆ ਇਹ ਆਲੂ ਬੁਖਾਰਾ ਰਕੇ ਹੁੰਦਾ ਥੋੜਾ ਜਿਹਾ ਖਟਾਸ ਹੁੰਦਾ ਟੇਸਟੀ ਹੁੰਦਾ ਬਹੁਤ ਫੜ ਲਾ ਦਿੰਦਾ ਇਹਨਾਂ ਦਾ ਬਹੁਤ ਵਧੀਆ ਉਹ ਸਾਈ ਵੀ ਬਹੁਤ ਸੋਨਾ ਬਣਦਾ ਆ ਮਾਲਟਾ ਸਾਰਾ ਦਿਨ ਦਰਖਤਾਂ 'ਚ ਰਹਿੰਦੇ ਹੋ ਹਾਂਜੀ ਸੱਪ ਦਾ ਜਿਹੜੀ ਚੀਜ਼ਾਂ ਖਤਰਨਾਕ ਹੁੰਦੀਆਂ ਨੇ ਹਾਂਜੀ ਉਹਨਾਂ ਦਾ ਕੋਈ ਡਾ ਡੱਕੜ ਜਿਹਾ ਬਣਿਆ ਕਦੇ ਮੈਨੂੰ ਨਹੀਂ ਹੈਗਾ ਤੇ ਹੌਲੀ-ਹੌਲੀ ਘਰੇ ਦਾ ਥੋੜਾ ਮੋਟਾ ਹੁੰਦਾ ਇਹ ਕਿਤੇ ਘਰੇ ਨਿਕਲਿਆ ਵੀ ਪਰ ਉਹ ਬੰਦਾ ਉਹਦੀ ਹੋ ਜਾਂਦਾ ਅਸਲ ਦੇ ਵਿੱਚ ਸੱਪ ਆ ਨਾ ਜਿਹੜਾ ਸੱਪ ਦਾ ਸਾਡਾ ਜਿਹੜਾ ਡਰ ਹੈ ਉਹ ਸਾਡੀ ਅਗਿਆਨਤਾ ਦੇ ਵਿੱਚ ਬਹੁਤ ਆਉ ਪੰਜਾਬ 'ਚ ਬਹੁਤ ਤਰ੍ਹਾਂ ਦੇ ਸੱਪ ਪਾਈ ਜਾਂਦੇ ਨੇ ਹੂੰ ਠੀਕ ਹੈ ਜੀ ਪਰ ਜ਼ਹਿਰੀਲੇ ਸਿਰਫ ਦੋ ਹੀ ਨੇ ਇੱਕ ਤਾਂ ਕਾਮਨ ਗਰੇਟ ਆ ਉਹ ਆਪਣੇ ਪੰਜਾਬ ਚ ਮਿਲਦਾ ਹੈ ਉਹ ਜ਼ਹਿਰੀਲਾ ਹੈ ਇੱਕ ਕੋਬਰਾ ਫਣ ਖੋਲਦਾ ਜਿਹੜਾ ਕਾਲਾ ਨਾਗ ਜੀ ਨੂੰ ਆਪਾਂ ਕਹਿੰਦੇ ਆ ਇਹ ਦੋ ਜ਼ਹਿਰੀਲੇ ਨੇ ਬਾਕੀ ਸਾਰੇ ਜ਼ਹਿਰੀਲੇ ਹੁੰਦੇ ਪਰ ਇੰਨੇ ਜ਼ਹਿਰੀਲੇ ਨਹੀਂ ਹੁੰਦੇ ਉਹ ਬੰਦੇ ਨੂੰ ਮਾਰ ਦੇਣ ਹੂੰ ਜਿਹੜੇ ਅਸੀਂ ਆਹ ਗਏ ਉਹ 8 ਫੁੱਟਾ ਸੱਪ ਮਾਰਿਆ ਆ ਲਾਲ ਬੀਲੇ ਨੀਲੇ ਜੇ ਵਜਾਰੇ ਜਾਂ ਖਾਕੀ ਰੰਗੇ ਮਿੱਟੀ ਰੰਗੇ ਜਿਹਦੋਰੇ ਫਿਰਦੇ ਆ ਤੇ ਬਿਲਕੁਲ ਵੀ ਜ਼ਹਿਰੀਲੇ ਨਹੀਂ ਹੈਗੇ ਉਹ ਬਾਪ ਦੇ ਕੱਦ ਕਰਕੇ ਹੀ ਮਾਰੇ ਜਾਂਦੇ ਵੀਰ ਬੜਾ ਵੱਡਾ ਸੱਪ ਸੀ ਕੁਦਰਤ ਨਾਲ ਜੁੜਿਓ ਆਲੇ ਦੁਆਲੇ ਪੰਛੀ ਆਉਂਦੇ ਹੋਣਗੇ ਹਾਂਜੀ ਉਹਦੀ ਕੋਈ ਜਿਹੜੀ ਉਹਦੀ ਆਪਦੀ ਇੱਕ ਪੋਜ ਲੜੀ ਹੁੰਦੀ ਹੈ ਬਿਲਕੁਲ ਉਹ ਚੀਜ਼ਾਂ ਦਾ ਜਿਵੇਂ ਸਾਡੇ ਤਾਂ ਹੁਣ ਆਮ ਤੌਰ ਤੇ ਲੋਕ ਗੱਲਾਂ ਦਾ ਕਰਦੇ ਨੇ ਹਾਂਜੀ ਪਰ ਅਸੀਂ ਆਪਦੇ ਫੋਟੋਆਂ ਵੀਡੀਓ ਵਾਇਰਲ ਹੁੰਦੀਆਂ ਨੇ ਸੜਕ ਦੇ ਕਿਨਾਰੇ ਵੱਢਲੇ ਖਾਲ ਵੱਢਲੇ ਪਹੀ ਵੱਢਲੀ ਆਉਂਦੀਆਂ ਨੇ ਚੀਜ਼ਾਂ ਦੀਆਂ ਬਿਲਕੁਲ ਇਹ ਚੀਜ਼ਾਂ ਦਾ ਜਿਹੜੇ ਪੰਛੀ ਨੇ ਫਰਕ ਪਿਆ ਚੀਜ਼ਾਂ ਦਾ ਪੰਛੀ ਦਾ ਦੇਖੋ ਪੰਛੀ ਦਾ ਅਸੀਂ ਇੰਨੀ ਉਹ ਨਾਲ ਧੋੜਾ ਪਿੰਡਾਂ ਤੋਂ ਵੱਡੇ ਪਤਲੇ ਕੰਮ ਹੋਇਆ ਆਲ ਨੇ ਤੇ ਹਾਂਜੀ ਹਾਂ ਸੰਦੀਪ ਸੰਦੀਪ ਉਹਨਾਂ ਕੰਮ ਕਰਾਣ ਹਾਂਜੀ ਹਾਂ ਹੂੰ ਹਾਂਜੀ ਜਿਵੇਂ ਦਰਖਤ ਲਾਏ ਹੁਣ ਜੇ ਹਰ ਬੰਦਾ ਦਰਖਤ ਲਾਵੇ ਆਪਣੇ ਖੇਤਾਂ ਵਿਚਾਲੇ ਪਰ ਲਾਉਂਦੇ ਕਾ ਤੋ ਨਹੀਂ ਕਹਿੰਦੇ ਫਸਲ ਮਰਦੀ ਐ ਪਰ ਇੱਕ ਬੰਦੇ ਦੀ ਪਿੱਛੇ ਵੀਡੀਓ ਆਈ ਕਹਿੰਦਾ 6 ਕਿੱਲਾਂ ਦੇ ਆਲੇ ਦੁਆਲੇ 135 ਜਮਨਾ ਲਾਤੀਆਂ 7 ਲੱਖੋਂ ਠੇਕੇ ਜੜੀਆਂ ਜਾਂਵਣਾ। ਹਾਂਜੀ। ਬਾਕੀ ਫਸਲਾਂ ਦਾ ਵੱਖਰੀ ਐ। ਅਸਲ ਦੇ ਵਿੱਚ ਸਾਡੀ ਮੈਨੂੰ ਇਹ ਲੱਗਣ ਲੱਗਿਆ ਵੀ ਸਾਡੀ ਜਿਹੜੀ ਪ੍ਰੋਬਲਮ ਆ ਨਾ ਹੂੰ ਸਾਡੀ ਪ੍ਰੋਬਲਮ ਪੈਸਾ ਬਣ ਗਈ। ਤੁਸੀਂ ਹੱਥ ਪੰਜਾਬ ਦੇ ਬੰਦੇ ਨੂੰ ਗੱਲ ਸਮਝਾਉਣੀ ਆ ਵੀ ਆ ਜੰਗਲ ਐ। ਹਾਂ ਠੀਕ ਹੈ ਜੀ। ਇਹਦੇ ਦੇਖੋ ਤੁਸੀਂ ਇੰਨੇ ਤਰ੍ਹਾਂ ਦੇ ਫਲ ਖਾਓਗੇ। ਹਾਂ ਤਾਜੀ ਹਵਾ। ਛਾਂ। ਇੰਨੇ ਪੰਛੀ ਐ, ਇੰਨੇ ਫਲਾਣਾ ਸਾਰਾ ਕੁਝ ਸਮਝਾ ਦਿਓ। ਦੁਨੀਆ ਦੀ ਸਾਰੀ ਇਕੋਲੋਜੀ ਸਮਝਾ ਦਿਓ। ਉਹਦੇ ਗੱਲ ਨਹੀਂ ਪੱਲੇ ਪੈਣੀ। ਤੁਸੀਂ ਉਹਨੂੰ ਕਹਦੇ ਵੀ ਇਹੇ ਥਾਂ ਘੱਟੋ-ਘੱਟ 20 ਲੱਖ ਰੁਪਏ ਦੇ ਸਕਦੇ ਆ ਮਹੀਨੇ ਦਾ। ਉਹ ਕੰਨ ਚੱਕ ਵੀ ਕਿਵੇਂ ਉਹਨੂੰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਆ ਅੱਜ ਦੇ ਪੰਜਾਬੀ ਨੂੰ ਵੀ ਇਹ ਚੰਗਾ ਇਹ ਮਾੜਾ ਸਾਹ ਆਉਣਾ ਸੀ ਜਿਉਣਾ ਜਾਂ ਮਰਨਾ ਨਾ ਉਹ ਮਾਇਆ ਦੇ ਖੜ ਗਿਆ ਕੇ ਹੂੰ ਉਹ ਮੇਰੇ ਕੋਲ ਇੰਟਰਵਿਊ ਵਾਲੇ ਬਹੁਤ ਆਉਂਦੇ ਪੁੱਛੇ ਕਿੰਨੇ ਕਮਾਉਣਾ ਮਾ ਯਾਰ ਮੈਂ ਕਿਹਦੇ ਹਿਸਾਬ ਨਹੀਂ ਲਾਇਆ ਲਾਇਆ ਵੀ ਨਹੀਂ ਮੈਂ ਲਾਉਂਦਾ ਵੀ ਨਹੀਂ ਠੀਕ ਹੈ ਜੀ ਹੂੰ ਹਿਸਾਬ ਕਾ ਦਾ ਲਾਉਣਾ ਮੇਰੇ ਕੋਲ ਆ ਕੇ ਪੈਸੇ ਮੈਂ ਜੇਬ ਵਿੱਚ ਪਾ ਲੂੰ ਜਿਸੇ ਖਰਚ ਵਿੱਚ ਖਰਚ ਦਾ ਗੱਲ ਖਤਮ ਹੂੰ ਮੈਂ ਹਿਸਾਬ ਲਾਉਂਦਾ ਵੀ ਨਹੀਂ ਤੇ ਔਰ ਤੁਸੀਂ ਵੀ ਸ਼ਾਇਦ ਮੈਨੂੰ ਬਹੁਤ ਕਹਿਣਗੇ ਯਾਰ ਹੁਣ ਅਸੀਂ ਮਾੜਾ ਜਿਹਾ ਟਾਈਟਲ ਤਾਂ ਬਣਾਉਣਾਗਾ ਕੁਝ ਤਾਂ ਦੱਸ ਵੀ ਉਹ ਹੋਰ ਜੇ ਟਾਈਟਲ ਚ ਕੋ ਮਾੜਾ ਮੋਟਾ ਕੋਈ ਨਹੀਂ ਪਾਉਂਦੇ ਇਹ ਲੱਖ ਕਰੋੜ ਤਾਂ ਉਹ ਕੋ ਵੀਡੀਓ ਨਹੀਂ ਦੇਖਦਾ ਟਾਈਟਲ ਕੀ ਕਰੂ ਚੰਗੀ ਚੀਜ਼ ਆ ਹੁਣ ਮੈਨੂੰ ਐਸੋ ਰਵੀ ਕੋਲੇ ਆਏ ਆ ਸਿਰਫ ਕਾਦੇ ਮਾਰੇ ਦਿਖਾਉਣ ਦੇ ਮਾਰੇ ਹਾਲਾਂਕਿ ਸਾਡੇ ਕੋਲੇ ਵੀ ਚੀਜ਼ਾਂ ਸਾਨੂੰ ਮੀਡੀਆ ਦੇ ਵਿੱਚ ਆਇਆ ਨੂੰ ਕਿੰਨੇ ਸਾਲ ਹੋ ਗਏ ਨੇ ਪਰ ਤੁਹਾਨੂੰ ਇੰਨੀ ਸਮਝ ਤਾਂ ਲੱਗ ਗਈ ਨਾ ਵੀ ਉਹ ਕੰਟੈਂਟ ਚੱਲੂ ਲੈ ਮੈਂ ਗਰੰਟੀ ਦਿੰਦਾ ਇਸ ਗੱਲ ਦੀ ਠੀਕ ਹੈ ਜੀ ਵੀ ਅਸੀਂ ਚੱਲਣਗੇ ਚੱਲਣਗੇ ਕਾਰਨ ਇਹ ਵੀ ਤੁਸੀਂ ਸਮਾਜ ਨੂੰ ਕੀ ਦੇ ਰਹੇ ਹੋ ਕੀ ਤੁਸੀਂ ਸਮਾਜ ਬਗੜੂ ਅੰਤ ਤਾਂ ਨਹੀਂ ਪੜ ਰਹੇ ਬਿਲਕੁਲ ਬਿਲਕੁਲ ਤੇ ਸਮਾਜ ਦੇ ਵਿੱਚ ਤੁਸੀਂ ਪਰੇਸ਼ਾਨ ਤਾਂ ਹੀ ਕਰ ਰਹੇ ਲੋਕਾਂ ਨੂੰ ਮਸਲ ਇਸ ਗੱਲ ਤੇ ਆ ਘਟਦਾ ਨਾ ਸਾਨੂੰ ਇਹ ਚੀਜ਼ਾਂ ਸਕੂਨ ਆ ਰਹੀਆਂ ਹੁਣ ਇਸ ਗਰਮੀ ਲੱਗਣ ਹਟ ਗਈ ਲੈ ਆ ਫਿਰਦਿਆਂ ਟੌਰ ਨਾਲ ਸਾਰਾ ਦਿਨ ਇੱਥੇ ਰਹਿਣੇ ਸਾਨੂੰ ਗਰਮੀ ਕਿੰਨੀ ਲੱਗਦੀ ਹੈ ਨਹੀਂ ਹਮ ਕਰੇ ਉਹੀ ਗੱਲ ਫਿਰ ਆਇਆ ਹੁੰਦਾ ਵੀ ਚਲੋ ਯਾਰ ਏਸੀ ਚ ਬੜਜੋ ਹਮ ਆ ਉੱਠਾਵੋ ਆਵਲੇ ਦਾ ਨਹੀਂ ਇਹ ਆਵਲਾ ਨਹੀਂ ਇਹ ਤਾਂ ਆਹਾ ਹੋਇਆ ਹੋਇਆ ਇਹ ਚੋਂ ਬੀੜ ਕੇ ਆ ਆ ਪਿੱਛੇ ਖੜਾ ਅਰਜਨ ਅਰਜਨ ਆ ਸਰੀ ਹੈ ਆ ਆ ਸਰੀਆਂ ਕੋਈ ਨਾ ਵੱਡਾ ਵਰਜਣਾ ਆ ਸਰੀਆਂ ਆ ਇਹਦਾ ਬੀੜ ਗਿਆ ਇਹਦਾ ਹੁਣ ਵੀ ਇਹ ਵੀ ਇਸ ਗੱਲ ਤੇ ਵੀ ਆਗੇ ਹੋਣਗੇ ਹਨਾ ਵੀ ਬੂਟੇ ਤੇ ਬੂਟੇ ਤਿਆਰ ਹੋਗੇ ਹੋਣਗੇ ਆ ਉਹ ਹੀ ਆ ਦੇਖੋ ਆ ਸਰੀਂ ਦੇ ਆ ਜੀ ਆ ਜਿਹੜੇ ਥੱਲੇ ਬੂਟੇ ਛੋਟੇ ਖੜੇ ਨੇ ਆ ਬਰੀਕ ਪੱਤੇ ਵਾਲੇ ਇਹ ਆ ਉਹ ਖੜਾ ਇੱਕ ਬੂਟਾ ਪਿੱਛੇ ਫੁੱਲਾਂ ਵਾਲਾਗਾ ਉਹ ਪਰਲੇ ਪਾਸੇ ਉਹਦੇ ਡੱਗੇ ਹੋਏ ਨੇ ਕਿਉਂਕਿ ਮਾਰਕੀਟ 'ਚ ਇੱਕ ਮੰਡੀ ਇਸ ਚੀਜ਼ ਦੀ ਵੀ ਹੈਗੀ ਹੈ ਨਾ ਬੂਟੇ ਤੇ ਬੂਟੇ ਤਿਆਰ ਹੁੰਦੇ ਨੇ ਉਹਨੂੰ ਥੋੜਾ ਟਰਾਂਸਫਰ ਕਰ ਦੋ ਲਫਾਫਿਆਂ ਦੇ ਵਿੱਚ ਉਹ ਚੀਜ਼ਾਂ ਡੱਬੇ 'ਚ ਪੈਕ ਕਰ ਦੋ ਫਿਰ ਉਹਦਾ ਚੰਗਾ ਰੂਪ ਟਲੋ ਸਾਰੀ ਗੱਲ ਖੇਡ ਮਾਇਆ ਕਹਿੰਦਾ ਪੈਸਾ ਜਿਵੇਂ ਨਚਾਉਂਦਾ ਦੁਨੀਆ ਨੱਚੀ ਜਾਂਦੀ ਉਹ ਕੰਮ ਹੋਇਆ ਪਿਆ ਹੂੰ ਆ ਮਾਇਆ ਨਹੀਂ ਵੇਚਦਾ ਮੇਰੇ ਕੋਲ ਇਹ ਜੇ ਕੋਈ ਇਸੇ ਬੂਟਾ ਖੜਾ ਤੁਸੀਂ ਲਿਆ ਆ ਸਾਨੂੰ ਥੋੜਾ ਜਿਹਾ ਰੂਪ ਚ ਠੀਕ ਆ ਪਰ ਕਈ ਵਾਰੀ ਨਾ ਦੁਖਦਾ ਜਦੋਂ ਵੀ ਬੂਟੇ ਦੇ ਬੂਟਾ ਤਿਆਰ ਹੁੰਦਾ ਹੁੰਦਾ ਪਰ ਜਦੋਂ ਉਹ ਮਾਰਕੀਟ ਚ ਪੁੱਛਦੇ ਕੋਈ ਜਾ ਕੇ ਬਹਿ 250 ਰੁਪਏ ਦਾ ਉਹ ਜਿਹੜਾ ਬੇਚਾਰਾ ਲਾਉਣਾ ਹੁੰਦਾ ਜਿਨੇ ਚੱਲ 20 30 50 100 ਤੱਕ ਜਾਂਦਾ ਨਾਰਮਲ ਗੱਲਾਂ ਚੀਜ਼ ਵੀ ਆ ਮਿਹਨਤ ਕਰ ਰਿਹਾ ਬੰਦਾ ਹਨਾ ਉਹ ਚੀਜ਼ ਨੂੰ ਕੀਤਾ ਕੀ ਠੇਕੇ ਚੱਲਦਾ ਤੁਹਾਡੇ ਸਾਡੇ ਸੇ 72 73 70 ਤੋਂ 75 ਦੇ ਵਿਚਾਲੇ ਸਿੱਧਾ ਹਿਸਾਬ ਤਾ ਲਾਈਏ 70 75000 ਨੂੰ ਠੇਕਾ ਚੜਦਾ ਹੈ ਹਾਂਜੀ ਕੀ ਉਹਨਾਂ ਕੇ ਸਿਸਟਮ ਜਿਆ ਹੋ ਜਾਂਦਾ ਵੀ ਠੀਕ ਹੈ ਬਸ ਹੋ ਜਾਂਦਾ ਉਹਨਾਂ ਨੂੰ ਔਰ ਹਰ ਸਾਲ ਵੱਧ ਰਿਹਾ ਉਹ ਤੋਂ ਵੱਧ ਹੋ ਜਾਂਦਾ ਹਰ ਸਾਲ ਵੱਧ ਰਿਹਾ ਹੂੰ ਤੁਕ ਦੇਖੋ ਹੁਣ ਆ ਮੰਨ ਲਓ ਆ ਜਾਮਣ ਹੈ ਹਾਂ ਅੱਜ ਦਾ ਇੰਨੇ ਸਾਂਚ ਖੜੀ ਐ ਕੁਛ ਨਹੀਂ ਅੱਜ ਮੈਨੂੰ ਜੀ ਕੋਈ ਕਮਾਈ ਨਹੀਂ ਆਪ ਕਮਾਈ ਵਾਲੇ ਪਸੰਦ ਆ। ਪਰ 4 ਸਾਲਾਂ ਨੂੰ ਇਹ 2 ਕੁਇੰਟਲ ਜਾਮਣ ਦੇਊਗੀ। ਠੀਕ ਹੈ। ਉਦੋਂ ਅਗਲੇ ਸਾਲ ਹੋ ਸਕਦਾ 5 ਕੁਇੰਟਲ ਦੇਵੇ, ਉਦੋਂ ਅਗਲੇ ਸਾਲ 7 ਕੁਇੰਟਲ ਦੇਵੇ। ਇਹਨੇ ਵੱਡੀ ਹੋਈ ਜਾਣਾ, ਜਾਮਣ ਨੇ ਵਧੀ ਜਾਣਾ ਤੇ ਉਹ ਮੇਰੀ ਹਮਤ ਆ ਮੈਨੂੰ ਵੇਚਾਂ ਮੈਂ ਦਾ ਸਿਰਕਾ ਬਣਾ ਮੈਂ ਕੀ ਕਰਾਂ? ਹੂੰ। ਆ ਸਹਿਦ ਆ ਡੱਬੇ ਰੱਖੇ ਹੋਏ ਨੇ। ਇਹ ਹਾਂਜੀ ਇਹ ਵੀ ਇੱਕ ਤਜਰਬਾ ਕਰਿਆ ਸੀ ਪਰ ਇਹ ਮੈਂ ਛੱਡ ਤੇ ਦੋ ਕੁ ਡੱਬੇ ਰੱਖੇ ਸੀ ਲੈ ਕੇ। ਹੂੰ। ਤੇ ਮੈਨੂੰ ਆਸੀ ਮਾਚਲੇ ਆਪਣੇ ਫੁੱਲ ਫਲਾਕਾ ਬਹੁਤ ਆ ਚੱਲੇ ਜਾਣਗੇ। ਪਰ ਇਹ ਪੂਰਾ ਕੰਮ ਆਹੀ ਤੁਸੀਂ ਇੱਕ ਡੱਬਾ ਰੱਖ ਲਓ ਤੁਸੀਂ 100 ਬੇ ਰੱਖ ਲਓ ਤੁਹਾਡੀ ਇਨਵੋਲਵਮੈਂਟ ਉਨੀ ਐ ਬਹੁਤ ਜਿਆਦਾ ਮਤਲਬ ਕੇਅਰ ਵਾਲਾ ਕੰਮ ਆ ਫਿਰ ਮੈਂ ਇਹਨਾਂ ਨੂੰ ਛੜ ਤਾਂ ਮਖਿਆਲ ਪਏ ਰਹਿਣ ਦੋ ਤੇ ਵਿਚੇ ਤੇ ਕਈ ਵਾਰੀ ਦੂਜਾ ਦੇਸੀ ਮਖਿਆਲ ਲੱਗ ਜਾਂਦਾ ਹੂੰ ਦੇਸੀ ਸਾਡੇ ਕਾਫੀ ਲੱਗਦੇ ਨੇ ਮਖਿਆਲ ਚੋਚੂ ਲੈਣੇ ਅਸੀਂ ਹੂੰ ਇਹਦਾ ਕੀ ਕਾਰਨ ਹੈ ਵੀ ਸਮਾਦ ਮੰਗਦੀ ਚੀਜ਼ ਹੈ ਹਾਂਜੀ ਸਮਾਂ ਹੁੰਦਾ ਨਹੀਂ ਗਰਮੀ ਜੀ ਵੀ ਪ੍ਰੋਬਲਮ ਐ ਇਹਨੂੰ ਹਾਂ ਸਰਦੀ ਕਿਉਂਕਿ ਇਹਨੂੰ ਅਸੀਂ ਇੱਕ ਤਰ੍ਹਾਂ ਦਾ ਪਾਲ ਰਹੇ ਹਾਂ ਨਾ ਹੂੰ ਇਹ ਮੱਖੀ ਦਾ ਉਹ ਦੇਖੋ ਜਿਹੜੀ ਚੀਜ਼ ਨੂੰ ਅਸੀਂ ਪਾਲਾਂਗੇ ਹੂੰ ਉਹਦੀ ਤਾਕਤ ਹੋਣੀ ਹੁੰਦੀ ਹੈ ਜਿਹੜੀ ਜੀ ਜੰਗਲ ਚ ਆਪੇ ਪਲਦੀ ਹੈ ਉਹੀ ਤਾਕਤ ਹੋਰ ਹੂੰ ਹੁਣ ਸ਼ਹਿਦ ਦੀਆਂ ਮੱਖੀਆਂ ਸਾਡੇ ਕੋਲ ਸਾਰਾ ਸਾਲ ਹੀ ਇੱਥੇ ਕਿਤੇ ਨਾ ਕਿਤੇ ਸ਼ਹਿਦ ਲਈ ਰੱਖਦੀਆਂ ਨੇ ਸ਼ਹਿਦ ਤਾਂ ਉਹਨਾਂ ਨੂੰ ਨਾ ਗਰਮੀ ਨਾਲ ਸਰਦੀ ਦੀ ਕੋਈ ਪ੍ਰੋਬਲਮ ਨਹੀਂ ਹੂੰ ਇਹ ਗਰਮੀ ਜੀ ਮੈਨਾਂ ਨੂੰ ਪ੍ਰੋਬਲਮ ਸਰਦੀ ਜੀ ਵੀ ਪ੍ਰੋਬਲਮ ਮੰਡੀ ਕਰਨ ਦਾ ਕੋਈ ਬਦਲ ਦੇਣ ਦੀ ਲੋੜ ਹੈ ਸਰਕਾਰ ਨੂੰ ਵੀ ਜਿਵੇਂ ਤੁਸੀਂ ਆ ਮੰਡੀ ਲਾਉਣੇ ਹਣ ਸ਼ਨੀਵਾਰ ਨੂੰ ਜਾ ਕੇ ਹਾਂਜੀ ਠੀਕ ਹੈ ਕੋਈ ਹੈ ਤਰੀਕਾ ਕੋਈ ਤੁਹਾਨੂੰ ਲੱਗਦਾ ਕੋਈ ਜਗ੍ਹਾ ਦਿੱਤੀ ਹੈ ਸਾਡੇ ਹੋਰ ਕਿਸਾਨ ਮੈਂ ਨਹੀਂ ਜਾਂਦਾ ਉੱਥੇ ਮਤਲਬ ਜਿਵੇਂ ਅਸੀਂ ਸ਼ਨੀਵਾਰ ਨੂੰ ਲਾਉਣੇ ਆ ਹੂੰ ਸਾਡੇ ਇਥੇ ਬਰਨਾਲੇ ਡੀਸੀ ਨੇ ਸਾਡੇ ਕਿਸਾਨ ਹੀ ਨੇ ਉਹ ਜੋ ਆਤਮਾ ਦੇ ਵੀ ਨੇ ਕੋਈ ਕਿਸਾਨ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਸਾਡੇ ਇਥੇ ਸਰਕਾਰੀ ਉਹ ਜਗ੍ਹਾ ਪਈ ਸੀ ਉੱਥੇ ਪਸ਼ੂ ਹਸਪਤਾਲ ਪਛੀਓ ਹਸਪਤਾਲ ਦਾ ਪਹਿਲਾਂ ਸੀ ਹੁਣ ਤਾਂ ਉੱਥੇ ਆਹ ਬਣ ਕੇ ਛੀਤੀવાડી ਦਫ਼ਤਰ ਹੂੰ ਉਹ ਚ ਜਗ੍ਹਾ ਦਿੱਤੀ ਉਹ ਬੁੱਧਵਾਰ ਨੂੰ ਮੰਡੀ ਲਾਉਂਦੇ ਉੱਥੇ ਹੂੰ ਉਹ ਸਰਕਾਰ ਵੱਲੋਂ ਦਿੱਤੀ ਹੋਈ ਜਗ੍ਹਾ ਨਾਲ ਅਸੀਂ ਤਾਂ ਕਿਰਾਏ ਤੇ ਦੁਕਾਨ ਲੈ ਰੱਖੀ ਨਾ ਅਸੀਂ ਤਾਂ ਉਹਦਾ ਕਿਰਾਇਆ ਦਿੰਨੇ ਆ ਉੱਥੇ ਫ੍ਰੀ ਨਹੀਂ ਉਹ ਤੇ ਮੈਂ ਹੀ ਨਹੀਂ ਜਾਂਦਾ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਕਰਦੀ ਐ ਸਰਕਾਰਾਂ ਆ ਉਪਰਾਲੇ ਪਰ ਉਹ ਉਪਰਾਲੇ ਥੋੜੇ ਕਾਗਜ਼ਾਂ 'ਚ ਵੱਧ ਹੋ ਜਾਂਦੇ ਨੇ ਨਾ ਕਿਹੜੀ ਗੱਲ ਗਲ ਹੈ ਹੈ ਇਹ ਚਕੋਤਰਾ ਮੈਂ ਬੀ ਤੋਂ ਤਿਆਰ ਕੀਤਾ ਸੀ ਇਹ ਪੂਰਾ ਸਹੀ ਤਿਆਰ ਨਹੀਂ ਹੋਇਆ ਕੀ ਹੈ ਇਹ ਚਕੋਤਰਾ ਚਕੋਤਰਾ ਇੱਕ ਫਰੂਟ ਆ ਜੀ ਅੱਛਾ ਇਹ ਮਤਲਬ ਹੁਣ ਐਦ ਕੀ ਦੇਖੋ ਕਿਹਜਾ ਫਲ ਬਣੂਗਾ ਚਕੋਤ ਜਿਹੜੇ ਉਹ ਡਿੱਗੇ ਪਏ ਸੀ ਉਹ ਚਕੋਤਰੇ ਨੇ ਫਰੂਟ ਆ ਉਹ ਉਹਦੇ ਬੀ ਤੋਂ ਮੈਂ ਤਿਆਰ ਕੀਤਾ ਸੀ ਇਹ ਬੂਟਾ ਵੀ ਦੇਖਦੇ ਆ ਕਿਹਜਾ ਬਣਦਾ ਹੁਣ ਐਦ ਕੀ ਲੱਗ ਕੇ ਵੱਡੇ ਹੋਣਗੇ ਦੇਖਾਂਗੇ ਇਹ ਕੋਈ ਬਣੂਗਾ ਫਰੂਟ ਪਰ ਮੈਨੂੰ ਲੱਗਦਾ ਸ਼ਾਇਦ ਖੱਟੇ ਹੀ ਰਹਿਣਗੇ ਬਣਨੇ ਨਹੀਂ ਮੈਨੂੰ ਲੱਗ ਰਿਹਾ ਮੈਂ ਹੁਣ ਕੋਸ਼ਿਸ਼ ਕਰ ਰਹਾ ਹਾਂ ਬੀਆਂ ਤੋਂ ਇਹ ਤੋਂ ਬੀਜ ਧਰ ਕਰ ਰਹੇ ਹਾਂ ਉਹ ਤੋਂ ਬੂਟੇ ਪਤਾ ਹੈਗਾ ਬੀਜ ਤੋਂ ਬੂਟਾ ਤਿਆਰ ਕਰੋ ਉਹਦੇ ਵਿੱਚ ਕਈ ਪੁਰਾਣੀਆਂ ਮਿੱਥਾਂ ਸੀਗੀਆਂ ਜਿਹੜੀਆਂ ਟੁੱਟ ਗਈਆਂ ਸਾਡੇ ਦੇ ਬਣੀ ਹੋਈ ਵੀ ਜਿਉਂ ਅੰਬ ਹੈ ਵੀ ਅੰਬ ਦੀ ਜਿਹੜੀ ਗੁੱਠਲੀ ਦਬੋਂਗੇ ਪਤਾ ਨਹੀਂ ਕਿਹੜਾ ਹੋਊਗਾ ਹਾਂ ਬਣੂ ਪਤਾ ਨਹੀਂ ਕਿਹੜਾ ਫਲ ਪਰ ਨਹੀਂ ਜਿਹੜਾ ਤੁਸੀਂ ਗੁੱਠਲੀ ਦਬੋਂਗੇ ਉਹ ਹੀ ਅੰਬ ਬਣੂਗਾ ਉਹ ਅਸੀਂ ਦੇਖ ਲਿਆ ਅਸੀਂ ਚੌਥਾ ਦੱਬਿਆ ਅਸੀਂ ਚੌਥਾ ਹੀ ਬਣ ਰਿਹਾ ਹੈ ਔਰ ਬਹੁਤ ਵਧੀਆ ਕੁਆਲਿਟੀ ਬਣ ਰਹੀ ਹੈ ਉਹ ਇਹ ਵੀ 2 ਸਾਲ ਵੱਧ ਲੱਗ ਜਾਂਦੇ ਕੋਈ ਬੀਜ ਪਹਿਲਾਂ ਮਿੱਟੀ ਦੱਬ ਦੋ ਹਾਂਜੀ ਉਥੋਂ ਟਰਾਂਸਫਰ ਕਰਨਾ ਪੈਂਦਾ ਹੀ ਹੈ ਉਹ ਨਹੀਂ ਜ਼ਰੂਰੀ ਨਹੀਂ ਬਸ ਹੋਰ ਕੁ। ਮੈਂ ਤਾਂ ਹੁਣ ਸਿੱਧੇ ਬੀਜਣ ਲੱਗ ਗਿਆ। ਲੱਗਾ ਰਹਿਣ ਦਿਓ। ਹਾਂ ਅਸੀਂ ਅੰਬ ਜਿਹੜੇ ਘਰੇ ਖਾਦੇ ਜਿਵੇਂ ਐਦਗੀ ਸਫੈਦਾ ਖਾਦਾ ਸੀ ਅੰਬ। ਉਸੇ ਗੁਟਲੀਆਂ ਥਾਂ ਵੀ ਗਏ। ਤੇ ਉਹ ਗੁਟਲੀਆਂ ਵਾ ਪਿੱਛੇ ਜੋ ਮੀਂਹ ਪਿਆਗਾ ਉਹ ਦਬ ਗਈ ਉਧਰ ਪਰਲੇ ਖੇਤ ਚ। ਉਹ ਨਿਕਲਿਆ ਆਉਣਗੀਆਂ। ਕੁਝ ਮਰ ਵੀ ਜਾਣਗੀਆਂ ਨਿਕਲਣ ਤੋਂ ਬਾਅਦ ਵੀ ਕੋਈ ਸਾਡੇ ਪੈਰਾਂ ਥੱਲੇ ਕੋਈ ਪਸ਼ੂਆਂ ਦੇ ਪੈਰਾਂ ਥੱਲੇ। ਹੂੰ। ਪਰ ਇਹ ਜੰਗਲ ਦਾ ਕਾਨੂੰਨ ਹੁੰਦਾ ਸਰਵਾਈਵਲ ਆਫ ਦਾ ਫਿਟੈਸਟ। ਜਿਹੜਾ ਤਕੜਾ ਉਹ ਬਚੂਗਾ। ਤੇ ਜਿਹੜਾ ਬਚ ਗਿਆ ਫਿਰ ਉਹ ਲੰਮਾ ਚੱਲੂਗਾ। ਹੂੰ। ਅਸੀਂ ਸਾਰਿਆਂ ਨੂੰ ਬਚਾਈ ਜਾਂਦੇ ਆ ਸਾਰਿਆਂ ਨੂੰ ਹੂੰ ਮਫਰੂ ਮਾੜਾ ਮਾੜਾ ਹੀ ਰਹਿੰਦਾ ਸਬਜ਼ੀ ਇਹ ਵੀ ਰੂੜੀ ਦੀ ਖਾਦ ਰੱਖੀ ਹੋਈ ਹੈ ਨਹੀਂ ਰੂੜੀ ਇਹ ਉੱਤੇ ਹੀ ਕਲਾ ਗੋਹਾ ਪਾਇਆ ਜੀ ਇਹਦੇ ਵਿੱਚ ਗੋਹਾ ਪਾਇਆ ਨਹੀਂ ਚੀਗੀ ਹੈ ਕੂੜਾਗਾ ਜਿਹੜੇ ਆਪਣਾ ਘਰੋਂ ਜਿੰਨੇ ਸਾਡੇ ਪੱਤੇ ਡੱਕੇ ਜੋ ਇਕੱਠੇ ਹੁੰਦੀਆਂ ਵੇੜਾ ਸਾਡਾ ਬਹੁਤ ਵੱਡਾ ਹੈ ਤਿੰਨ ਚਾਰ ਵੱਡੇ ਰੋਖ ਨੇ ਉਹ ਚ ਉਹ ਵੇੜੇ ਪੱਤੇ ਡੱਕਦੇ ਆ ਫਿਰ ਉਹ ਜਿੰਦਾ ਹੀ ਰੂੜੀ ਦੇ ਸਿਰ ਦਿੰਦੇ ਸੀ ਉਹਦੀ ਬਜਾਏ ਅਸੀਂ ਇਹਦੇ 'ਚ ਸਿਰ ਦਿੰਦੇ ਆ ਹੂੰ ਇਹਨੂੰ ਸਿਰਫ ਗਿੱਲਾ ਰੱਖਣਾ ਹੈ ਜ ਹੋਰ ਕੁਝ ਨਹੀਂ ਪਾਉਣਾ ਜਦੋਂ ਇਹ ਭਰ ਜਾਂਦਾ ਇੰਨਾ ਭਰ ਗਿਆ ਸੀ ਫੇਰ ਇਹਨੂੰ ਉਤੋਂ ਉਹਦੇ ਉੱਤੇ ਗੋਹਾ ਲਿਪਤਾ ਬੰਦ ਕਰਤਾ ਗੋਹੇ ਨਸੀਲ ਕਰਤਾ ਹਮ ਬਸ ਹੁਣ ਇਹ 2-3 ਮਹੀਨਿਆਂ ਚ ਬਹੁਤ ਵਧੀਆ ਆ ਯਾਰਗੀ ਚਾਹ ਪੱਤੀ ਵਰਗੀ ਖਾਦ ਬਣ ਜੂ ਕੀ ਬਾਤ ਹਾਂ ਜਿਵੇਂ ਪਹਿਲਾਂ ਇਹ ਭਰ ਗਿਆ ਫੇਰ ਹੁਣ ਅਸੀਂ ਆ ਭਰਤਾ ਸੀਗਾ ਇਹ ਵੀ ਇੰਨਾ ਉੱਚਾ ਸੀ ਆ ਹੌਲੀ ਹੌਲੀ ਦਬੀ ਜਾਂਦਾ ਹੁਣ ਜਿਵੇਂ ਡੀਕੰਪੋਜ਼ ਹੋਈ ਜਾਂਦਾ ਹਮ ਹੁਣ ਆ ਬਸ ਆ ਦੇਖੋ ਆ ਸਾਡੇ ਪੱਤੇ ਪੁੱਤੇ ਨੇ ਘਰੋਂੰਦੋਂ ਜਿਹੜਾ ਕੂੜਾ ਹੈਗਾ ਉਥੇ ਸਿੱਟੀ ਜਾਂਦੇ ਹਮ ਇਹਦੇ ਹੁਣ ਆ ਕਾਨੇ ਜੇ ਸਾਈਡ ਤੇ ਲਾਉਣੇ ਆ ਕਿਸ ਦਿਨ ਲਾ ਦੇਾਂਗੇ ਮੈਂ ਮਲਚਿੰਗ ਇਹ ਹਾਂ ਜੀ ਇੱਥੇ ਹੁਣ ਮੂੰਗੀ ਦਾ ਛਟਾ ਦਿੱਤਾ ਹੈ ਮੂੰਗੀ ਦਾ ਛਟਾ ਦੇ ਕੇ ਉੱਤੇ ਮਲਚਿੰਗ ਕਰਦੀ ਮੀਂਹ ਪਈ ਜਾਂਦੇ ਹੁਣ ਆਪਾਂ ਮੂੰਗੀ ਵਿਜੀ ਜਾ ਰੇ ਬਹਾਂ ਇੱਥੇ ਸਿੱਟ ਦੀ ਵਿੱਚ ਆਪਦੇ ਬੀ ਸੀਗਾ ਪਿਛਲੇ ਸਾਲ ਹੋ ਗਈ ਸੀ ਮੇਰੇ ਕੋਲ ਹੂੰ ਉਹ ਸਿੱਟ ਕੇ ਹੁਣ ਇਹਦੀ ਮਲਚਿੰਗ ਕਰਦੀ ਮੀਂਹ ਪਹਿਲਾਂ ਥੱਲੇ ਗੱਲੇ ਹੀ ਆ ਉਧਰ ਅਸੀਂ ਕੁਝ ਦਿਨ ਪਹਿਲਾਂ ਕੀਤੀ ਸੀਗੀ ਉਥੇ ਨਿਕਲੇ ਮੂੰਗੀ ਦਿਖਾ ਦੇਣਾ ਤੁਹਾਨੂੰ ਮੈਂ ਹੂੰ ਬਾਕੀ ਇੱਥੇ ਸਾਰੀ ਸਬਜ਼ੀ ਸੋਣਾ ਮੀਨ ਨਾਲ ਸਬਜ਼ੀ ਆ ਡਾਉਨ ਹੋਊਗੀ ਖੀਰਾ ਸੀਗਾ ਅਜਾ ਤੁਸੀਂ ਆਲੇ ਦੁਆਲੇ ਬੀਜਾ ਮੰਨ ਲਓ ਜਿਹੜੀ ਚੱਲ ਫਸਲ ਬੀਜੀ ਹੋਈ ਹੈ ਤੁਸੀਂ ਆ ਬਤਾਉਂ ਹਣਾ ਫਸਲ ਬੀਜੀ ਹੋਈ ਐ ਜਿਹੜਾ ਨਦੀਨ ਨੇ ਜਿਹਨੂੰ ਨਦੀਨ ਕਹਿਆ ਸੀ ਇਹ ਕੀ ਨੇ ਤੁਹਾਡੇ ਲਈ ਕੀ ਨੇ ਫਿਰੇ ਮੇਰੇ ਲਈ ਤਾਂ ਕੁਝ ਨਹੀਂ ਮੇਰੇ ਲਈ ਤਾਂ ਸਾਰਾ ਕੁਝ ਇੱਕੋ ਹੀ ਚੀਜ਼ ਹੀ ਐ ਮੇਰੇ ਲਈ ਤਾਂ ਫਸਲ ਹੀ ਐ ਕਹਿੰਦਾ ਸਮਝ ਲਓ ਮੇਰੇ ਡੰਗਰਾਂ ਦੇ ਪੱਠਿਆਂ ਦਾ ਕੰਮ ਹੀ ਇਥੋਂ ਚੱਲਦਾ ਜੀ ਹੂੰ ਠੀਕ ਐ ਜੀ ਪੰਜ ਮੇਰੇ ਕੋਲ ਤੁਸੀਂ ਲੈ ਲਓ ਵੀ ਮੈਂ ਕੋਈ ਲੋੜ ਨਹੀਂ ਛੇੜਨ ਦੀ ਇਹਨਾਂ ਨੂੰ ਇਹ ਪਤਾ ਨਹੀਂ ਜੇ ਪੰਜ ਵੱਡੇ ਡੰਗਰ ਐ ਦੋ ਬੱਕਰੀਆਂ ਨੇ ਸੱਤ ਡੰਗਰ ਨੇ ਜੀ ਉਹ ਸਾਰਾ ਇਹਦੇ ਵਿੱਚ ਹੀ ਚੱਲਦਾ ਔਰ ਸਾਡਾ ਸਿਸਟਮ ਹੁਣ ਜਿਹੜਾ ਤੁਸੀਂ ਉਧਰ ਆਪਾਂ ਜਾ ਕੇ ਆਏ ਆ ਤੁਹਾਨੂੰ ਲੱਗਿਆ ਹੋਵੇ ਬੜਾ ਸਾਫ਼ ਕੀਤਾ ਹੋਇਆ ਕੱਟ ਕੇ ਕੱਟ ਕੇ ਨਹੀਂ ਸਾਫ ਕੀਤਾ ਉਸੇ ਵੱਡ-ਵੱਡ ਪੱਠੇ ਪਾਤੇ ਪਿਛਲੇ 20 ਦਿਨਾਂ ਦਾ ਚੱਲ ਰਿਹਾ ਉੱਥੇ ਕੰਮ ਰੋਜ਼ ਪੰਜ ਚਾਰ ਰਸ਼ੇ ਪੰਡਾ ਕੱਢਦੇ ਆ ਪੱਠੇ ਪਾਈ ਜਾਂਦੇ ਆ ਹੁਣ ਉਧਰ ਨਿਬੜ ਗਿਆ ਹੁਣ ਅਸੀਂ ਇੱਧਰ ਜਰੂਰ ਦੁੱਧ ਔਰਗਾਨਿਕ ਹੋ ਗਿਆ ਦੁੱਧ ਔਰਗਾਨਿਕ ਹਾਂਜੀ ਹੂੰ ਹੁਣ ਸਾਰਾ ਉਧਰ ਚੱਲਣਾ ਸਾਰਾ ਆ ਇਧਰ ਤੁਹਾਨੂੰ ਦਿਖਾਉਣਾਗਾ ਵੀ ਜੰਗਲ ਵੜਿਆ ਪਿਆ ਗੇ ਬੜਿਆ ਨਹੀਂ ਜਾਂਦਾ ਪਰ ਜੇ ਅਸੀਂ ਪੱਠੇ ਵੱਢ ਲਈ ਤੇ ਉਦੋਂ ਨੂੰ ਉਧਰਲੇ ਹੋ ਜਾਣਗੇ ਹੂੰ ਬਸ ਇੱਕ ਰ ਵੀ ਹੋਰ ਵੀ ਚੀਜ਼ ਹੈ ਹੰਦੀ ਹੈ ਮੰਨ ਲਓ ਹੁਣ ਜਿਹੜੀ ਲੋਕ ਸਬਜ਼ੀ ਬੀਜ ਦੇ ਮਾਰਕੀਟ ਦੇ ਵਿੱਚ ਜਿਵੇਂ ਪਿੱਛੇ ਇੱਕ ਮਿਲਾਕਾਤ ਕੀਤੀ ਇੱਕ ਮਿੱਤਰ ਦੀ ਹਾਂਜੀ ਕਹਿੰਦਾ ਉਹਦੇ ਕੋਲੇ ਕਿੰਨੂ ਸੀ ਸੰਤਰੇ ਹਾਂਜੀ ਕਹਿੰਦਾ ਉਹਨੇ ਸੰਤਰੇ ਆਰਗੈਨਿਕ ਸੰਤਰਾ ਉਹ ਵੈਸੇ ਲੈ ਗਿਆ ਵੇਚਣ ਵਾਸਤੇ ਹੂੰ ਕਹਿੰਦਾ ਲੋਕ ਰੇਟਾਂ ਦੇਣਾ ਦੂਜੇ ਨੇ ਕਹਿੰਦਾ ਪਾਲਸ ਕਰਕੇ ਲੈ ਗਿਆ ਉਹੀ ਬੰਦਾ ਬਾਹਰ ਟ੍ਰੇਡਰ ਬਗਾਇਆ ਠੀਕ ਹੈ ਜੀ ਮਤਲਬ ਇਹ ਚੀਜ਼ਾਂ ਦਾ ਕੋਈ ਸੋਹਣੀ ਦਾ ਫਰਕ ਪੈਂਦਾ ਪੈਂਦਾ ਹੈ ਪੈਂਦਾ ਨਾਰਮਲ ਮੰਡੀ 'ਚ ਪੈਂਦਾ ਜਿਹੜਾ ਜਿਹੜਾ ਮੈਂ ਸਵੇਰੇ ਆਪਾਂ ਬੋਲੀ ਤੇ ਜਾਂਦੇ ਹਾਂ ਉਹ 'ਚ ਪੈਂਦਾ ਉਹਦੇ ਤਾਂ ਚਮਕ ਭਾਲਦੇ ਆ ਲੋਕ ਹਾਂ ਸਾਡੇ ਲੋਕਾਂ ਦਾ ਮਾਈਂਡ ਸੈਟ ਆ ਨਾ ਦੁਕਾਨ ਤੇ ਕੀ ਚੱਕਰ ਆ ਦੁਕਾਨ ਤੇ ਦਾ ਸਾਡਾ ਤੁਹਾਨੂੰ ਦੱਸਿਆ ਸੀ ਵੀ ਦੁਕਾਨ ਚਲਾਉਣ ਤੋਂ ਪਹਿਲਾਂ ਕੇਵੀਐਮ ਨੇ ਬਹੁਤ ਕੰਮ ਕੀਤਾ ਪਰਾਲੇ ਚ ਜੀ ਉਹ ਲੋਕ ਐਜੂਕੇਟ ਹੋਏ ਪਏ ਨੇ ਕੁਝ ਅਸੀਂ ਦੁਕਾਨ ਤੇ ਸਾਰੇ ਕਿਸਾਨ ਹੁੰਨੇ ਆ ਉਹ ਲਗਾਤਾਰ ਜਿਹ ਕੋ ਕਹਿੰਦਾ ਜਰਾ ਆ ਆਏ ਜੋ ਹੈ ਪਿਆ ਫਿਰ ਉਹ ਸਮਝਾਉਣਾ ਹੈ ਬਈ ਆਰਗੈਨਿਕ ਆ ਐਂ ਹੁੰਦਾ ਇਹਦਾ ਸਾਈਜ਼ ਨਹੀਂ ਬਣਨਾ ਇਹਦਾ ਆ ਨਹੀਂ ਬਣਨਾ ਵੱਡਾ ਛੋਟਾ ਹੋ ਸਕਦਾ ਹੈ ਹਮ ਹੈਨਾ ਇੱਕੋ ਜਿਹਾ ਸਾਈਜ਼ ਕਦੇ ਵੀ ਨਹੀਂ ਹੋਊਗਾ ਹੁਣ ਤਿੰਨ ਭਰਾ ਨੇ ਕਦੇ ਇੱਕੋ ਜਿਹਾ ਹੁੰਦੇ ਨੇ ਇਕੋ ਜਿਹਾ ਵੇਟ ਹੁੰਦਾ ਨਾਲ ਦਾ ਕੋਈ ਜਿਹਾ ਰੰਗ ਨਹੀਂ ਹੁੰਦਾ ਸਬਜੀ ਕੋਈ ਬੋਲੀ ਹੁੰਦੀ ਸਬਜੀ ਕੋਈ ਜਿਹਾ ਭਾਲਦੇ ਅਸੀਂ ਇੱਕ ਕਬੂਟੇ ਤੋਂ ਅਸੀਂ ਕਿਵੇਂ ਭਾਲਦੇ ਵੀ ਭਿੰਡੀਆਂ ਕੋਈ ਜਿਹਾ ਲੱਗਣਾ ਹੂੰ ਉਹ ਕੁਦਰਤ ਦਾ ਖੇਡ ਸਾਰੀ ਡਾਈਵਰਸ ਹੁੰਦੀ ਹੈ ਹੂੰ ਸੋ ਇਹ ਸਾਡੇ 16 16 ਫੁੱਟ ਦੇ ਚੌਕਟੇ ਇੱਕ ਨਵਾਂ ਜਿਹਾ ਮਾਡਲ ਤੁਸੀਂ ਪੰਗਾ ਲੈ ਲਿਆ ਮੈਂ ਹੂੰ ਇਹ 16 16 ਫੁੱਟ ਦੇ ਚੌਕਟੇ ਨਹੀਂ ਜਾਂ ਆ ਬਜਾਲੀਆਂ ਖਾਲੀਆਂ ਖਾਲੀਆਂ ਜੀ ਪਾਣੀ ਪੈਂਦਾ ਉੱਪਰ ਪਾਣੀ ਨਹੀਂ ਦਿੰਦਾ ਇੱਥੇ ਅਸੀਂ ਕੁਝ ਅਮਰੂਦ ਲਾਏ ਹੋ ਨੇ ਜਿਵੇਂ ਆ ਆਚਾਰਖਾਨਾ ਜਿਹਾ ਅਮਰੂਦ ਹੈ ਅੱਛਾ ਇਹਨਾਂ ਨੂੰ ਡਾਇਰੈਕਟ ਪਾਣੀ ਦਿੰਦੀ ਲੋੜ ਨਹੀਂ ਆਹ ਦੇ ਉੱਪਰ ਦਾ ਉੱਪਰ ਦਾ ਹੀ ਕਲੀ ਦਾਣ ਬੀਜਣੀ ਆ ਜਿਹੜੀ ਸਬਜ਼ੀ ਆ ਸਬਜ਼ੀਆ ਸਾਈਡ ਤੇ ਲੱਗਦੀ ਆ ਦੇਖੋ ਇੱਥੇ ਤਾਂ ਇਹਨੂੰ ਸੇਮ ਪਹੁੰਚ ਹੀ ਜਾਊਗੀ ਹੂੰ ਦਾਲ ਨੂੰ ਪਾਣੀ ਚਾਹੀਦਾ ਨਹੀਂ ਮੀਂਹ ਪਏ ਤਾਂ ਛਿੱਟਾ ਦੇਤਾ ਮੂੰਗੀ ਦਾ ਉੱਤੇ ਕਰਤੀ ਮਲਚਿੰਗ ਹੁਣ ਅਸੀਂ ਕੁਝ ਨਹੀਂ ਕਰਨਾ ਹੁਣ ਇਹ ਡੀਕੜਾ ਵੀ ਮੂੰਗੀ ਜਦੋਂ ਪੱਕ ਗਈ ਉਦੋਂ ਤੋੜ ਲਾਂਗੇ ਕੀ ਬਾਤ ਆ ਉਧਰ ਅੱਗੇ ਸਾਡੀ ਉਹ 10 ਦਿਨ ਪਹਿਲਾਂ ਕਰਤੀ ਸੀਗੀ ਉੱਥੇ ਮੂੰਗੀ ਨਿਕਲੀ ਹੋਈ ਆ ਉਹ ਪਰਲੇ ਚੌਕੜਿਆਂ ਚ ਇਹਦਾ ਮਤਲਬ ਇਹ ਵੀ ਹੋਇਆ ਵੀ ਜੇ ਕੁਦਰਤੀ ਖੇਤੀ ਉਹ ਵਾਦਦੇ ਆ ਲੋਕ ਪਰਾਲੀ ਵਾਲੀ ਵਾਲਾ ਕੰਸੈਪਟ ਵੀ ਖਤਮ ਹੈ ਅੱਗ ਲਾਉਣ ਵਾਲਾ ਮੈਂ ਪਰਾਲੀ ਮੁੱਲ ਲੈ ਕੇ ਆਈ ਪੰਜ ਕਿੱਲਿਆਂ ਦੀ ਸਾਡੇ ਗਵਾਂਢ 'ਚੋਂ ਮੁੱਲ ਚੱਕੀ 16000 ਰੁਪਏ ਦੀ ਲੈ ਮੈਨੂੰ ਮੈਂ ਕਿਹਾ ਮੈਂ ਆਪ ਜੀਰੀ ਨਹੀਂ ਲਾਉਂਦਾ ਮੈਂ ਜੀ ਇੱਕ ਇੱਕ ਕਨਾਲ ਜੀਰੀ ਲਾਉਣੀ ਉਹ ਵੀ ਮੈਨੂੰ ਐ ਹੁੰਦਾ ਵੀ ਸਾਡੇ ਘਰੇ ਵੀ ਲੱਗਦੇ ਆ ਸਾਡੀ ਦੁਕਾਨ ਤੇ ਵੀ ਚੌਲ ਵਿਕਦੇ ਆ ਫਿਰ ਇਹਨੂੰ ਉਲਟ ਵੀ ਲੈ ਲੈਣੇ ਗੱਲ ਹੈ ਵੀ ਪਰਾਲੀ ਪੈਦਾ ਕਰ ਫਿਰ ਅਸੀਂ ਵੀ ਖਰੀਦਣਗੇ ਸਹੀ ਰਵੀ ਹੋਈ ਖਰੀਦਣਗੇ ਸਾਨੂੰ ਹਾਂ ਉਹ ਗਾਹਾਂ ਅਸਲ 'ਚ ਉਹ ਕੀ ਸੀ ਉਹਨਾਂ ਨੇ ਵੇਚਤੀ ਬੇਲਰ ਵਾਲਿਆਂ ਨੂੰ ਆਪਣੇ ਗਵਾਂਢੀ ਸੀਗੇ ਹੂੰ ਤੋ ਕਹਿਆ ਯਾਰ ਇਹਦਾ ਵੇਚਦੀ ਮੈਂ ਯਾਰ ਜਿੰਨੇ 'ਚ ਤੇ 12000 ਚ ਵੇਚੀ ਸੀ ਨਾ ਮੈਂ 5 ਕਿਲਿਆਂ ਦੀ ਉਹ ਦਿੱਤੀ ਕੁਛ 4000 ਲੀਵਰ ਬੈ ਗਈ ਲੈ ਚੱਕਣ ਚ ਕੋਣ ਦੀ ਮੈਂ ਤਾਂ ਉਹ ਚੱਕਿਆ ਜਿੱਥੇ ਜੁਸੀਂ ਰਾਹ ਚ ਆਏ ਹੋ ਤੇ ਇਹ ਨਹੀਂ ਲੱਗਿਆ ਆਪਣਾ ਵਾਲੀ ਦਾ ਉਹ ਆਪਣੇ ਇਕੱਠਾ ਕੀਤਾ ਉਹ ਇਸੇ ਕੰਮ ਫਿਰ ਮਲਚਿੰਗ ਚਾਹੁੰਦਾ ਜੀ ਉਹ ਸਾਡੇ ਤੋਂ ਹੰਤਾਂ ਨੇ ਕਹੇ ਲੋਡ ਪਈ ਆ ਚੀ ਖੀਦਣ ਦੀ ਕਹਿੰਦਾ ਸਬਜੀ ਪਾਜੀ ਡੇਲੀ ਇੱਥੇ ਪੱਕਾ ਹੀ ਹੈ ਲਗਭਗ ਇੱਥੇ ਕੋਈ ਚੀਜ਼ਾਂ ਨੇ ਕੋਈ ਟਮਾਟਰਾਂ ਜਿਵੇਂ ਹੁਣ ਟਮਾਟਰ ਬਹੁਤ ਸੀਜ਼ਨਲ ਚੀਜ਼ ਹੈ ਬਾਜ਼ਾਰ 'ਚ ਸਾਰਾ ਸਾਲ ਨਹੀਂ ਹੁੰਦਾ ਸਾਡੇ ਉਹ ਇੱਕ ਦੋ ਸੀਜ਼ਨਾਂ ਚ ਹੀ ਹੁੰਦਾ ਹੂੰ ਤੇ ਸੇਵ ਨਹੀਂ ਹੋ ਸਕਦਾ ਸੇਵ ਹੁਣ ਪੰਜਾਬ ਚ ਕੁਝ ਵੈਰਾਈਟੀਆਂ ਲਾ ਰਹੇ ਨੇ ਨਹੀਂ ਨਹੀਂ ਮਤਲਬ ਜਿਹੜਾ ਟਮਾਟਰ ਦੀ ਗੱਲ ਕਰਦੇ ਹਾਂ ਹਾਂਜੀ ਠੀਕ ਹੈ ਜਮਾ ਨਹੀਂ ਹੋ ਸਕਦਾ ਅੱਛਾ ਸੇਵ ਕਹਿੰਦੇ ਹੋ ਹਾਂ ਮੈਂ ਕਿਹਾ ਸੇਵ ਹੂੰ ਹੂੰ ਨਹੀਂ ਟਮਾਟਰ ਜਮਾ ਨਹੀਂ ਹੁੰਦਾ ਟਮਾਟਰ ਫਿਰ ਉਹ ਹਣਾ ਬਹੁਤ ਪਾਣੀ ਹੁੰਦਾ ਉਹ ਚ ਹੂੰ ਤੁਸੀਂ ਪਾਸਾ ਦਸ ਦਿਨ ਰੱਖਣਾ ਫਰਿਜ ਚ ਰੱਖ ਲੋਗੇ ਪਰ ਆਹ ਨਹੀਂ ਤੁਸੀਂ ਲੰਬੇ ਤੌਰ ਤੇ ਫਿਰ ਲੰਬੇ ਤੌਰ ਤੇ ਰੱਖਣਾ ਫਿਰ ਉਹ ਚ ਕੈਮੀਕਲ ਪੈਂਦੇ ਜਿਹੜੇ ਲੋਕ ਸੌਜੀ ਖਰੀਦਦੇ ਨੇ ਜਿਵੇਂ ਦੁਬਾਰੇ ਉਹ ਮੈਂ ਉਸ ਨੂੰ ਥੋੜਾ ਵਿਸਤਾਰ ਚਾਹਾਂਗਾ ਉਸ ਗੱਲ ਦਾ ਹਾਂਜੀ ਇਹ ਸਾਡੇ ਰੁਝਾਨ ਹੈ ਲੋਕਾਂ ਦਾ ਜੇ ਮੇਰੀ ਤਾਂ ਆਦਤ ਹੈ ਹੁਣ ਥੋੜੇ ਵਰਗ ਨੂੰ ਮ ਉਹਨੋਂ ਖੜ ਜਾਣਾ ਬਾਈ ਯਾਰ ਕਿਵੇਂ ਵੀਰ ਦਿਆਂ ਕਿਹੜੀ ਸਪਰੇਅ ਸੁੱਛੜਕ ਦਿਆਂ ਉਹ ਕਹਿੰਦਾ ਬਈ ਰਾਤ ਨੂੰ ਛੜ ਉਹ ਪਤੰਦਰ ਆ ਵੀ ਦੱਸ ਦਿੰਦੇ ਨੇ ਮੈਂ ਦੱਸ ਤਾ ਮੈਂ ਸਬਜ਼ੀ ਲਵਾਉਂ ਤਾਂ ਕੀ ਕਰਾਂ ਟੋਨਾ ਕਰਦੇ ਨੇ ਕਹੀ ਜਾਂਦਾ ਇਹ ਤਾਂ ਸਬਜ਼ੀ ਨਹੀਂ ਲੈਣੀ ਹੈਗੀ ਉਹ ਤਾਂ ਸਬਜ਼ੀ ਨਹੀਂ ਲੈਣੀ ਉਹ ਮੈਂ ਕਰਦੇ ਕਹਦੇ ਹੱਸਣ ਲੱਗੇ ਕਹਿੰਦੇ ਉਹ ਦਾ ਪੀ ਲਿਆ ਕਰ ਕਹਿੰਦੇ ਕਸਟੋਰੀ ਇਹੋ ਜਿਹੀ ਕਰੇਗਾ ਰੋਵੀ ਉਹ ਨਹੀਂ ਹਾਂ ਉਸ ਨੂੰ ਬੈਟਰ ਅਸੀਂ ਤਾਂ ਅਸੀਂ ਤਾਂ ਨਾਲ ਹੀ ਵੀ ਕਹਿੰਦੇ ਆ ਲੋਕਾਂ ਨੂੰ ਈਵਨ ਕਿ ਬੀਬੀ ਦਿੰਦੇ ਨੇ ਉਥੇ ਤੇ ਭਾਈ ਆਪ ਦੀ ਆਪ ਥੋੜਾ ਕੋ ਥਾਂ ਆਈਏ ਬੀਜੂ ਸਾਡਾ ਵੀ ਖੜਾ ਛੜਾਓ ਸਬਜ਼ੀ ਤੁਸੀਂ ਆਪਦੇ ਘਰ ਜੋਗੀ ਲਾ ਲਿਆ ਕਰੀ ਕਿਉਂਕਿ ਸਬਜ਼ੀ ਬਹੁਤ ਮਿਹਨਤ ਤੇ ਸਬਜ਼ੀ ਕਾਫੀ ਟਾਈਮਿੰਗ ਵਾਲਾ ਕੰਮ ਆ ਹੂੰ ਕਾਦੀ ਕਾਦੀ ਸਬਜ਼ੀ ਬੀਜ ਰਹੇ ਹਾਂ ਤੇ ਮਾਰਕੀਟਿੰਗ ਲੋਕ ਸੌਖੀ ਮੈਨੂੰ ਤਾਂ ਇਹ ਲੱਗਣ ਲੱਗਾ ਕਈ ਵਾਰ ਹੁਣ ਜਿਵੇਂ ਤੁਸੀਂ ਸਬਜ਼ੀ ਬੀਜ ਰਹੇ ਹੋ ਨਾ ਫਿਰ ਦੁਬਾਰੇ ਉਹੀ ਗੱਲ ਆ ਜਾਂਦੀ ਹੈ ਜੀ ਬੀਰ ਲੋਡ ਨਹੀਂ ਪੈਣੀ ਚਾਹੀਦੀ ਰਵੀ ਹੁਣ ਮੰਡੀ ਜਾਣ ਦੀ ਆਲੇ ਦੋਲੇ ਨੂੰ ਚੀਜ਼ ਵੀ ਨਾ ਰਵੀ ਕੋਲੇ ਹੁਣ ਦੁੱਧ ਲੈਣ ਜਾਂਦੇ ਲੋਕ ਹਾਂਜੀ ਦੁੱਧ ਵੀ ਲੈਣ ਚ ਸਾਡੇ ਇੱਕ ਉਹ ਦੁੱਧ ਹੀ ਆਪਣਾ ਲੈਣ ਤੇ ਲੈਣ ਦਾ ਬੰਦਾ ਜਾ ਕੇ ਐਡਵਾਂਸ ਪੇਮੈਂਟ ਦੇ ਕੇ ਟੋਕਨ ਦੇ ਕੇ ਠੀਕ ਹੈ ਜੀ ਪਹਿਲਾ ਮਹੀਨਾ ਹੀ ਪੇਮੈਂਟ ਇੱਕ ਦਿਨ ਰੁਵਾਜ ਜਾਂਦੀ ਹੈ ਫਿਰ ਚੱਲਦਾ ਕੰਮ ਅੜਵਾਹ ਦੇ ਕੇ 5-6000 ਵੀ ਵੀ ਹਾਂ ਐਨ ਦੁੱਧ ਆਊਗਾ ਇਹ ਦੇਖੋ ਪਤਾ ਕੀ ਹੈ ਜੀ ਮੈਨੂੰ ਇੱਕ ਗੱਲ ਦਾ ਇਹ ਪਤਾ ਹੈ ਕਿ ਦੁੱਧ ਦੀ ਕਮੀ ਹੈ ਕਿਤੇ ਵੀ ਇਹ ਚੀਜ਼ ਤੁਹਾਨੂੰ ਇੱਕ ਕੰਨੀ ਲੋਡ ਚਾਹੀਦੀ ਹੈ ਵੀ ਲੋਕ ਇੱਥੇ ਆਉਣ ਯਾਰ ਵੀ ਚੱਕੋ ਸਬਜ਼ੀ ਨਹੀਂ ਆਉਂਦੇ ਵੀ ਆ ਪਰ ਉਹ ਐਨੇ ਨਹੀਂ ਆਉਂਦੇ ਹੂੰ ਕਾਫੀ ਕੋ ਜਾ ਹੋ ਗਏ ਲੋਕ ਉਨੇ ਹੀ ਚਾਹੁੰਦੇ ਸਾਨੂੰ अच्छा लोग एक आय कर सकते हैं भी रवि सानू होम डिलीवरी दे देसी पैसे वादे देएंगे दे दे आय कर लेंगे पर जिन्होंने के यार खेतो आगे ले जाओ उन आली थोड़ी समस्या यार इतनी दूर संग जीरे कद्दू ਲੈਣ ਜਾਣਾ नहीं कद्दू ਲੈਣ ਜਾਣ ਦੀ संग नहीं जी कद्दू ਦਾ ਮੂਰੇ ਆਰਗੈਨਿਕ ਲਾ ਦੇਣਗੇ ਨਾ ਵੀ ਆਰਗੈਨਿਕ ਕद्दू ਲੈ ਆ ਉਹਨਾਂ ਦੀ ਥੋੜੀ ਰੈਪਿਊਟੇਸ਼ਨ ਬਣ ਜੂ ਪਰ ਗੱਲ ਇਹ ਹੈ ਵੀ ਉਹਨਾਂ ਨੂੰ ਐ ਲੱਗਦਾ ਵੀ ਯਾਰ ਸਬਜ਼ੀ ਲੈਣ ਅਸੀਂ 5 ਕਿਲੋਮੀਟਰ ਜਾਵਾਂਗੇ ਸ਼ਹਿਰ ਕੋ ਠੀਕ ਹੈ ਅੱਛਾ 5 ਕਿਲੋਮੀਟਰ ਹੜਾਏ ਵਾਲੇ ਉਹ ਮਾਰਕਟ ਆ ਜਿਹੜਾ ਜਿਹਨੂੰ ਕਹਿੰਦੇ ਪੰਜਾਬ ਦਾ ਕੈਨੇਡਾ ਠੀਕ ਹੈ ਜੀ ਉਸੇ ਜਾ ਸਕਦੇ ਨਹੀਂ ਉੱਥੇ ਹੀ ਕੋਈ ਸਮੱਸਿਆ ਨਹੀਂ ਪਰ ਇੱਥੇ ਆਉਣ ਤੋਂ ਨਾ ਲਾ ਦਿਓ ਯਾਰ ਬਹੁਤ ਦੂਰ ਹੈ ਤੇਰਾ ਖੇਤ ਹੂੰ ਠੀਕ ਆ ਉਹ ਪ੍ਰਾਇਓਰਿਟੀ ਹੁੰਦੀ ਹੈ ਬੰਦੇ ਨੂੰ ਕਿਹੜੀ ਚਾਹੀਦੀ ਆ ਲੋਕ ਚਾਹੁੰਦੇ ਸਾਨੂੰ ਘਰੇ ਮਿਲ ਜੇ ਚੀਜ਼ ਪੈਸੇ ਵੱਧ ਲੈ ਲਓ ਯਾਰ ਹੂੰ ਸਬਜ਼ੀਆਂ ਦੀ ਵੀ ਰੁਵੀਆ ਕੋਈ ਹੋਣੀ ਚਾਹੀਦੀ ਐਮਐਸਪੀ ਜਾ ਸਬਜ਼ੀਆਂ ਦੀ ਐਮਐਸਪੀ ਸਬਜ਼ੀਆਂ ਤੇ ਫਲਾਂ ਦੀ ਨਾ ਥੋੜੀ ਸਮੱਸਿਆ ਕਿਉਂਕਿ ਇਹ ਆ ਲੰਬਾ ਟਾਈਮ ਟਿਕਦੀ ਨਹੀਂ ਹੂੰ ਇਹ ਤਾਜ਼ੀਆਂ ਹੋਣੇ ਪਰਿਸ਼ੇਬਲ ਨੇ ਇਹ ਇਹਨਾਂ ਨੇ ਗਲ ਜਾਣਾ ਹੂੰ ਸੋ ਇਹਦੀ ਐਮਐਸਪੀ ਥੋੜਾ ਜਿਹਾ ਟੇਡਾ ਸੌਦਾ ਹੈਗਾ ਪਰ ਸੁੱਕੇ ਸਮਾਨ ਦੀ ਸਾਰੇ ਦੀ ਹੋ ਸਕਦੀ ਆ ਆ ਕਿਵੇਂ ਕੁਕੜੀਆਂ ਪਈਆਂ ਨੇ ਇਹ ਤਾਂ ਮਲਚਿੰਗ ਲਈ ਹੋਈ ਜੀ ਉਹ ਜੋ ਉਹਦਾ ਨਿਕਲਿਆ ਸੀ ਜਿਹੜਾ ਮੱਕੀ ਕੱਢਣ ਤੋਂ ਬਾਅਦ ਗੋਲੇ ਜੇ ਬਚੇ ਹੂੰ ਵਸੇ ਮਲਚਿੰਗ ਕਰਤੀ ਸੀ ਜਿਹੜੀ ਚੀਜ਼ ਸਾਡੇ ਕੋਲ ਮਲਚਿੰਗ ਲਈ ਆ ਜੀ ਹਾਂ ਜੀ ਆ ਦੇਖੋ ਆ ਅਸੀਂ 7-8 ਦਿਨ ਪਹਿਲਾਂ ਕਰਿਆ ਸੀ ਆ ਮੂੰਗੀ ਨਿਕਲੀ ਸਾਰੀ ਹੂੰ ਮੂੰਗੀ ਨਿਕਲ ਗਈ ਇੱਧਰ ਵੀ ਆ ਜੀ ਬਸ ਹੁਣ ਆਹ ਕਿਉਂਕਿ ਜਿਹੜੀ ਆ ਸਬਜੀ ਪਹਿਲਾਂ ਲੱਗੀ ਸੀ ਇਹ ਸਬਜੀ ਹੁਣ ਇਹ ਗਰਮੀ ਸਬਜੀ 2-3 ਵਾਰੀ ਲੱਗ ਜਾਂਦੀ ਆ ਹੂੰ ਸਬਜੀ ਇਹ ਸਾਰੀ ਅਸੀਂ ਕੁਛ ਬਾਅਦ ਆ ਗੂ ਐ ਵਡਾਂਗੇ ਨਾਲ ਹੀ ਸਬਜੀ ਵੜ ਲਾਂਗੇ ਆ ਚੌਲੂ ਜੂਲੇ ਵੜ ਗਏ ਪਛੋਂ ਉਹਨਾਂ ਮਾਰਾਂਗੇ ਤੇ ਇਥੇ ਦੁਬਾਰਾ ਸਬਜੀ ਲਾ ਦਾਂਗੇ ਹੁਣ ਕੀ ਆ ਬਾਤ ਰਿਪੀਟ ਕਰ ਦਾਂਗੇ ਸਰਦੀ ਦੀ ਸਬਜੀ ਤੋਂ ਪਹਿਲਾਂ ਇੱਕ ਵਾਰੀ ਹੀ ਆ ਜੂਗੀ ਹੁਣ ਹੁਣ ਜਦ ਨਿਕੜ ਗੇ ਰਵੀ ਕਿਣੀ ਜੀ ਆ 48 ਸਿਸਟਮ ਚੋਂ ਉਧਰੋਂ ਬਾਹਰ ਆ ਜੀ ਆ 48 ਸਿਸਟਮ ਜੋ ਉੱਚਾ ਚੋਂ ਉਹ ਸਾਰਾ ਨਫਰ ਫੰਡ ਆਈ ਆਪਾਂ ਕੀ ਬਾਤ ਹੈ ਉਹ ਤਾਂ ਮੈਨੂੰ ਕਈ ਸਾਲ ਪਹਿਲਾਂ ਹੀ ਸਮਝ ਲੱਗ ਗਈ ਸੀ ਮੈਂ ਕਿਹਾ ਐ ਤਾਂ ਆਪਣੀ ਖੇਤੀ ਆਜ਼ਾਦੀ ਵਾਲੀ ਖੇਤੀ ਤਾਂ ਹੈ ਨਹੀਂ ਇਹ ਹੂੰ ਜੇ ਮੈਨੂੰ ਇਹ ਸੋਚ ਕੇ ਖੇਤੀ ਕਰਨੀ ਪਈ ਵੀ ਯਾਰ ਮੈਂ ਲਿਮਟ ਭਰਨੀ ਹੈ ਠੀਕ ਹੈ ਜੀ ਤੇ ਜੰਗਲ ਚੋਂ ਗੇ ਭਰੂੰਗਾ ਹੂੰ ਹਲਾ ਫਿਰ ਤਾਂ ਮੈਨੂੰ ਜੀਰੀ ਲਾਉਣੀ ਪਈ ਇਸੀ ਤਰੀਕੇ ਨੰਦ ਜਾ ਰਿਹਾ ਹੈ ਜਾਂ ਮਤਲਬ ਕਦੇ ਕਦੇ ਐ ਸੋਚਦਾਂ ਵੀ ਅਜੇ ਇੱਥੋਂ ਹੀ ਵੱਡੇ ਪੱਧਰ ਦੀ ਮਾਰਕੀਟਿੰਗ ਐਂ ਜ ਬਣ ਜਾ ਕੋਈ ਨਹੀਂ ਐ ਠੀਕ ਆ ਜੀ ਐ ਲੋਕਾਂ ਨਾਲ ਲੋਕਾਂ ਨਾਲ ਹੀ ਵਿਚਾਰ ਚੱਲਦਾ ਰਹਾ ਹਾਪਤਾ ਬਹੁਤ ਜ਼ਿਆਦਾ ਬਣਦਾ ਵੱਡੇ ਪੱਧਰ ਦੀ ਮਾਰਕੀਟਿੰਗ ਮੈਂ ਇੱਥੋਂ ਚੱਕਾਂ ਤੇ ਉੱਥੇ ਵੇਚਾਂ ਹਨਾ ਉਹਦੇ ਨਾਲੋਂ ਬੈਟਰ ਮੈਂ ਸੋਚਦਾ ਨੂੰ ਵੀ ਲੋਕਲੀ ਗਰੋਨ ਲੋਕਲੀ ਮਤਲਬ ਕੰਜ਼ਿਊਮਡ ਫਿਰ ਇਕੱਲੀ ਕਲੀ ਚੀਜ਼ ਹੋਣੀ ਤੇ ਹੁਣ ਤਾਤੀ ਨੂੰ ਦੇਰਾਂ ਵਾਪਸ ਬਹੁਤ ਕੁਝ ਡਿੱਗ ਜਾਂਦਾ ਸਾਰਾ ਕੁਝ ਵਾਪਸ ਇੱਥੇ ਹੀ ਆ ਜੀ ਬਹੁਤ ਕੁਝ ਦੇ ਰਹੇ ਹਾਂ ਹਾਂਜੀ ਹਾਂ ਬਾਕੀ ਸਾਡੇ ਮੇਰਾ ਛੋਟਾ ਜਿਹਾ ਸ਼ ਮੈਂ ਉਹ ਕਹਾਂ ਬਈ ਤੋਂ ਮੇਰੇ ਕੋਲ ਬਹੁਤ ਫੋਨ ਆਉਂਦਾ ਦਿੱਲੀ ਤੋਂ ਹੋਰ ਥਾਂ ਤੋਂ ਤੁਹਾਡੇ ਕੋਲ ਹੈਗੀ ਸਾਨੂੰ ਭੇਜ ਦਿਓ ਸਾਰੀ ਕਣਕ ਆਹ ਰੇਟ ਲੈ ਲਓ ਮੈਂ ਯਾਰ ਮੈਂ ਇਧਰੋਂ ਭੇਜੂੰਗਾ ਮੇਰੇ ਕੋਲੇ ਜਿਹੜੇ ਮੇਰਾ ਗਵਾਂਢੀ ਬੈਠਾਗਾ ਉਹ ਮੰਗ ਰਿਹਾ ਮੈਂ ਪਹਿਲਾਂ ਉਹਨੂੰ ਦਊਗਾ ਹੂੰ ਜਿੰਨੀ ਅਸੀਂ ਦੂਰ ਭੇਜਦੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਅਸੀਂ ਪੋਲੂਸ਼ਨ ਹੀ ਕ੍ਰੀਏਟ ਕਰ ਰਹੇ ਹਾਂ ਹਣਾ ਹੂੰ ਜਿੰਨਾ ਨੇੜੇ ਨੇੜੇ ਰਹੇ ਉਹਨਾਂ ਚੰਗਾ ਜੀ ਇਧਰ ਫੇਰ ਜੰਗਲ ਲਾਣਾ ਹੈ ਇਹ ਹਾਂਜੀ ਹਾਂ ਇਹ ਇੱਥੋਂ ਆਪਣਾ ਸ਼ੁਰੂ ਹੋ ਜਾਂਦਾ ਡੇਕਾਂ ਇੱਥੋਂ ਅੱਗੇ ਦਾ ਬ੍ਰਦਰ ਦੀ ਆ ਗਈ ਇਥੋਂ ਲੈ ਕੇ ਇਧਰੋਂ ਆ ਡੇਢ ਕਿਲਾ ਜੰਗਲ ਦਾ ਆਹਾ ਅਸੀਂ ਸਰਕਾਰੀ ਨਰਸੀ ਜੁੱਲਿਆਂ ਦੇ ਅਨਾਰ ਆਇਦ ਕੀ ਦੇਖੋ ਇਹਨੂੰ ਫਲ ਪਹਿਲੀ ਵਾਰ ਹੀ ਆਇਆ ਇਹ ਦੂਸਰਾ ਸਾਲ ਹੀ ਇਹਦਾ ਜੀ ਫਲ ਤਾਂ ਕਾਫੀ ਚੱਕੇ ਨੇ ਹੁਣ ਅੱਗੇ ਦੇਖਣਾ ਫਲ ਕੇ ਕੁਆਲਿਟੀ ਆਹਾ ਜੀ ਸਾਡਾ ਹੁਣ ਨਵਾਂ ਜੰਗਲ ਇਹਦਾ ਇਹਦਾ ਕੀ ਸੋਚਿਆ ਪਲਾਨ ਕੀ ਸੋਚ ਕੇ ਕਰੇ ਵੀ ਕੀ ਉਹਦੇ ਉਹਦੇ ਨਾਲੋਂ ਵੱਖਰਾ ਕੀ ਕੀਤਾ ਇਹਦੇ ਵਿੱਚ ਇਹਦੇ ਵਿੱਚ ਜ਼ਿਆਦਾਤਰ ਜਿਹਨੂੰ ਆਪਾਂ ਕਹਾਂਗੇ ਉਹਦਾ ਸ਼ੌਕ ਦਾ ਹੀ ਜੰਗਲ ਸੀ ਨਾ ਵੀ ਸਾਰਾ ਕੁਝ ਹੀ ਲਾਉਣਾ ਸਾਰਾ ਕੁਝ ਹੈਗਾ ਵੀ ਇਹ ਚ ਇਹਦੇ ਵਿੱਚ ਜ਼ਿਆਦਾਤਰ ਬੂਟੇ ਅਸੀਂ ਉਹ ਲਾ ਰਹੇ ਹਾਂ ਜਿਵੇਂ ਅਮਰੂਦ ਲਾਇਆ ਵਿੱਚ ਕਿੰਨੂ ਆ ਠੀਕ ਹੈ ਜੀ ਡੇਜ਼ੀ ਮਸੰਮੀ ਇਹਦੇ ਕੋਈ ਛੋਟੇ ਨੇ ਬੂਟੇ ਕੁਝ ਕਿੰਨੂ ਦੇ ਵੱਡੇ ਵੀ ਖੜੇ ਆ ਆ ਔਲੇ ਦੇ ਆਗੇ ਬੂਟੇ ਜੀ ਵੀ ਜਿਹੜੇ ਜ਼ਿਆਦਾਤਰ ਮੰਡੀ ਸਮਾਨ ਜਾਂਦਾ ਠੀਕ ਕੋਈ ਜੰਗਲ ਦਾ ਇੱਕ ਇੱਕ ਰੇਸ਼ਿਓ ਜੀ ਆਪਾਂ ਇਦਾਂ ਰੱਖ ਸਕਦੇ ਆ ਵੀ 70% ਤੁਸੀਂ ਲਾਓ ਤੁਹਾਨੂੰ ਵੈਸਾ ਇਹ ਜੜਖਤ ਨੇ ਵੀ ਮਿੱਟੀ ਨੂੰ ਬਹੁਤ ਕੁਝ ਦੇਣਾ ਪਰ 70% ਲਾਓ ਆਹ ਜੜਖਤ ਜਿੰਨਾ ਤੋਂ ਤੁਸੀਂ ਫਲ ਲੈਣੇ ਆ 30% ਉਹ ਸਿਸਟਮ ਟਰੀਜ਼ ਲਾਓ ਜਿਹੜੇ ਥੋੜੇ ਰਵਾਇਤੀ ਰੁੱਖ ਨੇ ਟਾਲੀਆਂ ਕਿਕਰਾਂ ਠੀਕ ਹੈ ਜੀ ਸੁਵੰਜਣਾ ਹਮ ਹੈਨਾ ਉਹ ਚੀਜ਼ਾਂ ਰਵਾਇਤੀ ਰੁੱਖ ਉਹ ਥੋੜੀ ਧਰਤੀ ਨੂੰ ਹੋਰ ਜ਼ਿਆਦਾ ਦਿੰਦੇ ਆ ਤੇ ਮੈਂ ਕੁਛ ਇਧਰ ਤਿੰਨ ਚਾਰ ਟਾਲੀਆਂ ਜਲਾਈਆਂ ਨੇ ਕੁਛ ਡੇਕਾਂ ਤਾਂ ਚਲੇ ਜਾਂਦਾ ਬਾਅਦ ਚ ਇਹਨਾਂ ਲੱਕਣ ਲਈ ਨਿਕਲ ਜਾਣਗੀਆਂ ਉਹ ਸਾਡੇ ਪਿੱਪਲ ਹੋਏ ਖੜੇ ਨੇ ਇੱਕ ਦੋ ਵਿੱਚ ਓਵਰਸਾਈਡ ਨਹੀਂ ਹੈ ਲਸੂੜਾ ਲਾਇਆ ਇੱਕ ਸੋ ਇਹਦੇ ਵਿੱਚ ਹਲੇ ਉਹ ਜੇ ਬੂਟੇ ਹੋਈ ਵੀ ਜਾਂਦੇ ਨੇ ਜਿਹੜੇ ਹੋਈ ਜਾਂਦੇ ਉਹ ਹੋਈ ਜਾਂਦੇ ਨੇ ਅਸੀਂ ਮਾਰਦੇ ਨਹੀਂ ਵੇਸੇ ਪਪਲੋ ਕੇ ਪੱਟਦੇ ਹਾਂ 11-12 ਸਾਲਾਂ ਦੇ ਸਫਰ ਦੇ ਵਿੱਚ ਅੱਜ ਜਦੋਂ ਰਵੀ 11-12 ਸਾਲ ਪਹਿਲਾਂ ਰਵੀ ਸੀ ਇੱਕ ਹਾਂਜੀ ਇੱਕ ਅੱਜ ਰਵੀ ਹੈ ਉਹ ਉਹਦੀ ਜ਼ਿੰਦਗੀ ਦੀ ਪਰਿਭਾਸ਼ਾ ਨੂੰ ਕਿਵੇਂ ਡਿਫਾਈਨ ਕਰਦਾ ਸੀਗਾ ਰਵੀ ਅੱਜ ਜਦੋਂ ਜਿੱਥੇ ਖੜਾ ਰਵੀ ਅੱਜ ਕਿਵੇਂ ਸੋਚਦਾ ਹੈ ਦੇਖੋ ਉਹਦੋਂ ਮੈਂ ਵੀ ਐਵੇਂ ਕਹਿੰਦੇ ਮੈਂ ਜਾਂਦਾ ਹੀ ਸਿਆਣਾ ਸੀ ਮੈਂ ਵੀ ਉਹਨਾਂ ਚੱਕਰਾਂ 'ਚ ਹੀ ਸੀ ਮੈਂ ਵੀ ਜੋ ਕੈਮੀਕਲ ਖੇਤੀ ਕਰਦਾ ਸੀ ਕੋਸ਼ਿਸ਼ ਕਰਦਾ ਸੀ ਤਿੰਨ ਫਸਲਾਂ ਕੱਢਾਂ ਹਾਂ ਹੈਨਾ ਸਾਡੀ ਕਿੱਥੇ ਤੱਕ ਮੈਂ ਸਰਹੰਦ ਤੱਕ ਇਧਰੋਂ ਬਠਿੰਡੇ ਦਾ ਮਾਰਕੀਟਿੰਗ ਜਿਹੜੀ ਸੀ ਨਾ ਦੂਰ ਤੱਕ ਮਾਰਕੀਟਿੰਗ ਸਾਰੀ ਕਰਦਾ ਰਿਹਾ ਮੈਂ ਜਿਹੜਾ ਫਰੋਜ਼ਨ ਸਾਡੀ ਆਉਂਦੀ ਹੁੰਦੀ ਆ ਛੋਟੀ ਸਵੀਟ ਕੌਰਨ ਕੈਪਸਿਕਮ ਸਬਜ਼ੀਆਂ ਇਹ ਸਾਰੀ ਮੈਂ ਸਰਹੰਦ ਤੱਕ ਇੱਕ ਕੰਪਨੀ ਦਾ ਕੰਟਰੈਕਟ ਸੀਗੇ ਇਧਰੋਂ ਬਠਿੰਡੇ ਸੀਗਾ ਤੇ ਉਹ ਕਰਦਾ ਰਿਹਾ ਮੈਂ ਸਾਰੀ ਪਰ ਉਹ ਕੁੱਲ ਮਿਲਾ ਕੇ ਅ ਅੱਜ ਮੈਂ ਬਹੁਤ ਸੌਖਾ ਹਾਂ ਬਹੁਤ ਸ਼ਾਂਤ ਹਾਂ ਖੁਸ਼ ਹਾਂ ਉਹ ਭੱਜ ਦੌੜ ਨਾਲ ਅੱਜ ਮੈਂ ਮਰਜ਼ੀ ਦਾ ਮਾਲਕ ਸਭ ਤੋਂ ਵੱਡੀ ਗਲਤ ਹੈ ਹੂੰ ਮੇਰਾ ਮਨ ਨਹੀਂ ਕਰਦਾ ਮੈਂ ਨਹੀਂ ਕਰੂੰਗਾ ਕਿ ਮੱਜ ਮੇਰਾ ਮੇਰਾ ਮੂਹ ਨਹੀਂ ਹੈਗਾ ਯਾਰ ਮੈਂ ਤਾਂ ਬਸ ਪਖਲਾ ਕੇ ਪਊਂਗਾ ਇਹ ਇਹ ਚੀਜ਼ਾਂ ਤੁਹਾਨੂੰ ਇਹ ਚੀਜ਼ਾਂ ਸਿਰਫ ਤੁਹਾਨੂੰ ਖੇਤੀ ਦੇ ਸਕਦੀ ਆ ਆਜ਼ਾਦੀ ਤੁਹਾਨੂੰ ਪਿੰਡ 'ਚ ਮਿਲ ਸਕਦੀ ਆ ਤੇ ਖੇਤੀ ਵਾਲੇ ਕੰਮ 'ਚ ਮਿਲ ਸਕਦੀ ਆ ਤੇ ਸਾਡਾ ਸਾਰਾ ਸਿਸਟਮ ਇੱਕ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਨਪੜ੍ਹ ਤੋਂ ਲੈ ਕੇ ਪੀ ਐਚ ਡੀ ਤੱਕ ਇੱਕੋ ਗੱਲ ਦੇ ਖੜਾ ਜੀ ਖੇਤੀ ਚ ਕੁਛ ਨਹੀਂ ਖੇਤੀ ਚ ਕੁਛ ਨਹੀਂ ਇੱਕੋ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਠੀਕ ਹੈ ਜੀ ਖੇਤੀ ਜੀ ਮੈਂ ਕਹਿੰਦਾ ਜੇ ਖੇਤੀ ਹੀ ਹੈਗੀ ਫਿਰ ਤੁਸੀਂ ਕੀ ਹੋ ਠੀਕ ਹੈ ਹੁਣ ਮੈਨੂੰ ਆ ਲੱਗਦਾ ਪੰਜਾਬ ਚੋਂ 60% ਲੋਕਾਂ ਨੇ ਪਸ਼ੂ ਕੱਢ ਤਿੱਕਰੋਂ ਬਾਹਰ ਹੂੰ ਪਹਿਲਾਂ ਸਾਡੇ ਘਰਾਂ ਦੇ ਮੂਰੇ ਪਸ਼ੂ ਬੰਨੇ ਹੁੰਦੇ ਅਸੀਂ ਪਸ਼ੂਆਂ ਦੇ ਵੇਚਦੀ ਨਾ ਕਿਉਂਦੇ ਗਾਂ ਸਾਡਾ ਘਰ ਹੁੰਦਾ ਡੰਗਰ ਮੂਰੇ ਹੁੰਦੇ ਫੇਰ ਅਸੀਂ ਥੋੜੇ ਜਿ ਪੜ ਜੇ ਗਏ ਇਹ ਡੰਗਰ ਵਧੀਆਂ ਲਾਦੇ ਮੂਰੇ ਤਾਂ ਯਾਰ ਅੱਛੇ ਕਰੀ ਹਾਂ ਫਿਰ ਉਹ ਡੰਗਰ ਪਿੱਛੇ ਚਲੇ ਗਏ ਤੇ ਅਸੀਂ ਹੋਰ ਪੜਨ ਲੱਗੇ ਸਾਬੀ ਖਾਬੀ ਹੋ ਗਏ ਫਿਰ ਉਹ ਪਿੱਛੋਂ ਡੰਗਰ ਬਾਹਰ ਨਿਕਲ ਗਏ ਹੁਣ ਅੱਜ ਪੰਜਾਬ ਦਾ ਕੀ ਸਨੈਰੂ ਆ ਯਾਨੀ ਇਹ ਮੇਰਾ ਨਹੀਂ ਸਰਕਾਰ ਦਾ ਅੰਕੜਾ ਹੈ ਕਿ ਪੰਜਾਬ ਚ ਪਸ਼ੂਆਂ ਦੀ ਗਿਣਤੀ ਘਟ ਗਈ ਦੁੱਧ ਦੀ ਮਕਤਾਰ ਵਧ ਗਈ ਦੁੱਧ ਕਿੱਥੋਂ ਆ ਰਿਹਾ ਅਜੇ ਤੂੰ ਤੁਸੀਂ ਜਦੋਂ ਮੈਂ ਸਕੂਲ ਕਾਲਜੇ ਸੀ ਪੜ੍ਹਦੇ ਹੁੰਦੇ ਪਲੱਸ 2 ਤੱਕ ਨਾਲ 95 96 ਤੱਕ ਦੀਆਂ ਉਦੋਂ ਬਾਅਦ ਤੱਕ ਵੀ ਜੇ ਤੁਸੀਂ ਕਿਸੇ ਹਲਵਾਈ ਨੂੰ ਜਾ ਕੇ ਕਹਿੰਦੇ ਯਾਰ 5 ਕਿਲੋ ਪਨੀਰ ਦੀ ਉਹ ਕਹਿੰਦਾ ਕਾਕਾ ਇੱਕ ਦਿਨ ਪਹਿਲਾਂ ਦੱਸ ਕੇ ਜਾਣਾ ਸੀ ਹੁਣ ਤੈਨੂੰ ਪਨੀਰ ਕਿੱਥੋਂ ਦੇ ਦਈਏ ਤੁਸੀਂ ਜਾਓ ਹੁਣ 5 ਕੁਇੰਟਲ ਮੰਗ ਲਓਗਾ ਭਾਈ ਅੱਧੇ ਘੰਟੇ ਨੂੰ ਆ ਜੀ ਦੁੱਧ ਮੰਗ ਲਓ 10 ਕੁਇੰਟਲ ਹੁਣ ਜਾ ਕੇ ਦੁਪਹਿਰੇ ਉਹ ਘੰਟੇ ਨੂੰ ਲੈ ਜੀ ਭੇਜ ਦਿੰਨੇ ਆ ਆ ਗਿਆ ਕਿੱਥੋਂ ਆਉਂਦਾ ਮੱਝਾਂ ਗਾਂਾਂ ਸਾਡੇ ਕੋਲ ਹੈ ਨਹੀਂ ਦੁੱਧ ਸਾਨੂੰ ਬਾਧੂ ਮਿਲ ਰਿਹਾ ਹੈ ਕਾਦੀ ਤਰੱਕੀ ਆ ਸਰੀ ਨਹੀਂ 80 90 ਸਾਲ ਸਾਡੀ 90 ਸਾਲ ਤੋਂ ਪਲੱਸ 100 ਸਾਲ ਤੱਕ ਸਾਡੀ ਉਮਰ ਸੀ ਹੂੰ ਠੀਕ ਹੈ ਜੀ ਉਹ ਅਸੀਂ ਹੁਣ 60 ਤੇ ਇਕੱਠੇ ਹੋਣ ਲੱਗੇ ਮਤਲਬ ਮੇਰਾ ਮੇਰੇ ਨਾਲ ਦੇ ਮਿੱਤਰ ਕਹਿਣ ਲੱਗੇ ਯਾਰ ਬਹੁਤ 60 ਕ ਸਾਲੀ ਉਮਰ ਹੁੰਦੀ ਆ ਮਾਇਰ ਤੁਸੀਂ ਤਾਂ ਘਟਾਈ ਜਾਂਦੇ ਨਾ ਗੱਲਾਂ ਕਿਉਂਕਿ ਦੇਖਦੇ ਨੇ ਸਮਾਜ ਚ ਬੰਦਾ 60 ਸਾਲ ਟਾਪੀਂਦਾ 60 65 ਦੇ ਵਿੱਚ 20 ਸਾਲ 25 ਸਾਲ ਤਾਂ ਸਾਡੀ ਉਮਰ ਘਟ ਗਈ ਜੀ ਹੂੰ ਠੀਕ ਹੈ ਜੀ ਮੇਰੇ ਦਾਦੇ ਦੇ ਐਨਕ ਨਹੀਂ ਸੀ ਠੀਕ ਹੈ ਪਰ ਜਿਹੜੇ ਹਾਲਾ ਚਾਲ ਰਹੇ ਮੇਰੀ ਬੇਟੀ ਦੀ ਉਮਰ ਦੀਆਂ ਜੋ ਬੱਚੇ ਨੇ ਜਿਹੜੇ ਉਹਨਾਂ ਦੇ ਐਨਕ ਲੱਗਿਆ ਨੇ ਮੈਂ 94 ਜਿਹਸਮੀ ਕੀਤੀ ਮੇਰੇ ਸਕੂਲ ਚ ਤਿੰਨ ਬੱਚਿਆਂ ਦੇ ਐਨਕਾਂ ਸੀ ਠੀਕ ਹੈ ਜੀ ਤੇ ਮੇਰੀ ਬੇਟੀ ਨੇ ਆ ਚਾਰਕ ਸਾਲ ਪਹਿਲਾਂ 10ਵੀਂ ਕੀਤੀ ਹੈ ਮੈਂ ਕਿਹਾ ਉਹਨੂੰ ਪੁੱਛਣ ਲੱਗਾ ਪੁੱਤ ਤੇਰੀ ਕਲਾਸ ਚ ਕਿੰਨੇ ਆ ਬੱਚਿਆਂ ਦੇ ਐਨਕਾਂ ਜਿਹੜੇ ਪੱਕੇ ਐਨਕਾਂ ਲਾ ਕੇ ਰੱਖਦੇ ਆ ਜਿਹੜੇ ਕਦੇ ਲਾ ਲਈ ਲਾ ਲਈ ਉਹ ਨਹੀਂ ਜਿਨ੍ਹਾਂ ਦੀ ਪੱਕੀ ਲੱਗੀ ਹੋਈ ਹੈ ਸੱਤ ਇੱਕ ਕਲਾਸ ਚ ਐਫ ਤੱਕ ਸੈਕਸ਼ਨ ਨੇ 12ਵੀਂ ਤੱਕ ਕਲਾਸਾਂ ਨੇ ਕਿੰਨੀਆਂ ਕਲਾਸਾਂ ਹੋਣਗੀਆਂ ਇਹ ਇੱਕ ਕਲਾਚ ਸੱਤ ਬੱਚੇ ਨੇ ਐਨਕਾਂ ਨਹੀਂ ਪੱਕੀਆਂ ਹੂੰ ਸਾਡੀ ਤਰੱਕੀ ਕਾਦੀ ਆ 40 ਸਾਲ ਤੋਂ ਬਾਅਦ ਹਰ ਬੰਦਾ ਦਵਾਈ ਤੇ ਆ ਨੇਚਰਲ ਡੈਥ ਜਿਹੜੀ ਹੁੰਦੀ ਸੀ ਉਹ ਸਾਡੇ ਲਈ ਉਹ ਹੋ ਗਈ ਵੀ ਨੇਚਰਲ ਡੈਥ ਨੇਚਰਲ ਡੈਥ ਮੈਂ ਮੈਂ ਦੇਖਿਆ ਉਹਦਾਦੇ ਨੂੰ ਵੀ ਬੰਦਾ ਐਵੇਂ ਬਸ ਆ ਗਿਆ ਚੰਗਾ ਭਲਾ ਬੰਦਾ 95 ਸਾਲ ਉਮਰ ਆ ਜੂਂਦਾ ਮਹੀਨਾ ਸਾਡੇ ਉਹ ਖੂਂਜੇ ਚ ਬਾਜਰਾ ਹੁੰਦਾ ਬਾਡਾ ਵਾਲਾ ਬੀਜਾ ਉਹ ਮੇਰੇ ਦਾਦੇ ਨੇ ਕੰਮ ਬੜਾ ਕਰਿਆ ਸੀ ਕਿਉਂ ਬਜ਼ੁਰਗ ਖੇਤੀ ਵਾਲੇ ਬਜ਼ੁਰਗ ਸੀ ਉਹਨਾਂ ਕੰਮ ਹੀ ਹਨ ਸਾਰੀ ਉਮਰ ਹੱਡ ਭੰਨੇ ਸੀ ਤੂੰ ਕੋਣ ਬਾਪੂ ਕਿਉਂ ਮਥਾ ਮਾਇਆ ਨਹੀਂ ਉਹ ਬਾਜ ਦੇ ਕ ਉਹ ਉਹਦੇ ਕੱਖ ਕੱਢ ਕੇ ਆਏ ਸੀ 2 ਜੂਨ ਨੂੰ ਹੂੰ ਕੱਢ ਕੇ ਉਹ ਮੋਟਰ ਦੇ ਨਾਉਣ ਗਿਆ ਮਨਾਉਣ ਗਿਆ ਵਿੱਚ ਹੀ ਪਹਰ ਉੱਡ ਗਏ ਮਤਲਬ ਉਹ ਨੈਚੁਰਲ ਡੈਥ ਸੀ ਬੰਦਾ ਟਾਈਮ ਆਇਆ ਤੇ ਕਿ ਸਕਿੰਟ ਲੱਗਿਆ ਹੁਣ ਹੈ ਕੋਈ ਤੁਸੀਂ ਮੈਨੂੰ ਦਿਖਾ ਦਿਓ ਉਹ ਸ਼ੂਗਰ ਨਾਲ ਮਰ ਗਿਆ ਜੀ ਇਹਦੀ ਸ਼ੂਗਰ ਤੋਂ ਅਟੈਕ ਹੋ ਗਿਆ ਜੀ ਉਹ ਆਏ ਹੋਏ ਉਹ ਕੈਂਸਰ ਜੀ ਉਹ ਪੀਲੀਆ ਜੀ ਹੁਣ ਸਾਇਲੈਂਟ ਅਟੈਕ ਆ ਗਿਆ ਹਾਂ ਸਾਇਲੈਂਟ ਅਟੈਕ ਆ ਗਿਆ ਹੱਟ ਸ਼ਰਿੰਗ ਕਰ ਗਿਆ ਹਮ ਹਣਾ ਬੱਚਿਆਂ ਜੀ ਦੇਖੋ ਮੇਰੇ ਆਲੇ ਦਾਲੇ ਸਕੂਲ ਜਾਂਦੇ ਬੱਚੇ ਐ ਤੁਰੇ ਜਾਂਦੇ ਡਿੱਗ ਪਏ ਹਮ ਉਹ ਬੱਚਿਆਂ ਨੂੰ ਕੀ ਉਹਦਾ ਨਾਮ ਲੈਂਦੇ ਹੁੰਦੇ ਨੇ ਉਹ ਆ ਰਹੇ ਹੈਗੇ ਵੀ ਹਰ ਦੀ ਬੱਚਾ ਤੁਰੇ ਜਾਂਦਾ ਬੱਚਾ ਐ ਡਿੱਗ ਪਿਆ ਫਟੇ ਵਾਂਗ ਹਮ ਤਿੰਨ ਚਾਰ ਕੇ ਇਸ ਬਿਲਕੁਲ ਮੇਰੇ ਐ ਨੋਨ ਉਹਨਾਂ ਘਰਾਂ ਚ ਫਿਰ ਕਾਦੀ ਤਰੱਕੀ ਮੈਂ ਤਾਂ ਐ ਲੱਗਣ ਲੱਗੇ ਵੀ ਕਾਦੀ ਤਰੱਕੀ ਹੈ ਜੀ ਕਿਸੇ ਬੰਦੇ ਨੂੰ ਪੁੱਛੋ ਵੀ ਤੇਰਾ ਹੈਲਥ ਹਾਂ ਭਾਈ ਹੈਲਥ ਇੰਸ਼ੋਰੈਂਸ ਉਹ ਸਾਰੇ ਟੱਬਰ ਦਾ ਕਰਾਇਆ ਹਾਂ ਉਹ ਡਰਦੀ ਸੀ ਪੈਸੇ ਵਰ ਰਹੇ ਹਾਂ ਹੂੰ ਦੇਖੋ ਜਿਹੜੇ ਮੈਂ ਤੁਹਾਨੂੰ ਕਹਿੰਦਾ ਦਿਮਾਗ ਤੋਂ ਬਿਮਾਰੀ ਸ਼ੁਰੂ ਹੋਣੀ ਆ ਜੋ ਮੇਰੇ ਮਨ ਚ ਡਰ ਬੈਗਾ ਯਾਰ ਮੈਨੂੰ ਵੱਡੀ ਬਿਮਾਰੀ ਨਾ ਹੋ ਜਾਏ ਢਾਂਕਰ ਬਿਮਾਰੀ ਨਾ ਹੋ ਜਾਏ ਉਹ ਇੱਥੇ ਸ਼ੁਰੂ ਹੋ ਗਈ ਉਹ ਮੈਂ 20 ਦਾ ਬਤਾ ਹੂੰ 20 ਦਾ ਬਤਾ ਉਹ ਬੂਟਾ ਬਣੂਗਾ ਹੂੰ ਅਸੀਂ ਹਰ ਹੈਲਥ ਇੰਸ਼ੋਰੈਂਸ ਦਾ ਕਿੱਡਾ ਵੱਡਾ ਮਾਰਕੀਟ ਖੜੀ ਹੋ ਗਈ ਕਿੱਡੀ ਵੱਡੀ ਮਾਰਕੀਟ ਖੜੀ ਕੋ ਕਰੋੜਾ ਰੁਪਇਆ ਖਾਦਾ ਜਾ ਰਿਹਾ ਹੈ ਡਰਾਂ ਸਾਰਾ ਟਰ ਤੇ ਖੇਡ ਚੱਲ ਰਹੀ ਹੈ। ਦਰਮੁਕਤਿ ਜੀਵਨ ਜਿਉਣਾ ਬਹੁਤ ਮਤਲਬ ਚਾਹੀਦਾ ਹੈਗਾ ਪਰ ਸਾਡੇ ਲੋਕ ਉਹ ਤੁਹਾਨੂੰ ਜਾਂਦੇ ਨਹੀਂ। ਤੁਸੀਂ ਸੁਣਿਆ ਰਵੀ ਨੂੰ? ਰਵੀ ਇੱਕ ਬੈਂਦਾ ਦਰਿਆ ਹੈ ਜਿਹੜੇ ਦਰਿਆ ਦੇ ਕੁੱਟਾ ਸਾਨੂੰ ਸਾਰਿਆਂ ਨੂੰ ਭਰਨੀਆਂ ਪੈਣਗੀਆਂ। ਸਾਰੇ ਜਾਣਦੇ ਆਂ ਸੀ ਕਿ ਉਮਰਾਂ ਘਟ ਰਹੀਆਂ ਨੇ ਜਿਹਦਾ ਫਿਕਰ ਰਵੀ ਨੇ ਵੀ ਕੀਤਾ ਤੇ ਰਵੀ ਵਰਗੇ ਜਿਹੜੇ ਹੋਰ ਕਿਸਾਨ ਭਰਾ ਨੇ ਜਿਹੜੇ ਹੋਰ ਬੁੱਧੀਜੀਵੀ ਲੋਕ ਨੇ ਉਹ ਵੀ ਕਰਦੇ ਨੇ ਰਵੀ ਕੋਲੇ 6 ਏਕੜ ਜ਼ਮੀਨ ਹੈ ਤੇ 6 ਏਕੜ ਦੇ ਵਿੱਚ ਉਹ ਸਪਰੇ ਦੀ ਢੋਲੀ ਨਹੀਂ ਚੱਕਦਾ ਰਵੀ ਦੀਆਂ ਗੱਲਾਂ ਮੁਲਾਕਾਤ ਤਾਂ ਲੰਬੀ ਵੀ ਹੋ ਗਈ ਹੈ ਪਰ ਬਹੁਤ ਜਲਦ ਇਹਨਾਂ ਦੇ ਹਮਸਫਰ ਦੇ ਨਾਲ ਵੀ ਗੱਲਬਾਤ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਜੇ ਕੋਈ ਮਰਦ ਕੰਮ ਕਰਦਾ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਉਦੀ ਹਮਸਫਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉਹਦੇ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਰਵੀ ਨੇ 11-12 ਸਾਲਾਂ ਪਹਿਲ ਰਾਹ ਚੁਣਿਆ ਤੇ ਉਹ ਰਾਹ ਨੂੰ ਦੇਖ ਕੇ ਅੱਜ ਬਹੁਤ ਸਾਰੇ ਕਿਸਾਨ ਮੋਟੀਵੇਸ਼ਨ ਲੈ ਰਹੇ ਨੇ। ਬਹੁਤ ਸਾਰੇ ਲੋਕ, ਬਹੁਤ ਸਾਰੇ ਘਰ ਪਰਿਵਾਰ ਸ਼ੁੱਧ ਜਿਹੜਾ ਫੂਡ ਹੈ, ਸ਼ੁੱਧ ਜਿਹੜਾ ਫਰੂਟ ਹੈ ਉਹ ਖਾ ਰਹੇ ਨੇ। ਮੈਂ ਸ਼ੁਰੂ ਵਿੱਚ ਕਿਹਾ ਸੀਗੇ ਜੇ ਅਸੀਂ ਕੁਦਰਤ ਵੱਲ ਨਾ ਮੁੜੇ ਤਾਂ ਕਿ ਖੇਤਾਂ ਦੇ ਪੁੱਤੀ ਨੇ, ਇੱਕ ਸਾਡੀਆਂ ਜ਼ਮੀਨਾਂ ਨੇ, ਇੱਕ ਸਾਡੇ ਖੇਤ ਹੀ ਨੇ। ਜਿਹੜੀ ਜ਼ਿੰਦਗੀ ਨੂੰ ਉਮਰ ਲਮੇਰੀ ਦੇ ਸਕਦੀਆਂ ਨੇ ਜਿਹੜੀ ਇਸ ਜ਼ਿੰਦਗੀ ਨੂੰ ਆਨੰਦਮਈ ਸ਼ਾਂਤਮਈ ਬਣਾ ਸਕਦੀਆਂ ਨੇ ਸੋ ਜੁੜੇ ਰਹੋ ਸਰ ਲਿਖ ਦੇਣਾ